বারহে মাহা মাঝ মহল্লা পঞ্জমা কর চৌথা এক ওঙ্কার সতগুর প্রসাদ আষাঢ় তপন্দা তিস লগে হর না হো না জিন্না পাস জগ জীবন পুরখ তে আগ কে মানস সন্ধিয়াস গুরু নানক নাম চড়দি কলা তেরে পাণি সরবত দা পলা। আজ দা পাবন দিহাড়া সাহেব শ্রী গুরু অর্জন দেবজি মহারাজ দা মুখ বাক 12 মাহ মাঝ মহল্লা পঞ্জমা আতে বাণী দে রাহীন এ মহিনা আষাঢ় দা আষাঢ় দা মতলব হ্যা আকাশ দে বিচ ইস মহিনে দে অন্দর বড়ি গরমি পেন্দি হ্যা লো গরমি তপি হুন্দি ধরতি লোকি বাহর নি নিকলদে ডরদে মারে ঘরাঁ চ বেঠে নে পুরানে জমানে চ দেহাত বিচ তুই বেখিয়া হোয়েগা দরখতাঁ থলে পুরানে জমানে চ চলদা হি সি দরখতাঁ থলে বেঠে রহনা ইধর মহারাষ্ট্র বল চল যাও সাউথ বল ইতে লেপ লগা কে মথে দে উত্তে চন্দন দা দেহ লেপ লা কে বেঠে রহনা তাকি ঠান্ড বনি রবে। ਇਸ ਤੋਂ ਇਲਾਵਾ ਕਾਫੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਅੱਜ ਕੱਲ੍ਹ ਦਾ ਜ਼ਮਾਨਾ ਲੋਕ ਘਰਾਂ 'ਚ ਏਸੀ ਲਗਾ ਕੇ ਠੰਡੇ ਕਮਰੇ ਕਰਕੇ ਕੂਲਰ ਲਗਾ ਕੇ ਬੈਠੇ ਨੇ ਕਿ ਅਸੀਂ ਹੁਣ ਗਰਮੀ ਤੋਂ ਬਚ ਸਕੀਏ। ਮਹਾਰਾਜ ਤਾਂ ਕਹਿੰਦੇ ਨੇ ਅਸਾੜ ਤਪੰਦਾ ਕਿਉਂ ਲੱਗੇ ਜਿਨ੍ਹਾਂ ਨੂੰ ਨਾਮ ਸ਼ਬਦ ਹੁਣ ਬਾਹਰੋਂ ਤਾਂ ਗਰਮੀ ਮਿਟ ਗਈ ਮਹਾਰਾਜ ਨੇ ਕਿਹਾ ਚਲੋ ਠੀਕ ਹੈ ਅਸੀਂ ਬਾਹਰੋਂ ਤਾਂ ਸੁਵਿਧਾ ਲੈ ਆਏ ਪੱਖੇ ਲਾ ਲਏ ਦੇਖ ਲਓ ਬਾਹਰੋਂ ਜਾਂ ਘਰਾਂ 'ਚ ਬਹਿ ਗਏ ਨਹੀਂ ਨਿਕਲਾਂਗੇ ਬਾਹਰ ਬਾਹਰੋਂ ਤਾਂ ਚਲੋ ਇੰਤਜ਼ਾਮ ਕਰ ਲਿਆ ਜਿਹੜੀ ਸਾਡੇ ਅੰਦਰ ਗਰਮੀ ਬੈਠੀ ਪਈ ਹੈ ਵਿਕਾਰਾਂ ਦੀ ਮਹਾਰਾਜ ਜੀ ਉਹਨਾਂ ਦੀ ਗੱਲ ਕਰ ਰਹੇ ਨੇ ਜਿਹੜੀ ਅੰਦਰ ਤਪਸ ਹੈ ਅੰਦਰ ਅੱਗ ਬਲ ਰਹੀ ਹੈ ਉਹ ਅੱਗ ਹੈ ਵਿਕਾਰਾਂ ਦੀ ਵਿਸ਼ਵਕਾਰ ਜਿਹੜੇ ਸਾਨੂੰ ਅੰਦਰ ਸਤਾ ਰਹੇ ਨੇ ਅੰਦਰ ਤੰਗ ਕਰ ਰਹੇ ਨੇ ਉਹਨਾਂ ਨੂੰ ਕੌਣ ਠੀਕ ਕਰੇਗਾ ਉਹ ਕਿੱਦਾਂ ਠੀਕ ਹੋਣਗੇ ਤਾਂ ਉਹ ਮਹਾਰਾਜ ਜੀ ਨੇ ਇਹ ਮੁੱਖ ਵਾਕ ਅਗਰ ਤੁਸੀਂ ਗੌਰ ਨਾਲ ਧਿਆਨ ਨਾਲ ਸੁਣੋ ਮਹਾਰਾਜ ਨੇ ਕਿਹਾ ਕਿ ਸੱਜਣ ਪੁਰਖ ਰੱਬ ਨੂੰ ਅਸੀਂ ਭੁੱਲ ਕੇ ਦੁਨੀਆਂ ਦੀਆਂ ਅਸੀਂ ਦੁਨੀਆਂ ਦੇ ਨਾਲ ਪਿਆਰ ਪਾ ਲਿਆ ਲੋਕਾਂ ਨਾਲ ਪਿਆਰ ਪਾ ਲਿਆ। ਅਸਾੜ ਤਪੰਦਾ ਤਪ ਰਿਹਾ ਇਹ ਮਹੀਨਾ ਤਿਸ ਲੱਗੇ ਹਰ ਨਾਉ ਨਾ ਜਿੰਨਾ ਪਾਸ ਨਾਮ ਨਹੀਂ ਹੈ ਜਿੰਨਾ ਕੋਲ। ਹੁਣ ਤੁਸੀਂ ਬਾਹਰੋਂ
ਬਾਹਰ ਦੀ ਗਰਮੀ ਨਹੀਂ ਦੱਸੀ ਮਹਾਰਾਜ ਨੇ, ਬਾਹਰਲਾ ਮਹੀਨਾ ਤਾਂ ਚਲੋ ਗਰਮ ਹੈ ਅਤੇ ਠੰਡ, ਏਸੀ ਲਾ ਲਿਆ, ਕੂਲਰ ਲਾ ਲਿਆ, ਪੱਖੇ ਲਾ ਲਏ, ਅਤੇ ਜਿਹੜੀ ਅੰਦਰਲੀ ਗਰਮੀ, ਅੰਦਰਲੀ ਬੇਚੈਨੀ ਹੈ, ਅੰਦਰ ਉਹ ਜਿਹੜੀ ਅੱਗ ਬਰਸ ਰਹੀ ਹੈ, ਅੰਦਰ ਸਭ ਦੇ ਅੱਗ ਬਲ ਰਹੀ ਹੈ ਵਕਾਰਾਂ ਦੀ। ਤੁਸੀਂ ਕਹੋਗੇ ਉਹ ਕਿੱਦਾਂ, ਉਹ ਇੱਦਾਂ ਕਿ ਅੰਦਰੋਂ ਅਸੀਂ ਦੁਖੀ ਹਾਂ, ਅੰਦਰੋਂ ਅਸੀਂ ਕਮਜ਼ੋਰ ਹਾਂ, ਅੰਦਰੋਂ ਅਸੀਂ ਫਸੇ ਬੈਠੇ ਹਾਂ, ਅੰਦਰੋਂ ਸਾਡੇ ਅੰਦਰ ਸਾਨੂੰ ਘੇਰਾ ਕੱਤਿਆ ਹੋਇਆ, ਪਾਪ ਪਕੜੇ ਬੈਠੇ ਨੇ, ਸਾਡੇ ਆਸ ਪਾਸ ਵਕਾਰ ਘੇਰਾ ਕੱਟ ਕੇ ਬਹਿ ਗਏ ਨੇ। ਅੰਦਰੋਂ ਗਰਮੀ ਦੀ ਮਹਾਰਾਜ ਨੇ ਗੱਲ ਕੀਤੀ ਕਿ ਤੁਸੀਂ ਅੰਦਰ ਆਪਣਾ ਜਿਹੜਾ ਸਾਡਾ ਜਿਹੜਾ ਅੰਦਰ ਗਰਮੀ ਬਲ ਰਹੀ ਹੈ, ਜਿਹੜਾ ਅੰਦਰ ਸਾਡੇ ਅੰਦਰ ਸੇਕ, ਸਾਡੇ ਅੰਦਰ ਅੰਦਰ ਤਪਸ ਹੈ, ਉਹ ਤਪਸ ਕਿੱਦਾਂ ਠੰਡੀ ਹੋਵੇਗੀ? ਨਾਮ ਜਪ ਕੇ, ਨਾਮ ਦੀ ਸ਼ਕਤੀ ਨਾਲ, ਨਾਮ ਦੀ ਤਾਕਤ ਨਾਲ, ਨਾਮ ਨਾਲ ਜੁੜ ਕੇ ਅੰਦਰੋਂ ਠੰਡ ਪਵੇਗੀ। ਇੱਥੇ ਬਾਹਰਲੀ ਗੱਲ ਨਹੀਂ ਕੀਤੀ ਕਿ ਬਾਹਰੋਂ ਜੀ ਧੁੱਪ ਪੈ ਰਹੀ ਹੈ, ਜੀ ਮਹੀਨਾ ਬੜਾ ਗਰਮ ਹੈ, ਜੀ ਤੁਸੀਂ ਜੀ ਉਹਦਾ ਉਪਾਅ ਕਰ ਲਓ। ਨਾ, ਮਹਾਰਾਜ ਜੀ ਦਾ ਬਾਹਰੋਂ ਦਾ ਕੋਈ ਸੰਬੰਧ ਨਹੀਂ। ਬਾਹਰ ਤੁਸੀਂ ਉਪਾਅ ਕਰ ਲੈਂਦੇ, ਤੁਹਾਡੇ ਕੋਲ ਛੱਤਾਂ ਨੇ, ਘਰ ਨੇ, ਕੋਠੇ ਨੇ, ਤੁਹਾਡੇ ਕੋਲ ਕੂਲਰ ਨੇ, ਪੱਖੇ ਨੇ, ਏਸੀ ਨੇ, ਸਭ ਕੁਝ ਹੈ। ਜਿਹੜਾ ਅੰਦਰ ਤਪ ਰਿਹਾ ਉਹਦਾ ਮਹਾਰਾਜ ਜੀ ਤੁਹਾਨੂੰ ਸਾਨੂੰ ਕਹਿ ਰਹੇ ਨੇ ਕਿ ਉਹਦਾ ਆਪਾਂ ਕੀ ਕਰਨਾ? ਨਾਮ। ਜਿਨ੍ਹਾਂ ਦੇ ਕੋਲ ਨਾਮ ਨਹੀਂ ਹੈ ਉਹਨਾਂ ਨੂੰ ਅੰਦਰੋਂ ਤਪਸ ਹੋ ਰਹੀ ਹੈ, ਔਰ ਜਦੋਂ ਅੰਦਰੋਂ ਬੰਦੇ ਤਪਸ ਕਰਦੇ ਨੇ ਉਹ ਫਿਰ ਕੀ ਕਰਦੇ ਨੇ? ਉਹ ਫਿਰ ਮਾੜੇ ਕੰਮ ਕਰਨੇ, ਜੋ ਬੁਰਾਈ ਇਕੱਠੀ ਕਰ ਲੈਣੀ, ਜੋ ਝੂਠ ਮਿੱਥਿਆ ਸਾਰਾ ਇਕੱਠਾ ਕਰ ਲੈਣਾ, ਜੋ ਕੁਝ ਉਲਟੇ ਸਿੱਧੇ ਕੰਮ ਨੇ ਸਾਰੇ ਇਕੱਠੇ ਕਰ ਲੈਣੇ। ਬਾ ਇਹੋ ਹੀ ਚੱਲ ਰਿਹਾ। ਮਹਾਰਾਜ ਦੇ ਨਾਮ ਨਾਲ ਜਿਹੜੇ ਲੋਕ ਨਹੀਂ ਜੁੜੇ ਉਹਨਾਂ ਨੂੰ ਅੰਦਰੋਂ ਕਾਹਲੀ ਪੈ ਰਹੀ ਹੈ ਵਿਕਾਰਾਂ ਦੀ, ਉਹ ਅੰਦਰੋਂ ਤੜਪੇ ਪਏ ਨੇ, ਅੰਦਰੋਂ ਭਟਕੇ ਪਏ ਨੇ, ਅੰਦਰੋਂ ਦੁਖੀ ਹੋ ਕੇ ਬੈਠੇ ਨੇ, ਉਹ ਅੰਦਰਲੀ ਗੱਲ ਮਹਾਰਾਜ ਕਹਿ ਰਹੇ ਨੇ ਅੱਗੇ। ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਜਗ ਜੀਵਨ ਪੁਰਖ ਭੁੱਲ ਗਏ ਹਾਂ, ਅਤੇ ਦੁਨੀਆ ਮਾਨਸ ਸੰਧੀ ਆਸ, ਮਾਨਸ ਮਤਲਬ ਇਨਸਾਨ, ਇਨਸਾਨਾਂ ਦੇ ਸਿਰ ਦੇ ਉੱਤੇ ਅਸੀਂ ਖੁਸ਼ ਹੁੰਦੇ ਹਾਂ, ਹੈਂ ਉਹ ਮੌਤ 'ਤੇ ਕੁਛ ਚਾਹਤ ਹੈ, ਮੈਂ ਉਹ 'ਤੇ ਕੁਛ ਚਾਹਤ ਹੂੰ, ਭਾਵ ਕਹਿਣ ਦਾ ਜੇ ਕੋਈ ਬੰਦਾ ਹੈਗਾ, ਹਾਂ ਬਈ ਤੈਨੂੰ ਮੇਰੇ ਤੋਂ ਸੁੱਖ ਮਿਲ ਗਿਆ, ਮੈਨੂੰ ਤੇਰੇ ਤੋਂ ਸੁੱਖ ਮਿਲ ਗਿਆ, ਇਹੋ ਹੀ ਚੱਲੀ ਜਾਂਦਾ। ਦੁਨੀਆ ਤੋਂ ਹੀ ਸੁੱਖ ਲਈ ਜਾਂਦੀ ਹੈ, ਉਹਨਾਂ ਨੂੰ ਇਹ ਨਹੀਂ ਪਤਾ ਦੁਨੀਆ ਤੋਂ ਮਨੁੱਖਾਂ ਨੇ ਸੁੱਖ ਨਹੀਂ ਦੇਣਾ, ਇਹ ਟੈਂਪਰੇਰੀ ਸੁੱਖ ਨੇ, ਤੁਹਾਡੇ ਕੋਲੋਂ ਮੈਨੂੰ ਕੀ ਸੁੱਖ ਮਿਲਣਾ, ਮੇਰੇ ਕੋਲੋਂ ਤੁਹਾਨੂੰ ਕੀ ਸੁੱਖ ਮਿਲਣਾ? ਹਾਂ, ਸੁੱਖ ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ। ਸਭ ਸੁੱਖਾਂ ਦਾ ਦਾਤਾ ਉਹ ਅਕਾਲ ਪੁਰਖ ਹੈ, ਇਨਸਾਨ ਨਹੀਂ ਹੈ। ਅਸੀਂ ਇਨਸਾਨਾਂ ਤੋਂ ਲੱਭ ਰਹੇ ਹਾਂ, ਗੱਲਾਂ ਕਰਕੇ ਅਸੀਂ ਕਹਿੰਦੇ ਹਾਂ ਚੱਲ ਚੱਲ ਹਾਂ ਯਾਰ ਫੋਨ 'ਤੇ ਗੱਲ, ਹਾਂਜੀ ਭਾਅ ਜੀ ਠੀਕ ਹੋ ਜੀ, ਹਾਂਜੀ ਹਾਂਜੀ ਮਿਲੀਏ ਜੀ, ਬੈਠੀਏ ਜੀ, ਗੱਪਾਂ ਮਾਰੀਏ, ਅਤੇ ਸੁੱਖ ਮਿਲ ਗਿਆ। ਚਲੋ ਜੀ ਕਿਤੇ ਫਿਰਨ ਤੁਰਨ ਚੱਲੀਏ, ਦੋ ਚਾਰ ਬੰਦੇ ਇਕੱਠੇ ਕੀਤੇ ਤਾਂ ਫਿਰਨ ਤੁਰਨ ਚੁਰ ਪਏ, ਉਹ ਨਾ ਕੀ ਬਣੇਗਾ? ਦੁਨੀਆ ਮਾਨਸ ਦੀ ਜਿਹੜੀ ਆਸ ਹੈ, ਮਾਨਸ ਮਾਨਸ ਸੰਧੀ ਆਸ, ਇਨਸਾਨਾਂ ਤੋਂ ਕਦੀ ਕਿਸੇ ਨੂੰ ਸੁੱਖ ਮਿਲੇ ਨੇ? ਕਿਤੋਂ ਨਹੀਂ ਮਿਲਦੇ। ਇਨਸਾਨ ਤੋਂ ਕਿਸੇ ਤ੍ਰਿਪਤੀ ਹੁੰਦੀ ਹੈ, ਇਨਸਾਨ ਇਨਸਾਨ ਨੂੰ ਵੇਖ ਕੇ ਖੁਸ਼ ਹੁੰਦਾ ਰਹਿੰਦਾ ਕਿੰਨਾ ਕੁ ਚਿਰ, ਅਤੇ ਇਨਸਾਨ ਇਨਸਾਨ ਨੂੰ ਦੁਖੀ ਕਰਦਾ। ਤੁਸੀਂ ਵੇਖ ਲਓ ਦੁਖੀ ਵੀ ਤੁਸੀਂ ਕਿਉਂ, ਇਨਸਾਨਾਂ ਕਰਕੇ, ਇਨਸਾਨਾਂ ਤੋਂ ਦੁਖੀ ਹੋ। ਕਿਸੇ ਨੇ ਤੁਹਾਨੂੰ ਕੁਝ ਕਹਿ ਦਿੱਤਾ, ਤੁਹਾਡਾ ਮਨ ਦੁੱਖ ਗਿਆ, ਕਿਸੇ ਨੇ ਤੁਹਾਨੂੰ ਕੁਝ ਦੁਖੀ ਕਰਤਾ, ਤੁਹਾਡਾ ਮਨ ਦੁਖੀ ਹੋ ਗਿਆ, ਕਿਸੇ ਨੇ ਤੁਹਾਨੂੰ ਸੁਖੀ ਕਰਤਾ, ਤੁਹਾਡਾ ਮਨ ਸੁਖੀ ਹੋ ਗਿਆ। ਇਨਸਾਨਾਂ ਨਾਲ ਹੀ ਅਸੀਂ ਆਪਣੀ ਜ਼ਿੰਦਗੀ ਚਲਾ ਰਹੇ ਹਾਂ, ਅਤੇ ਜੇ ਇਨਸਾਨਾਂ ਤੋਂ ਅਸੀਂ ਥੋੜ੍ਹਾ ਜਿਹਾ ਹੱਟ ਜਾਈਏ, ਅਸੀਂ ਉਸ ਸੱਜਣ ਪੁਰਖ ਨੂੰ, ਜਗ ਜੀਵਨ ਦਾਤਾ ਨੂੰ, ਜਿਹੜਾ ਮਾਲਕ ਹੈ, ਜਿਹਨੇ ਸਾਨੂੰ ਜਗ ਦਿੱਤਾ, ਜਿਹਨੇ ਸਾਨੂੰ ਜੀਵਨ ਦਿੱਤਾ, ਜੇ ਅਸੀਂ ਉਹਦੇ ਵੱਲ ਧਿਆਨ ਕਰ ਲਈਏ। ਉਹਦੇ ਵੱਲ ਧਿਆਨ ਕਿੱਦਾਂ ਕਰਨਾ? ਬੜੀਆਂ ਤਰੀਕੇ ਨੇ, ਸੋਚੀ ਜਾਓ ਬਸ ਉਹਦੇ ਬਾਰੇ, ਸਿਮਰਨ ਕਰੋ, ਨਾਮ ਦਾ ਸਿਮਰਨ ਕਰੋ,
ਮੈਂ ਤੁਹਾਡੇ ਨਾਲ ਬੈਠਾ ਮੰਨ ਲਓ ਅਤੇ ਮੈਂ ਤੁਹਾਡੇ ਵਿੱਚ ਬੈਠਾ, ਪਰ ਅਸੀਂ ਇੱਕ ਦੂਜੇ ਨੂੰ ਗੱਪਾਂ ਕਿਉਂ ਮਾਰਨ ਡੇ ਹਾਂ? ਅਸੀਂ ਇੱਕ ਦੂਜੇ ਨਾਲ ਦਿਲ ਕਿਉਂ ਲਾਇਆ ਬੈਠਾ? ਜੇ ਅਸੀਂ ਇੱਕ ਦੂਜੇ ਨਾਲ ਦਿਲ ਲਾ ਕੇ ਬੈਠਾਂਗੇ ਫਿਰ ਸਾਡਾ ਦਿਲ ਉਹਦੇ ਨਾਲ ਕਦੋਂ ਲੱਗੇਗਾ? ਇਹ ਵੀ ਸੋਚਣਾ। ਜੇ ਸਾਡਾ ਪਿਆਰ ਭੈਣਾਂ ਭਰਾਵਾਂ 'ਚ ਖੁੱਭ ਗਿਆ, ਅਸੀਂ ਹਾਸੀ ਮਜ਼ਾਕਾਂ 'ਚ ਖੁੱਭ ਗਿਆ, ਦੁਨੀਆਦਾਰੀ 'ਚ ਖੁੱਭ ਗਿਆ, ਤੁਹਾਡੇ 'ਚ ਮੇਰੇ 'ਚ ਖੁੱਭ ਗਿਆ, ਤਾਂ ਫਿਰ ਉਹਦੇ ਵਿੱਚ ਕਿੱਦਾਂ ਖੁੱਭੇਗਾ? ਕਦੀ ਇਹ ਸੋਚੋ। ਜੇ ਅਸੀਂ ਲੋਕਾਂ ਤੋਂ ਹੀ ਗੱਪਾਂ ਮਾਰ ਕੇ ਖੁਸ਼ ਹੋ ਗਏ, ਲੋਕਾਂ ਦੀ ਦੋਸਤੀ ਮਿੱਤਰਤਾ ਦੇ ਵਿੱਚ ਹੀ ਖੁਸ਼ ਹਾਂ, ਫਿਰ ਰੱਬ ਨਾਲ ਦੋਸਤੀ ਕਦੋਂ ਪਵੇਗੀ? ਨਹੀਂ ਪੈ ਸਕਦੀ। ਮਹਾਰਾਜ ਕਹਿੰਦੇ ਨੇ ਇੱਕ ਪਾਸੇ ਹੋਣਾ ਪੈਣਾ, ਦੋਨੋਂ ਪਾਸੇ ਨਹੀਂ। ਜਾਂ ਲੋਕਾਂ ਦੇ ਕੋਲੋਂ, ਲੋਕਾਂ ਦੇ ਚਾਕਰੀ ਕਰ ਲਓ, ਲੋਕਾਂ ਦੇ ਮਗਰ ਫਿਰ ਲਓ, ਜਾਂ ਉਸ ਭਗਵਾਨ ਦੇ ਮਗਰ ਫਿਰ ਲਓ, ਇੱਕ ਪਾਸੇ। ਅਤੇ ਤੁਸੀਂ ਕਹੋਗੇ ਜੀ ਅਸੀਂ ਤਾਂ ਮਤਲਬ ਮੈਂ ਹੁਣ ਕਿਹੜੀ ਗੱਲ ਤੁਹਾਨੂੰ ਮੈਂ ਸਮਝਾਉਣ ਡਿਆ? ਤੁਸੀਂ ਹੁਣ ਮਨ 'ਚ ਸਵਾਲ ਆਵੇਗਾ ਕਿਸੇ ਦੇ ਕਿ ਇਹ ਗੱਲ ਸਮਝ ਨਹੀਂ ਪਈ ਕਿ ਲੋਕਾਂ ਤੋਂ ਟੁੱਟ ਤੋੜ ਦਿਉ, ਕਿ ਮਤਲਬ ਭੈਣ ਭਰਾ ਛੱਡ ਦੇਈਏ, ਦੋਸਤ ਮਿੱਤਰ ਛੱਡ ਦੇਈਏ, ਘਰ ਵਾਲੇ ਛੱਡ ਦੇਈਏ? ਨਹੀਂ, ਮੈਂ ਛੱਡਣ ਵਾਸਤੇ ਨਹੀਂ ਕਹਿ ਰਿਹਾ। ਮੇਰੀ ਫਿਰ ਬੇਨਤੀ ਸੁਣੋ, ਮੈਂ ਕਿਸੇ ਨੂੰ ਛੱਡਣ ਵਾਸਤੇ ਨਹੀਂ ਕਹਿ ਰਿਹਾ। ਤੁਸੀਂ ਭੈਣਾਂ ਭਰਾਵਾਂ ਦੇ ਵਿੱਚ ਬੈਠੋ, ਰਵੋ, ਸਭ ਕੁਝ ਕਰੋ, ਪਰ ਭੈਣਾਂ ਭਰਾ ਹੀ ਤੁਹਾਨੂੰ ਨਜ਼ਰ ਆ ਰਹੇ ਨੇ, ਬਸ ਇਹ ਤਾਂ ਨਹੀਂ ਕੰਮ ਚੰਗਾ ਨਾ। ਮੇਰੀ ਗੱਲ ਫਿਰ ਮੁੜ ਕੇ ਸਮਝੋ ਕਿ ਜਦੋਂ ਤੁਸੀਂ ਭੈਣਾਂ ਭਰਾਵਾਂ 'ਚ ਬੈਠੇ ਹੋ, ਦੋਸਤਾਂ ਮਿੱਤਰਾਂ 'ਚ ਬੈਠੇ, ਫਿਰ ਤੁਹਾਨੂੰ ਉਹ ਹੀ ਨਜ਼ਰ ਆ ਰਹੇ ਨੇ, ਰੱਬ ਭੁੱਲ ਗਿਆ, ਰੱਬ ਦਾ ਤੁਹਾਨੂੰ ਧਿਆਨ ਨਹੀਂ ਆਉਂਦਾ। ਗੱਪਾਂ ਮਾਰਨੀਆਂ ਸਵੇਰ ਤੋਂ ਸ਼ਾਮ ਤੱਕ, ਹਾਂਜੀ ਉਹ ਫਲਾਣਾ ਢਮਕਾਣਾ, ਇਹ ਅਸੀਂ ਉਹਨਾਂ ਤੋਂ ਫਰੀ ਕਦੋਂ ਹੁੰਦੇ ਹਾਂ? ਕਦੋਂ ਹੀ ਫਰਕ ਹੁੰਦੇ ਹਾਂ? ਕਦੀ ਹੁੰਦੇ ਹੀ ਨਹੀਂ। ਕਦੀ ਭੂਆ ਆ ਗਈ, ਕਦੀ ਫੁੱਫੜ ਆ ਗਿਆ, ਕਦੀ ਮਾਮਾ ਆ ਗਿਆ, ਕਦੀ ਚਾਚਾ, ਕਦੀ ਤੁਸੀਂ ਉਹਨਾਂ ਕੋਲ ਚਲੇ ਗਏ, ਕਦੀ ਉਹ ਤੁਹਾਡੇ ਕੋਲ ਆ ਗਏ, ਕਦੀ ਤੁਸੀਂ ਇਹਦੇ ਤੋਂ ਇਲਾਵਾ ਫਰੀ ਹੋਏ? ਕਦੀ ਇਹਨਾਂ ਗੱਪਾਂ ਵਿੱਚੋਂ ਬਾਹਰ ਨਿਕਲੇ ਹੋ? ਕਦੀ ਇੱਕੋ ਹੀ ਚੀਜ਼ ਨਜ਼ਰ ਆਉਂਦੀ ਹੈ, ਬਸ ਆਪਣੇ ਭੈਣ ਭਰਾ ਖੁਸ਼ ਕਰ ਲਓ, ਆਪਣੇ ਦੋਸਤ ਮਿੱਤਰ ਖੁਸ਼ ਕਰ ਲਓ, ਦੁਨੀਆ ਖੁਸ਼ ਕਰ ਲਓ, ਇਹ ਖੁਸ਼ ਕਰ, ਤੂੰ ਮੇਰੇ ਘਰ ਆ ਜਾ, ਮੈਂ ਤੇਰੇ ਘਰ ਆ ਜਾ, ਉਹ ਮੋਤੇ ਕੁਛ ਚਾਹਤ ਹੈ, ਮੈਂ ਉਹ 'ਤੇ ਕੁਛ ਚਾਹਤ ਹੂੰ, ਮੈਂ ਤੁਹਾਡੇ ਕੋਲ ਕੁਝ ਚਾਹੁੰਦਾ, ਤੁਸੀਂ ਮੇਰੇ ਤੋਂ ਕੁਝ ਚਾਹੀ ਜਾਂਦੇ ਹੋ। ਅਤੇ ਇਹ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ, ਇਹ ਕੰਮਾਂ ਤੋਂ ਬਚੋ। ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਭੈਣਾਂ ਭਰਾਵਾਂ ਨੂੰ ਛੱਡ ਦਿਉ, ਤਿਆਗ ਦਿਉ, ਦੂਰ ਕਰ ਦਿਉ, ਮਿੱਤਰਤਾ ਦੂਰ ਕਰਨਾ, ਇਹ ਕਿਤੇ ਨਹੀਂ ਲਿਖਿਆ। ਸਭ ਨਾਲ ਰਵੋ, ਸਭ ਨਾਲ ਉੱਠੋ ਬੈਠੋ, ਪਰ ਘੁੰਮ ਘੁੰਮਾ ਕੇ ਜਦੋਂ ਬੈਠੋ ਸਾਰਿਆਂ ਦੇ ਵਿੱਚ, ਤਾਂ ਆਪਣੇ ਮੁਰਸ਼ਦ ਨੂੰ ਵੀ ਯਾਦ ਕਰੋ, ਆਪਣੇ ਗੁਰੂ ਨੂੰ ਯਾਦ ਕਰੋ, ਆਪਣੇ ਭਗਵਾਨ ਨੂੰ ਯਾਦ ਕਰੋ, ਉਹਦੀ ਗੱਲ ਜ਼ਰੂਰ ਕਰੋ, ਉਹਦੀ ਚਰਚਾ ਜ਼ਰੂਰ ਕਰੋ। ਕੋਈ ਡਰਨ ਵਾਲੀ ਗੱਲ ਨਹੀਂ ਹੈ। ਲੈ ਜੀ ਮਾਮਾ ਕੀ ਕਰੇਗਾ, ਮਾਮੇ ਨੂੰ ਤਾਂ ਸ਼ਰਾਬ ਪੀਣ ਦੀ ਆਦਤ ਹੈ, ਅਤੇ ਜੇ ਅਸੀਂ ਉਹਨਾਂ ਰੱਬ ਦੀ ਗੱਲ ਕਰ ਲਈ ਤਾਂ ਉਹਨੂੰ ਚੰਗਾ ਨਹੀਂ ਲੱਗਣਾ। ਭਾਈ ਸ਼ਰਾਬ ਆਪਣੀ ਜਗ੍ਹਾ, ਰੱਬ ਆਪਣੀ ਜਗ੍ਹਾ, ਭਾਵੇਂ ਪੀ ਜਾਵੇ ਸ਼ਰਾਬ, ਕੀ ਫਰਕ ਪੈਣਾ ਉਹਨੂੰ? ਪਰ ਰੱਬ ਥੋੜ੍ਹੀ, ਰੱਬ ਆਪਣੀ ਜਗ੍ਹਾ ਹੈ, ਮਾੜੇ ਚੰਗੇ ਕੰਮ ਆਪਣੀ ਜਗ੍ਹਾ ਨੇ, ਉਹ ਉਹਨੂੰ ਯਾਦ ਨੇ ਕੰਮ ਕਰਨੇ, ਅਤੇ ਸ਼ਰਾਬਾਂ ਪੀਣੀਆਂ ਯਾਦ ਹੈ, ਰੱਬ ਨੂੰ ਯਾਦ ਕਰਨਾ ਉਹਦਾ ਕੰਮ ਉਹਨੂੰ ਭੁੱਲ ਗਿਆ ਚੇਤਾ। ਇਹ ਗੱਲ ਮੈਂ ਬੇਨਤੀ ਕਰ ਰਿਹਾ ਕਿ ਜਦੋਂ ਤੁਸੀਂ ਰੱਬ ਦੀ ਚਾਕਰੀ 'ਚ ਬੈਠੋ, ਰੱਬ ਦੇ ਹੁਕਮ 'ਚ ਬੈਠੋ, ਭਾਣੇ 'ਚ ਬੈਠੋ, ਚਰਨਾਂ 'ਚ ਬੈਠੋ, ਗੁਰੂ ਨੂੰ ਯਾਦ ਕਰੋ, ਰੱਬ ਨੂੰ ਯਾਦ ਕਰੋ, ਭੈਣਾਂ ਭਰਾਵਾਂ 'ਚ ਬੈਠੋ, ਗੁਰੂ ਨੂੰ ਯਾਦ ਕਰੋ, ਪਰਮਾਤਮਾ ਨੂੰ ਯਾਦ ਕਰੋ, ਯਾਦ ਹੀ ਕਰਨਾ, ਬਸ ਇੱਕ ਖਿਆਲ ਹੀ ਕਰਨਾ, ਛੋਟਾ ਜਿਹਾ ਖਿਆਲ ਮਨ ਵਿੱਚ, ਇੰਨਾ ਕੁ ਖਿਆਲ ਕਿ ਹਾਂਜੀ ਮਹਾਰਾਜ ਮੈਨੂੰ ਤੁਸੀਂ ਯਾਦ ਆਓ। ਇਹ ਨਹੀਂ ਕਿ ਭੈਣ ਭਰਾ ਬੈਠੇ ਨੇ ਅਤੇ ਮੈਨੂੰ ਚੇਤਾ ਹੀ ਭੁੱਲ ਗਿਆ, ਬਸ ਇਹ ਚੀਜ਼ ਮੈਂ ਤੁਹਾਨੂੰ ਕਹਿ ਰਿਹਾ, ਚੇਤਾ ਕਰ ਰੱਖੋ, ਰੱਬ ਦਾ ਹਮੇਸ਼ਾ ਹਰ ਜਗ੍ਹਾ ਚੇਤਾ ਰੱਖੋ, ਯਾਦ ਰੱਖੋ ਕਿ ਰੱਬ ਹੈਗਾ, ਗੁਰੂ ਹੈਗਾ। ਫਿਰ ਕੀ ਹੋਏਗਾ? ਉਹਦੇ ਨਾਲ ਇਹ ਕੰਮ ਹੋਏਗਾ, ਰੱਬ ਦੇ ਨਾਲ ਤੁਹਾਡਾ ਸਾਂਝ ਬਣੀ ਰਹੇਗੀ, ਕਨੈਕਸ਼ਨ ਬਣਿਆ ਰਹੇਗਾ, ਔਰ ਜਦੋਂ ਕਨੈਕਸ਼ਨ ਬਣਿਆ ਰਹੇਗਾ ਤੁਹਾਨੂੰ ਰੱਬ ਚੇਤੇ ਰਹੇਗਾ, ਅਤੇ ਤੁਹਾਡਾ ਧਿਆਨ ਭਟਕੇਗਾ ਨਹੀਂ, ਵਕਾਰ ਤੁਹਾਨੂੰ ਖਿੱਚਣਗੇ ਨਹੀਂ, ਦੋਸਤ ਮਿੱਤਰ ਤੁਹਾਡੇ ਕੰਨ ਨਹੀਂ ਭਰਨਗੇ, ਤੁਹਾਨੂੰ ਕੋਈ ਖਿੱਚ ਕੇ ਇੱਧਰ ਉੱਧਰ ਨਹੀਂ ਭਟਕਾਵੇਗਾ, ਤੁਹਾਡਾ ਮਨ ਚੰਚਲ ਨਹੀਂ ਹੋਵੇਗਾ, ਗਲਤ ਮਲਤ ਗੱਲਾਂ ਬਾਤ ਤੁਹਾਨੂੰ ਕੋਈ ਸਿਖਾ ਨਹੀਂ ਸਕੇਗਾ, ਕਿਉਂਕਿ ਤੁਹਾਡਾ ਧਿਆਨ ਰੱਬ ਵਿੱਚ ਲੱਗਾ। ਤੁਹਾਨੂੰ ਕੋਈ ਗੱਲ ਕਰੇਗਾ ਤਾਂ ਤੁਸੀਂ ਕਹਿ ਦਿਓਗੇ ਉਹ ਇੱਦਾਂ ਦੀਆਂ ਗੱਲਾਂ ਸਾਡੇ ਨਾਲ ਨਾ ਕਰ, ਝਟਕਾ ਮਾਰੋਗੇ। ਕੋਈ ਤੁਹਾਡੇ ਨਾਲ ਮਜ਼ਾਕ ਕਰੇਗਾ, ਗੰਦੀ ਗੱਲ ਕਰੇਗਾ, ਬੁਰੀ ਗੱਲ ਕਰੇਗਾ, ਤੁਸੀਂ ਟੋਕ ਦਿਓਗੇ ਉਹ ਨਾ, ਇਹ ਕੰਮ ਨਹੀਂ ਕਰਨਾ, ਇਹ ਗੱਲ ਨਹੀਂ ਕਰਨੀ। ਜੁੜੇ ਹੋਵੋਗੇ ਤਾਂ ਟੋਕਣ ਜੋਗੇ ਹੋਵੋਗੇ, ਜੇ ਜੁੜੇ ਹੀ ਨਹੀਂ ਹੋਵੋਗੇ ਤਾਂ ਤੁਸੀਂ ਵੀ ਮਸਕਰੀਆਂ ਕਰੋਗੇ, ਤੁਸੀਂ ਵੀ ਮਜ਼ਾਕ ਕਰੋਗੇ, ਮਜ਼ਾਕ ਦੇ ਅੱਗੇ ਹੱਸੋਗੇ, ਕਰੋਗੇ, ਕੋਈ ਫਾਇਦਾ ਨਹੀਂ ਉਹਦਾ। ਜਦੋਂ ਅਸੀਂ ਸੀਰੀਅਸ ਹੀ ਨਹੀਂ, ਅਸੀਂ ਗੰਭੀਰ ਨਹੀਂ, ਸਾਡੀ ਅਵਸਥਾ ਹੀ ਨਹੀਂ ਬਣੀ, ਸਾਡਾ ਧਿਆਨ ਹੀ ਨਹੀਂ ਟਿਕਿਆ, ਸਾਡੀ ਸੋਚ ਹੀ ਨਹੀਂ ਟਿਕੀ, ਅਸੀਂ ਭਟਕੇ ਖੁਦ ਹੋਏ ਹੋਏ ਹਾਂ,
ਅਸੀਂ ਦੂਜਿਆਂ ਨੂੰ ਕੀ ਸਿੱਖਿਆ ਦੇਣੀ ਅਤੇ ਅਸੀਂ ਬਾਕੀ ਦੇ ਸੰਸਾਰ ਕਿੱਥੋਂ ਚੱਕਣਾ? ਕਹਿੰਦੇ ਨੇ ਇਨਸਾਨ ਜਿੰਨਾ ਚਿਕਰ ਉਹਦਾ ਧਿਆਨ ਪਰਮਾਤਮਾ 'ਚ ਜੁੜਿਆ ਬਸ ਜੁੜਿਆ ਰੱਖੋ ਅਤੇ ਫਿਰ ਤੁਸੀਂ ਟੁੱਟੋਗੇ ਨਹੀਂ, ਫਿਰ ਤੁਸੀਂ ਜੁੜੇ ਹੋ ਬਸ, ਫਿਰ ਕੋਈ ਖਤਰਾ ਨਹੀਂ। ਭਾਵੇਂ ਕਿਤੇ ਵੀ ਤੁਸੀਂ ਬੈਠੇ ਹੋ, ਰੱਬ ਦੀ ਸ਼ਰਨ ਵਿੱਚ ਬੈਠੇ ਹੋ, ਗੁਰੂ ਦੀ ਸ਼ਰਨ ਵਿੱਚ ਬੈਠੇ ਹੋ, ਕਿਉਂਕਿ ਧਿਆਨ ਤੁਹਾਡਾ ਗੁਰੂ ਵਿੱਚ ਹੈ, ਪਰਮਾਤਮਾ ਦੇ ਵਿੱਚ ਹੈ। ਧਿਆਨ ਹੀ ਤਾਂ ਸਾਡੀ ਖੇਡ ਹੈ। ਜਿਹਨੇ ਇਹ ਖੇਡ ਸਿੱਖ ਲਈ ਕਿ ਮੈਂ ਜਿੱਥੇ ਮਰਜ਼ੀ ਬੈਠਾਂ ਮੇਰਾ ਧਿਆਨ ਗੁਰੂ ਦੇ ਚਰਨਾਂ 'ਚ ਬੈਠਾ, ਤਾਂ ਬਸ ਗੱਲ ਖਤਮ। ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਕਵੀ ਵਾਕ 'ਚ ਲਿਖਿਆ, ਉਹਦੇ ਵਿੱਚ ਇੱਕ ਬੜਾ ਜ਼ਿਕਰ ਕੀਤਾ ਸੁੰਦਰ, ਤੁਸੀਂ ਕਦੀ ਸੋਚਣਾ ਇਹਦੇ ਬਾਰੇ। ਮਹਾਰਾਜ ਜੀ ਕਹਿੰਦੇ ਨੇ ਜਦੋਂ ਰੱਬ ਨੇ ਉਹਨਾਂ ਨੂੰ ਸਮਝਾਇਆ, ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ, ਇਮ ਕਹਿ ਕਹਿ ਐ ਲੋਕ ਪਠਾਇਓ। ਜਦੋਂ ਰੱਬ ਨੇ ਮੈਨੂੰ ਸਮਝਾਇਆ ਕਿ ਧਰਤੀ 'ਤੇ ਨੂੰ ਜਾਣਾ ਪੈਣਾ ਤੁਹਾਨੂੰ, ਅਤੇ ਕਹਿੰਦੇ ਉਹ ਤੋਂ ਪਹਿਲਾਂ ਮੈਂ ਰੱਬ ਨੂੰ ਨਾ ਨੁੱਕੜ ਕਰ ਰਿਹਾ ਸੀ। ਨਾ ਨੁੱਕੜ ਕਿਉਂ ਕਰ ਰਿਹਾ ਸੀ? ਉਹਦਾ ਕਾਰਨ ਕੀ ਸੀ? ਉਹਦਾ ਕਾਰਨ ਸੀ ਮੇਰਾ ਧਿਆਨ ਗੁਰੂ ਪ੍ਰਭੂ ਦੇ ਚਰਨਾਂ 'ਚ ਟਿਕਿਆ ਹੋਇਆ ਸੀ। ਚੁੱਭੀ ਰਹੀ ਸੁਰਤ ਪ੍ਰਭ ਚਰਨਨ ਮੇ, ਚਿਤਨਾ ਭਇਓ ਹਮਕੋ ਆਵਣ ਕਹਿ। ਚਿਤ ਨਹੀਂ ਕਰ ਰਿਹਾ ਮੇਰਾ ਧਰਤੀ 'ਤੇ ਆਵਣ ਦਾ। ਚਿਤਨਾ ਭਇਓ ਹਮਰੋ ਆਵਣ ਕਹਿ, ਚੁੱਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਇਹ ਜਿਹੜੀ ਸੁਰਤ ਹੈ ਇਹ ਪ੍ਰਭੂ ਦੇ ਚਰਨਾਂ 'ਚ ਜਾ ਕੇ ਟਿੱਕੀ ਹੋਈ ਸੀ, ਅਤੇ ਮੇਰਾ ਦੁਨੀਆਂ ਦੇ ਵਿੱਚ ਆਵਣ ਦਾ ਦਿਲ ਹੀ ਨਹੀਂ ਸੀ ਕਰਦਾ ਪਿਆ। ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਹਿ ਰਹੇ ਨੇ, ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ, ਇਮ ਕਹਿ ਕਹਿ ਐ ਲੋਕ ਪਠਾਇਓ। ਇਹਦਾ ਮਤਲਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਰੱਬ ਨੇ ਸਮਝਾਉਣਾ ਪੈ ਗਿਆ ਕਿ ਤੁਹਾਡਾ ਵਾਰੀ ਆ ਗਈ ਜਨਮ ਲੈਣ ਦੀ, ਹੁਣ ਤੁਸੀਂ ਜਾਓ ਜਨਮ ਲਵੋ ਅਤੇ ਦੁਨੀਆ ਦਾ ਭਲਾ ਕਰੋ। ਦੁਨੀਆ ਤੜਪ ਰਹੀ ਹੈ, ਤਰਾਹੀ ਤਰਾਹੀ ਮੱਚੀ ਪਈ ਹੈ, ਦੁਸ਼ਟ ਦਮਨ ਰੂਪ ਧਾਰਨ ਕੀਤਾ ਅਤੇ ਧਰਤੀ 'ਤੇ ਪੈਦਾ ਹੋਏ, ਪ੍ਰਗਟ ਹੋਏ। ਸੋਚੋ ਕਦੀ ਬਹਿ ਕੇ, ਵਿਚਾਰ ਕਰੋ ਕਿ ਰੱਬ ਦੇ ਨਾਲ ਜਿਹੜੇ ਲੋਕ ਜੁੜੇ ਨੇ ਉਹਨਾਂ ਦਾ ਧਿਆਨ ਨਹੀਂ ਕਿਤੇ ਟਿਕਦਾ? ਹੁਣ ਦੇਖੋ ਉਹ ਲੋਕ, ਅੱਜ ਆਪਾਂ ਇਕੱਠੇ ਹੋਏ ਹਾਂ, ਉਨੇ ਹੀ ਲੋਕ ਆਏ ਨੇ ਜਿਨ੍ਹਾਂ ਨੂੰ ਮਹਾਰਾਜ ਨੇ ਬੁਲਾਇਆ, ਅਤੇ ਜਿਹੜੇ ਲੋਕਾਂ ਨੂੰ ਗਰਮੀ ਲੱਗਦੀ ਹੋਏਗੀ ਉਹ ਨਹੀਂ ਆਏ। ਜਿਹੜੇ ਆ ਗਰਮੀ ਬੜੀ ਹੈ ਜੀ, ਹੈਂ ਚਲੋ ਐਰਕੀ ਅਸੀਂ ਸਕਿੱਪ ਕਰ ਜਾਈਏ ਨਾ ਜਾਈਏ, ਉਹ ਲੋਕ ਨਹੀਂ ਆਏ। ਇਹ ਉਹਨਾਂ ਦੀਆਂ ਇਹ ਉਹ ਇੱਥੇ ਪਛਾਣੇ ਜਾਂਦੇ ਬੰਦੇ ਜਿਨ੍ਹਾਂ ਨੇ ਮਹਾਰਾਜ ਜੀ ਦੇ ਵਿੱਚ ਧਿਆਨ ਹੈ, ਉਹਨਾਂ ਖਿੱਚ ਕੇ ਬੁਲਾ ਲੈਣਾ, ਹੈਂ ਖਿੱਚ ਕੇ ਡੋਰ ਖਿੱਚ ਕੇ ਬੁਲਾ ਲਿਆ। ਮੈਂ ਵੀ ਕੱਲ੍ਹ ਤੱਕ ਬਾਹਰ ਸੀ, ਕਿੱਥੇ ਸੀ ਮੈਂ? ਇੰਗਲੈਂਡ ਬੈਠਾ ਤਾਂ ਸੀ ਕੱਲ੍ਹ ਤੱਕ, ਮੈਂ ਕੱਲ੍ਹ ਹੀ ਆਇਆ ਕਿਉਂਕਿ ਖਿੱਚ ਪੈ ਗਈ। ਅਗਰ ਮੈਂ ਨਾ ਆਵਾਂ, ਬਾਬਾ ਜੀ ਹੈਗੇ ਨੇ ਸਤਸੰਗ ਕਰ ਹੀ ਸਕਦੇ ਨੇ, ਫਿਰ ਕੀ ਹੋ ਗਿਆ? ਹਮੇਸ਼ਾ ਮੈਂ ਕਰਦਾ, ਮੈਂ ਕਿਹਾ ਬਾਬਾ ਜੀ ਬੈਠੇ ਨੇ ਕੋਈ ਨਹੀਂ ਕਰ ਲੈਣਗੇ। ਨਹੀਂ, ਮੇਰਾ ਧਿਆਨ ਪਰਮਾਤਮਾ ਦੇ ਚਰਨਾਂ 'ਚ, ਮੇਰਾ ਧਿਆਨ ਇੰਗਲੈਂਡ ਅਮਰੀਕਾ 'ਚ ਨਹੀਂ ਬੈਠਾ ਕਿ ਮੈਂ ਉੱਥੇ ਜਾ ਕੇ ਬੈਠਾ ਰਹਾਂ। ਹਾਂਜੀ ਗਰਮੀ ਬੜੀ ਹੈ ਜੀ, ਦੋ ਚਾਰ ਦਿਨ ਹੁਣ ਛੁਟਕਾਰਾ ਪਾ ਲਓ ਗਰਮੀ। ਆ ਗਰਮੀ ਆਪਣੀ ਜਗ੍ਹਾ, ਰੱਬ ਆਪਣੀ ਜਗ੍ਹਾ। ਗਰਮੀ ਕਰਕੇ ਰੱਬ ਦਾ ਪ੍ਰਚਾਰ ਥੋੜ੍ਹੀ ਬੰਦ ਕਰ ਦੇਣਾ, ਉਦਾਂ ਹੀ ਹੋਏਗਾ। ਭਾਵੇਂ ਗਰਮੀ ਆ ਗਈ ਭਾਵੇਂ ਸਰਦੀ ਆ ਗਈ, ਪ੍ਰਚਾਰ ਹੈ। ਰੱਬ ਦੀ ਗੱਲ ਕਰਨੀ ਹੈ ਤਾਂ ਕਰਨੀ ਹੈ, ਭਾਵੇਂ ਅੱਗ ਦੇ ਵਿੱਚ ਬੈਠ ਕੇ ਕਰਨੀ ਹੈ। ਕਿਉਂ? ਜਾਣਾ ਵੀ ਤਾਂ ਮਹਾਰਾਜ ਜੀ ਦੇ ਚਰਨਾਂ 'ਚ। ਮੇਰੀ ਜ਼ਿੰਮੇਦਾਰੀਆਂ ਜਿੱਥੇ ਜਿੱਥੇ ਹੈਗੀਆਂ ਨੇ, ਮੈਂ ਆਪਣੇ ਸਤਸੰਗ 'ਤੇ ਸਮੇਂ 'ਤੇ ਪਹੁੰਚ ਗਿਆ। ਤੁਹਾਡੀ ਜ਼ਿੰਮੇਦਾਰੀ ਜਿੱਥੇ ਤੁਸੀਂ ਆਪਣੇ ਸਤਸੰਗ 'ਤੇ ਸਮੇਂ 'ਤੇ, ਇਹ ਜਿਹੜੀਆਂ ਰੂਹਾਂ ਇਕੱਠੀਆਂ ਕੀਤੀਆਂ ਮਹਾਰਾਜ ਨੇ, ਔਰ ਦੇਖੋ ਕਿੰਨੀ ਕਿਰਪਾ ਕੀਤੀ। ਕੱਲ੍ਹ ਸ਼ਾਮੀ ਬਟਾਲੇ ਦੇ ਵਿੱਚ ਘਰ ਬਰਸਾਤ ਪਾ ਦਿੱਤੀ, ਠੰਡ ਪਾ ਦਿੱਤੀ ਥੋੜ੍ਹੀ ਪਾਈ ਨਾ। ਉਹਨੂੰ ਫਿਕਰ ਹੈ ਸੰਗਤ ਦਾ ਕਿ ਕੱਲ੍ਹ ਸੰਗਤ ਇਕੱਠੀ ਹੋਣੀ ਹੈ। ਰਾਤੀ ਬਰਸਾਤ ਪਾ ਦਿੱਤੀ, 2-3 ਘੰਟੇ ਕਹਿੰਦੇ ਮੀਂਹ ਬਰਸਿਆ। ਕਿੱਥੇ ਬਰਸਿਆ? ਸਿਰਫ ਬਟਾਲੇ ਵਿੱਚ ਬਰਸਿਆ, ਹੋਰ ਕਿਤੇ ਨਹੀਂ ਬਰਸਿਆ 2 ਘੰਟੇ। ਇੱਥੇ ਕਣੀ ਬਰਸੀ, ਠੰਡ ਪਾਈ,
ਰੱਬ ਨੂੰ ਫਿਕਰ ਹੈ ਸਾਡੀ, ਦੁਨੀਆ ਨੂੰ ਫਿਕਰ ਹੋਵੇ ਨਾ ਹੋਵੇ ਰੱਬ ਨੂੰ ਸਾਡੀ ਫਿਕਰ ਜ਼ਰੂਰ ਹੈ ਕਿ ਇਹਨਾਂ ਨੇ ਚਾਰ ਇਹਨਾਂ ਬੰਦਿਆਂ ਨੇ ਬਹਿਣਾ, ਇਹਨਾਂ ਨੇ ਮੇਰੀ ਗੱਲ ਕਰਨੀ ਹੈ ਅਤੇ ਮੈਨੂੰ ਮੌਸਮ ਪਹਿਲਾਂ ਹੀ ਮੈਂ ਠੰਡਾ ਕਰਦਾ, ਮੌਸਮ ਪਹਿਲਾਂ ਹੀ ਮੈਂ ਠੀਕ ਕਰਦਾ। ਪਿਆਰ ਕਰਨਾ ਤਾਂ ਕਰਨਾ ਹੀ ਕਰਨਾ, ਜਦੋਂ ਰੱਬ ਨਾਲ ਯਾਦ ਯਾਰੀ ਪਾ ਲਈ ਤਾਂ ਫਿਰ ਸੋਚਣਾ ਕਿਉਂ, ਯਾਰੀ ਨਿਭਾਉਣੀ ਹੈ। ਮਿੱਤਰਤਾ ਪਾਣੀ ਨਹੀਂ ਸੀ ਪਾਈ ਤਾਂ ਨਿਭਾਓ, ਰੱਬ ਦੀ ਯਾਦ ਵਿੱਚ ਬੈਠੋ, ਹਰ ਵਕਤ ਬੈਠੋ, ਹਰ ਸਮੇਂ ਬੈਠੋ। ਇਹਦੇ ਵਿੱਚ ਹੀ ਪਤਾ ਲੱਗਦਾ ਇਨਸਾਨ ਕਿੰਨਾ ਕੁ ਪਰਮਾਤਮਾ ਨੂੰ ਪਿਆਰ ਕਰਦਾ, ਗੁਰੂ ਨੂੰ ਪਿਆਰ ਕਰਦਾ। ਅੱਗੇ ਦੁਇਐ ਪਾਏ ਬਿਗੁਚੀਐ ਗੱਲ ਪਈ ਜੋ ਜਮਕੀ ਫਾਸ। ਦੋਈ ਪਾਏ ਬਗੁਚੀਏ ਗੱਲ ਪਈ ਜਮ ਕੀ ਫਾਸ। ਦੋਈ ਭਾਈ ਦੋਨੋਂ ਪਾਸੇ ਤੁਰੇ ਹੋਏ ਆ, ਜਿਸ ਮੂੰਹ ਤੋਂ ਬਾਣੀ ਜਪਦੇ ਹਾਂ ਉਸ ਮੂੰਹ ਤੋਂ ਅਸੀਂ ਕੁਛ ਹੋਰ ਵੀ ਕਰੀ ਜਾਂਦੇ ਹਾਂ। ਅੱਖਾਂ ਤੋਂ ਜੋ ਨਜ਼ਾਰੇ ਲੈਂਦੇ ਹਾਂ ਸੰਗਤ ਦੇ, ਅੱਖਾਂ ਤੋਂ ਹੋਰ ਵੀ ਨਜ਼ਾਰੇ ਕੋਈ ਦੁਨੀਆਦਾਰੀ ਦੇ ਵੀ ਲਈ ਜਾਂਦੇ ਹਾਂ। ਮਤਲਬ ਕਿ ਅਸੀਂ ਦੋਨੋਂ ਪਾਸੇ ਰਹਿੰਦੇ ਹਾਂ, ਜ਼ਬਾਨ ਤੋਂ ਅਸੀਂ ਸੱਚ ਵੀ ਬੋਲਦੇ ਹਾਂ ਅਤੇ ਝੂਠ ਵੀ ਬੋਲਦੇ ਹਾਂ। ਇਸੇ ਜ਼ਬਾਨ ਦੇ ਵਿੱਚ ਅੰਮ੍ਰਿਤ ਵੀ, ਇਸੇ ਜ਼ਬਾਨ ਵਿੱਚ ਘਰ ਸ਼ਰਾਬ ਦਾ ਨਸ਼ਾ ਵੀ ਇਨਸਾਨ ਕਰੀ ਜਾਂਦਾ। ਗਲਤ ਹੈ ਕਿਉਂਕਿ ਬੰਦੇ ਨੇ ਰੱਬ ਨੂੰ ਵੀ ਖੁਸ਼ ਕਰ ਦੇਣਾ ਅਤੇ ਜੱਗ ਨੂੰ ਵੀ ਖੁਸ਼ ਕਰ ਦੇਣਾ। ਦੋਨੋਂ ਪਾਸੇ ਉਹਨੇ ਆਪਣੀ ਬਰਾਬਰੀ ਰੱਖੀ, ਹਾਂ ਇਹ ਵੀ ਕਰ ਲਓ ਯਾਰ, ਹੁਣ ਇਹ ਵੀ ਕਰ ਲਓ, ਇਹ ਵੀ ਕਰ ਲਓ, ਇਹ ਵੀ ਕਰ ਲਓ। ਉਹ ਫਿਰ ਮਹਾਰਾਜ ਕਹਿੰਦੇ ਨੇ ਜੰਮ ਕੀ ਫਾਸ, ਉਹ ਜੰਮ 'ਚ ਫਸੇ ਬੈਠੇ ਨੇ। ਜੰਮਾਂ ਦੇ ਵਿੱਚ ਮਤਲਬ ਜਨਮ ਮਰਨ 'ਚ, ਦੋ ਸੋਚਾਂ ਮਤ ਸੋਚੋ, ਇੱਕ ਪਾਸੇ ਲੱਗੋ, ਇੱਕ ਪਾਸੇ ਚੱਲ ਕੇ ਕਮ ਸੇ ਕਮ ਆਪਣੇ ਅੰਦਰ ਮਹਾਰਾਜ ਦੇ ਪ੍ਰਤੀ ਭਰੋਸਾ ਖੜਾ ਕਰ ਸਕਦੇ ਹਾਂ, ਬੇਚੈਨੀ ਦੂਰ ਹੋ ਜਾਂਦੀ ਹੈ। ਇੱਕ ਪਾਸੇ ਚੱਲੀਏ, ਦੋ ਪਾਸੇ ਨਹੀਂ, ਇੱਕ ਪਾਸੇ ਕਹੀ ਜਾਣਾ, ਅਸੀਂ ਚੱਲਣਾ ਮਹਾਰਾਜ ਅਸੀਂ ਤੁਹਾਡੇ ਚਰਨਾਂ ਨੂੰ ਜੁੜੇ ਹਾਂ, ਅਸੀਂ ਹੁਣ ਹੋਰ ਕੋਈ ਕੰਮ ਨਹੀਂ ਕਰਨੇ, ਅਸੀਂ ਹੋਰ ਕੋਈ ਚੀਜ਼ ਨਹੀਂ ਸੋਚਣੀ, ਹੋਰ ਕੋਈ ਕੰਮ ਇੱਦਾਂ ਦੀ ਮਨ ਵਿੱਚ ਕੋਈ ਇੱਦਾਂ ਦੀ ਸੋਚ ਨਹੀਂ ਰੱਖਣੀ, ਪਰ ਇੱਕ ਪਾਸੇ ਚੱਲਣਾ, ਰੱਬ ਨੂੰ ਖੁਸ਼ ਰੱਖਣਾ, ਮੇਰਾ ਰੁੱਸੇ ਨਾ ਕਲਗੀਆਂ ਵਾਲਾ ਹੈ ਨਾ, ਮੁੱਖੜਾ ਤੂੰ ਮੁੱਖੜਾ ਨਾ ਮੋੜੀ। ਲੋਕ ਭਾਵੇਂ ਮੈਨੂੰ ਛੱਡ ਦੇਣ ਕੋਈ ਗੱਲ ਨਹੀਂ, ਮਹਾਰਾਜ ਜੀ ਮੈਂ ਤੁਹਾਨੂੰ ਨਹੀਂ ਛੱਡਣਾ, ਮੈਂ ਤੁਹਾਡਾ ਚਰਨ ਨਹੀਂ ਛੱਡਣੇ, ਮੈਂ ਤੁਹਾਡੇ ਲੜ ਨਹੀਂ ਛੱਡਣਾ, ਮੈਂ ਪਕੜਿਆ ਤੁਹਾਡਾ ਲੜ ਇੱਦਾਂ ਹੀ ਮੈਂ ਪਕੜੇ ਰੱਖਣਾ। ਇਹ ਜਿਹੜਾ ਸਤਸੰਗ ਹੈ ਨਾ, ਇਹ ਸਤਸੰਗ ਹਿੰਮਤ ਦਿੰਦਾ, ਤਾਕਤ ਦਿੰਦਾ। ਜਿਹੜਾ ਬਾਰ ਬਾਰ ਤੁਹਾਨੂੰ ਮੈਂ ਇਹ ਚੀਜ਼ਾਂ ਸਿਖਾ ਦੱਸ ਰਿਹਾ ਕਿ ਤੁਸੀਂ ਚਲੋ ਉੱਠ ਕੇ ਬਈ ਆਪਾਂ ਮਹਾਰਾਜ ਨੂੰ ਯਾਦ ਕਰੀਏ, ਹਿੰਮਤ ਰੱਖੀਏ ਆਪਣੇ 'ਚ, ਅਤੇ ਦੋ ਪਾਸੇ ਦੀ ਧਾਵਨਾ ਨਾ ਰੱਖੋ, ਦੋਏ ਭਾਏ ਵਗੂਚੀਏ। ਮਹਾਰਾਜ ਕਹਿੰਦੇ ਨਾ ਇੱਦਾਂ ਨਾ ਭੁਲੇਖਿਆਂ 'ਚ ਪਵੋ, ਹਾਂ ਇੱਕ ਪਾਸੇ ਚੱਲ ਕੇ ਵੇਖੋ, ਇੱਕ ਮਨ ਬਣਾਓ, ਪੱਕਾ ਮਨ ਬਣਾ ਲਓ ਕਿ ਆਪਾਂ ਇਹ ਕੰਮ ਇੱਦਾਂ ਕਰਨਾ, ਆਪਾਂ ਅੰਮ੍ਰਿਤ ਵੇਲੇ ਉੱਠਣਾ ਅਤੇ ਫਿਰ ਅਸੀਂ ਘਬਰਾਉਣਾ ਨਹੀਂ। ਫਰੀਦਾ ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਇੰਨੇ ਹੋ। ਜਿਹੜੇ ਚਿੱਕੜ ਪੈ ਗਿਆ ਨਾ ਉਹਨੂੰ ਦੂਰ ਕਰ ਦਿਉ, ਨਾਲ ਪਿਆਰੇ ਇੰਨੇ ਹੋ, ਰੱਬ ਨਾਲ ਪਿਆਰ ਪੈ ਗਿਆ। ਚੱਲਾਂ ਤੇ ਭਿੱਜੇ ਕੰਬਲੀ, ਰੁਕਾਂ ਤੇ ਟੁੱਟੇ ਨਹੀਂ ਹੋ। ਅਸੀਂ ਚੱਲ ਪਈਏ, ਜੇ ਸੋਚ ਲਿਆ ਅੰਮ੍ਰਿਤ ਵੇਲੇ ਉੱਠਣਾ, ਰਾਤੀ ਜਲਦੀ ਸੋਣਾ, ਨਿਯਮ ਬਣਾ ਲਈਏ, ਨਾਮ ਜਪਣਾ ਜਪਣਾ ਹੀ ਜਪਣਾ, ਕੀਰਤਨ 'ਚ ਬਹਿਣਾ ਬਹਿਣਾ ਹੀ ਬਹਿਣਾ, ਸਤਸੰਗ ਸੁਣਨਾ ਸੁਣਨਾ ਹੀ ਸੁਣਨਾ, ਫਿਰ ਕੋਈ ਗੱਲ ਨਹੀਂ, ਕੋਈ ਸਾਨੂੰ ਤੋੜ ਨਹੀਂ ਸਕਦਾ ਉਸ ਮਾਲਕ ਤੋਂ, ਉਸ ਸੱਚੇ ਪਾਤਸ਼ਾਹ ਤੋਂ, ਰੱਬ ਤੋਂ, ਗੁਰੂ ਤੋਂ ਕੋਈ ਦੂਰ ਨਹੀਂ ਕਰ ਸਕਦਾ। ਕੋਈ ਚੀਜ਼ ਵੀ ਨਹੀਂ ਵੱਡੀ ਜਿਹੜੀ ਸਾਨੂੰ ਗੁਰੂ ਤੋਂ ਵੱਡੀ ਦਿਸੇ, ਰੱਬ ਤੋਂ ਵੱਡੀ ਦਿਸੇ। ਨਹੀਂ ਜੀ, ਇਹ ਤਾਂ ਅਸੀਂ ਰੱਬ ਨੂੰ ਛੱਡ ਕੇ ਉਹਨੇ, ਮੈਨੂੰ ਤਾਂ ਫਿਲਮ ਦੇਖਣੀ ਜੀ, ਮੈਨੂੰ ਤਾਂ ਉਹ ਦੇਖਣਾ ਜੀ, ਮੈਨੂੰ ਤਾਂ ਇਹ ਕਰਨਾ ਜੀ, ਮੈਨੂੰ ਉਹ ਕਰਨਾ ਜੀ, ਮੈਨੂੰ ਇੱਦਾਂ ਕਰਨਾ ਜੀ, ਮੈਨੂੰ ਉੱਦਾਂ ਕਰਨਾ ਜੀ। ਨਹੀਂ,
कुछ भी नहीं वड्डा, वड्डा है वड्डा मेरा गोबिंद, वड्डा मेरा गोबिंद अगम अगोचर आद निरंजन निरंकार जीओ। वड्डा कौन है? मेरा मालक। बाकी सारिया चीजा छोटिया ने, ओही वड्डा। तो जेड़ा वड्डा है मैं ओदी वड्याई करने वास्ते सत्संग च आ गया, ओदे गुण गाने वास्ते समय ते पहुँच गया, ओदा नाम जपण वास्ते एकजुट होके बह गया, संगत च आ गया। क्योंकि साध संग मिल होए तराबा, संगत विच मेरा जन्म सफल होएगा। मिल होए तराबा भई प्राप्त मानक देहोरिया, गोबिंद मिलन की ऐ तेरी बरिया, अवर काज तेरे कीते ना काम, मिल साध संग भज केवल नाम। संगत विच बैठेगा फिर नाम ना जुड़ जाएगा, संगत विच ही सब कुछ मिलना। बिसर गई सब तात पराई, जब ते साध संगत मोहे पाई। जब मैनु साधु मिल गया मैनु संगत मिल गई, साधु संगत, साध संगत, साधु होवे संगत होवे मेरा जन्म सफल हो गया, कृपा हो गई जी। जे हा बीजै सो लुणै, मथे जो लिखे आस। जो भी बीज बोवोगे ओही साड़ी फसल तैयार होवेगी, मथे दे उत्ते संस्कार बनेंगे, ओही सानू खाना दुख खुशी गम साड़ी किस्मत प्रारब्ध जिन्हों कहने आपां साड़े किस्मत ओही बनती है। संस्कारा तो साड़ी किस्मत बनती है, संस्कार साड़े बनते ने साडे कर्मा तो। कर्म कितना कमाने, माड़े कर्म कमा ले दुख दुख आ गया, चंगे कर्म कमा ले सुख आ गया। रब का नाम जप लिया खुशियां आ गई, रब का नाम नहीं जपया दुख आ गए, रब तो टुट गए दुख आ गए। जदों तुसी वेखियो तुहानू जो दुख आवणगे तो याद रखना, जिहड़े लोग कई बार कहिंदे ने जी अही ना रब दे पासे जदों चलदे आ सानू ज़्यादा दुख आउंदे ने, इह एवें कहानियां ने, इहो जिहियां कहानियां ना मैनू सुनाया करो। रब दे चरणां नाल जुड़ के तो सुख आउंदे ने, दुख ते आ ही नहीं सकदे। रब ते दुखां नू दूर करदा है, बाणी कहिंदी दुख भंजन तेरा नाम जी, दुखां नू खत्म करन वाला उहदा नाम है। दुख किदां आ सकदे ने? तो जे कोई बंदा कहे नहीं जी असी जी रब दे पासे जदों जाईदा जी दुख, अरे तुहाडे दिमाग विच नुक्स है, तुसीं अपने नुक्स नू जाके ठीक करो। तुसीं जदों सोच लिया पहले ही सोच लिया, क्योंकि जदों घरों सोच लिया वहमां भरमां च पए हो, पहले ही सोच लिया रब गुरु को कितें जावांगे, कितें इदां दी रब दी तीर्थ करांगे, गुरु कोल जावांगे, भगवान को जावांगे, कितें जावांगे रब दे पासे चलांगे, दुख मिलणगे। जदों पहले ही मनसा इदां दी पैदा कर ली, इच्छा पैदा कर ली, तो रब ने तो पूरी कर ही देनी है, आ गया पुत्तर तो लाला दुख लाला, क्योंकि तू घरों सोच के ये होई आया, तुसीं तो पहले ही अपना मन बनाया था, इसे किसी का कसूर नहीं। जो तुसीं इच्छा सोच के रब को जाना है उहो इच्छा तुहाडी रब ने पूरी करनी, तो तुम पहले ही इच्छा पहले ही सोची दी है कि हूँ तो दुख मिलने ने जी रब के रस्ते तुर पे हाँ, तो रस्ते से सलाह करना दुख मिलने ने हूँ सानू रब के रस्ते चलना, तो महाराज ने कहना हाँ पुत्र सोच के आया मैं तेन यो ही तेन देना, क्योंकि सोच तू भाग लगने ने। तो तुम सोच के की करना? गुरु को जाना, भगवान को जाना, सोच के जाना आ खुशियां लैन जा रहे हैं, मौजा लैन जा रहे हैं, पैसे लैन जा रहे हैं, आनंद लैन जा रहे हैं, ये सोचा सोच के जाओ, तो महाराज ने तुहानू ओही सौगातां तुहाडी झोली च पाई जानी। पुत्र सोच के आया लै, जो सोच के आया लै, तेरी सोच दे विच भाग लगणगे, तेरी सोच नू भाग लगणगे, तेरी सोच नू भाग लगणगे, और सोच नू ते भाग लगणे ने। जिहड़ा बंदा बैठा हुंदा इहदा इहदा बै देखते हैं देखते हैं सुने देखते रहते ने, शरदा शुरदा नहीं लैके आए। जो शरदा कर सेवंदे अगे गुरु पार उतारन हार,
ਗੁਰੂ ਭਾਰ ਕਿਹਨੂੰ ਉਤਾਰਦਾ? ਜਿਹਦੇ ਕੋਲ ਸ਼ਰਧਾ ਹੁੰਦੀ ਹੈ। ਹੁਣ ਔਰੰਗਜ਼ੇਬ ਕੋਲ ਸ਼ਰਧਾ ਨਹੀਂ ਸੀ, ਗੁਰੂ ਵੱਡਾ ਹੈ, ਗੁਰੂ ਗੋਬਿੰਦ ਸਿੰਘ ਦੇ ਕੋਲ ਤਾਕਤ ਹੈ, ਪਰ ਉਹ ਤਾਕਤ ਔਰੰਗਜ਼ੇਬ ਨੂੰ ਨਹੀਂ ਮਿਲ ਰਹੀ। ਕਿਉਂ? ਕਿਉਂਕਿ ਔਰੰਗਜ਼ੇਬ ਨੂੰ ਸ਼ਰਧਾ ਨਹੀਂ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਿੱਚ। ਉਹ ਲੜਾਈਆਂ ਕਰਦਾ ਉਹਨਾਂ ਨਾਲ, ਭਾਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ ਤਾਕਤ ਹੈ, ਪਰ ਉਸ ਤਾਕਤ ਨੂੰ ਮਹਾਰਾਜ ਜੀ ਵਰਤ ਨਹੀਂ ਸਕਦੇ ਉਹਨਾਂ ਚਿਕਰ, ਜਿਸ ਚਿਕਰ ਕੋਈ ਮਨੁੱਖ ਉਹਨਾਂ ਨੂੰ ਸ਼ਰਧਾ ਨਾ ਵਿਖਾਵੇ। ਜਦੋਂ ਸ਼ਰਧਾ ਵਿਖਾਵੇਗਾ ਮਨੁੱਖ, ਮਹਾਰਾਜ ਜੀ ਉਹਦੀ ਝੋਲੀ ਭਰ ਦੇਣਗੇ। ਸਮਝ ਆ ਗਈ ਤੁਹਾਨੂੰ? ਔਰੰਗਜ਼ੇਬ ਨੂੰ ਉਹਦੀ ਸ਼ਰਧਾ, ਔਰੰਗਜ਼ੇਬ ਦੀ ਸ਼ਰਧਾ ਕਿਹਦੇ 'ਚ ਹੈ? ਔਰੰਗਜ਼ੇਬ ਦੀ ਸ਼ਰਧਾ ਹੈ ਖੁਦਾ ਦੇ ਵਿੱਚ, ਅਤੇ ਖੁਦਾ ਨੇ ਉਹਨੂੰ ਤੌਫੀਕ ਬਖਸ਼ੀ ਹੈ। ਪਰ ਲੜਾਈ ਕਰ ਰਿਹਾ ਉਹ ਕਲਗੀਧਰ ਪਾਤਸ਼ਾਹ ਨਾਲ, ਕਿਉਂਕਿ ਕਲਗੀਧਰ ਦੇ ਵਿੱਚ ਉਹਦੀ ਸ਼ਰਧਾ ਨਹੀਂ ਹੈਗੀ। ਨਾ, ਮੈਂ ਨਹੀਂ ਕਰਦਾ ਸ਼ਰਧਾ ਇਹਨਾਂ 'ਚ, ਅਤੇ ਮਹਾਰਾਜ ਨੇ ਉਹਨਾਂ ਨੂੰ ਦਿੱਤਾ ਵੀ ਕੁਝ ਨਹੀਂ। ਹਾਂ ਠੀਕ ਹੈ ਬਈ, ਬੈਠਾ ਰਹਿ, ਨਹੀਂ ਮੈਂ ਤੈਨੂੰ ਦੇਣਾ, ਨਹੀਂ ਮੈਂ ਤੈਨੂੰ ਕਿਰਪਾ ਦੇਣੀ। ਕਿਰਪਾ ਕੋਈ ਇੱਦਾਂ ਹੀ ਲੈ ਲਏਗਾ? ਉਹ ਕਿਰਪਾ ਵਾਸਤੇ ਵੀ ਝੋਲੀਆਂ ਅੱਡਣੀਆਂ ਪੈਂਦੀਆਂ ਮਹਾਰਾਜ ਦੇ ਉੱਤੇ ਸ਼ਰਧਾ ਕਰਨੀ। ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ। ਵੇਦਾਂ 'ਚ ਵੀ ਆਖ ਦਿੱਤਾ ਸ਼ਰਧ ਤਤਸਵ ਤਾਤ, ਸ਼ਰਧ ਤਤਸਵ ਤਾਤ, ਸ਼ਰਧ ਤਤਸਵ। ਸ਼ਰਧਾ ਇੱਕ ਵਾਰ ਨਹੀਂ, ਸ਼ਰਧਾ ਦੋ ਦੋ ਵਾਰ ਇਕੱਠੀ ਕਰੋ, ਅਤੇ ਜਦੋਂ ਗੁਰੂ ਕੋਲ ਜਾਣਾ ਦੋ ਦੋ ਵਾਰ ਸ਼ਰਧਾ ਇਕੱਠੀ ਕਰੋ ਆਪਣੇ ਸਰੀਰ 'ਚ, ਅਤੇ ਗੁਰੂ ਦੇ ਚਰਨਾਂ 'ਚ ਫਿਰ ਜਾ ਕੇ ਅਰਪਣ ਕਰ ਦਿਓ ਸ਼ਰਧਾ ਨੂੰ। ਵੇਖੋ ਫਿਰ ਗੁਰੂ ਪਾਗਲਾ ਦੇਗਾ, ਗੁਰੂ ਕਿਰਪਾ ਕਰ ਦੇਗਾ। ਸ਼ਰਧਾ ਦੇ ਨਾਲ ਗੁਰੂ ਕੋਲ ਜਾਓ, ਜਦੋਂ ਵੀ ਜਾਓ, ਕਿਸੇ ਸੰਤ ਕੋਲ ਜਾਓ, ਮਹਾਂਪੁਰਖ ਕੋਲ ਜਾਓ, ਸ਼ਰਧਾ ਦੇ ਨਾਲ ਜਾਓ, ਫਿਰ ਵੇਖੋ ਜੇ ਪਾਰ ਉਤਾਰਾ ਨਾ ਹੋਵੇ ਤਾਂ ਫਿਰ ਕਹੋ। ਪਹਿਲਾਂ ਹੀ ਆਪਣੇ ਮਨ ਵਿੱਚ ਵਿਚਾਰ ਪੈਦਾ ਕਰਕੇ ਜਾਓ, ਮਹਾਰਾਜ ਜੀ ਆਹ ਦਰਸ਼ਨ ਭੇਖਣ ਕਾ ਚਾਓ, ਅਸੀਂ ਦਰਸ਼ਨ ਦੇਖਣ ਮਹਾਰਾਜ, ਅਸੀਂ ਅੰਦਰੋਂ ਮਹਾਰਾਜ ਦਰਸ਼ਨ ਲੈਣ ਲੁੱਟਣ ਆਏ ਹਾਂ, ਤੁਹਾਡੇ ਦਰਸ਼ਨ ਕਰਨ ਆਏ ਹਾਂ, ਹੈ ਨਾ। ਚਾਹ ਚੜਿਆ, ਖੁਸ਼ੀ ਆਈ ਹੈ, ਇਹ ਖੁਸ਼ੀਆਂ ਨੇ। ਜਿਸ ਖੁਸ਼ੀ 'ਚ, ਜਿਸ ਚਾਹ 'ਚ ਤੁਸੀਂ ਮਹਾਰਾਜ ਦੇ ਕੋਲ ਜਾਣਾ, ਉਸੇ ਚਾਹ 'ਚ ਮਹਾਰਾਜ ਨੇ ਤੁਹਾਨੂੰ ਇੱਦਾਂ ਖਜ਼ਾਨੇ ਵੰਡਣੇ ਨੇ। ਲੈ ਪੁੱਤਰ ਮੌਜ ਲੈ, ਤੂੰ ਖੁਸ਼ੀਆਂ ਲੈ, ਤੁਸੀਂ ਕਰਕੇ ਵੇਖਣਾ ਅੱਜ, ਅੱਜ ਹੀ ਵੇਖ ਲਓ, ਕੱਲ੍ਹ ਕੀ ਵੇਖਣਾ, ਹੁਣੇ ਤਾਂ ਆਏ ਹੋਏ ਹੋ, ਹੁਣੇ ਵੇਖ ਲਓ, ਥੋੜ੍ਹੀ ਸ਼ਰਧਾ ਰੱਖ ਲਓ, ਭਰੋਸਾ ਕਰ ਲਓ, ਔਰ ਅੰਦਰ ਬਸ ਕਿਰਪਾ ਲੈਣੀ, ਬਸ ਇਹ ਦੇ ਦਿਓ, ਇਹ ਕਰਨਾ, ਬਸ ਅੰਦਰ ਚਾਹ ਪੈਦਾ ਕਰ ਲਓ, ਖੁਸ਼ੀ ਪੈਦਾ ਕਰ ਲਓ, ਔਰ ਸ਼ਰਧਾ ਪੈਦਾ ਕਰ ਲਓ। ਵੇਖੋ ਫਿਰ ਅੱਜ ਤੁਹਾਨੂੰ ਉਹ ਚੀਜ਼ ਮਿਲਦੀ ਜਿਹੜੀ ਚੀਜ਼ ਤੁਸੀਂ ਸੋਚੀ, ਅੱਜ ਪੂਰੀ ਹੁੰਦੀ ਕਿ ਨਹੀਂ ਹੁੰਦੀ, ਸੋਚ ਕੇ ਵੇਖੋ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਆਪ ਹੀ ਪਤਾ ਲੱਗ ਜਾਣਾ, ਆਪ ਹੀ ਪਤਾ ਚੱਲ ਜਾਣਾ ਕਿ ਇਹ ਗੱਲ ਸੱਚ ਹੈਗੀ, ਜਾਣ ਹੈਗੀ, ਤਾਕਤ ਹੈਗੀ, ਮੈਂ ਗੱਲ ਜੋ ਕਰ ਰਿਹਾ ਇਹ 'ਚ ਸੱਚਾਈ ਹੈਗੀ ਕਿ ਨਹੀਂ ਹੈਗੀ, ਆਪ ਹੀ ਪਤਾ ਲੱਗ ਜਾਣਾ। ਥੋੜ੍ਹਾ ਜਿਹਾ ਸ਼ਰਧਾ ਵਧਾਓ, ਆਪਣੀ ਸ਼ਰਧਾ ਨੂੰ ਉੱਚੇ ਉੱਚਾ ਕਰੋ, ਫਿਰ ਜਾਓ ਗੁਰੂ ਦੇ ਦੁਆਰੇ, ਫਿਰ ਜਾਓ ਸੰਤ ਦੇ ਦੁਆਰੇ, ਫਿਰ ਜਾਓ ਤੀਰਥ, ਫਿਰ ਜਾਓ ਸਤਸੰਗ 'ਚ, ਫਿਰ ਜਾਓ ਕੀਰਤਨ 'ਚ, ਫਿਰ ਜਾਓ ਮਹਾਰਾਜ ਦੇ ਚਰਨਾਂ 'ਚ। ਆਹ ਕਿਰਪਾ ਹੀ ਕਿਰਪਾ, ਫਿਰ ਮਹਾਰਾਜ ਨੇ ਰਹਿਮਤਾਂ ਹੀ ਰਹਿਮਤਾਂ, ਫਿਰ ਅਤੇ ਫਿਰ ਤਾਂ ਸਮਝ ਲਓ ਬੇੜਾ ਪਾਰ ਹੋ ਗਿਆ। ਹਾਂਜੀ, ਰਹਿਣ ਵਿਹਾਣੀ ਪਛਤਾਣੀ, ਉੱਠ ਚਲੀ ਗਈ ਨਿਰਾਸ। ਰਹਿਣ ਵਿਹਾਣੀ ਪਛਤਾਣੀ, ਉੱਠ ਚਲੀ ਗਈ ਨਿਰਾਸ। ਮਹਾਰਾਜ ਬੜੇ ਸਿੱਧੇ ਸਿੱਧੇ ਬੋਲ ਨੇ, ਰਾਤਾਂ ਖਰਾਬ ਕਰ ਲਈਆਂ, ਹੁਣ ਪਛਤਾਵਾ ਹੋਵੇਗਾ, ਰਾਤਾਂ ਖਰਾਬ ਕਰ ਲਈਆਂ, ਹੁਣ ਪਛਤਾਉਣ ਦੀ ਵਾਰੀ ਹੈ। ਹਾਂ, ਪਛਤਾਵਾ ਆਉਂਦਾ ਹਰ ਇੱਕ ਨੂੰ ਆਉਂਦਾ। ਇੱਕ ਤੁਹਾਨੂੰ ਮੈਂ ਸਾਖੀ ਸੁਣਾਉਂਦਾ, ਪੰਚਮ ਪਾਤਸ਼ਾਹ ਜੀ ਦੀ ਇਹ ਸਾਖੀ ਹੈ, ਸੱਤੇ ਅਤੇ ਬਲਵੰਤੇ ਦੀ, ਇਹ ਤਾਂ ਸੁਣੀ ਹੋਵੇਗੀ, ਅੱਜ ਫਿਰ ਮੈਂ ਤੁਹਾਨੂੰ ਸੁਣਾਉਂਦਾ। ਇਹ ਦੋ ਸੇਵਾਦਾਰ ਹੋਏ ਨੇ, ਇਹ ਕੀਰਤਨੀਏ ਸਨ ਦੋਨੋਂ,
ਭਰਾ ਸਨ, ਕੀਰਤਨੀਏ ਸਨ ਔਰ ਕੀਰਤਨ ਕਰਦੇ ਸੀ ਮਹਾਰਾਜ ਦੇ ਦਰਬਾਰ 'ਚ, ਬੜਾ ਮਿੱਠਾ ਕੀਰਤਨ ਕਰਦੇ ਸੀ। ਕੀਰਤਨ 'ਚ ਧਿਆਨ ਸੀ, ਮਹਾਰਾਜ ਦੇ ਚਰਨਾਂ 'ਚ ਧਿਆਨ ਸੀ, ਪਰ ਨਾਲ ਨਾਲ ਮਾਇਆ ਦੇ ਵਿੱਚ ਵੀ ਧਿਆਨ ਸੀ, ਪੈਸੇ ਦੇ ਵਿੱਚ ਵੀ ਧਿਆਨ ਸੀ। ਇਹ ਜਦੋਂ ਕੀਰਤਨ ਕਰਦੇ ਸਨ ਇਹਨਾਂ ਦਾ ਮਨ ਲਾਲਚੀ ਸੀ, ਧਿਆਨ ਇਹਨਾਂ ਦਾ ਭਟਕ ਜਾਂਦਾ ਸੀ, ਪੈਸਿਆਂ ਦੇ ਵਿੱਚ ਚਲ ਜਾਂਦਾ ਸੀ। ਚਲੋ ਕੋਈ ਗੱਲ ਨਹੀਂ, ਉਹ ਪੈਸੇ ਦੇ ਵਿੱਚ ਜਿਹੜਾ ਧਿਆਨ ਖੁੱਭਾ ਸੀ ਉਹ ਨਜ਼ਰ ਕਦੋਂ ਆਇਆ, ਜਦੋਂ ਇਹਨਾਂ ਦੇ ਘਰ 'ਚ ਇਹਨਾਂ ਦੀ ਭੈਣ ਦਾ ਵਿਆਹ ਸੀ। ਵਿਆਹ ਰੱਖ ਲਿਆ, ਹੁਣ ਵਿਆਹ ਦਾ ਸਾਰਾ ਕੁਝ ਹੋ ਗਿਆ ਅਤੇ ਮਹਾਰਾਜ ਨੂੰ ਇਹਨਾਂ ਨੇ ਬੇਨਤੀ ਕੀਤੀ। ਸਵੇਰੇ ਅੰਮ੍ਰਿਤ ਵੇਲੇ ਦੇ ਦੀਵਾਨ ਸਨ, ਸੱਜੇ ਸਨ, ਸਵੇਰੇ ਅੰਮ੍ਰਿਤ ਵੇਲੇ ਆਸਾਂ ਦੀ ਵਾਰ ਦਾ ਕੀਰਤਨ ਹੋਇਆ, ਖੂਬ ਦੀਵਾਨ ਸੱਜੇ, ਬੜੀਆਂ ਸੰਗਤਾਂ ਆਈਆਂ, ਭੇਟਾਂ ਪੈਸੇ ਮਹਾਰਾਜ ਦੇ ਚਰਨਾਂ 'ਚ ਪੈਸੇ, ਸੰਗਤ ਆ ਕੇ ਸੇਵਾ ਚੜ੍ਹਾਉਂਦੀ ਸੀ, ਪੈਸੇ ਚੜ੍ਹਾਉਂਦੀ ਸੀ ਅਤੇ ਬੜੇ ਅੱਜ ਕਿਰਪਾ ਹੋਈ, ਪੈਸੇ ਮਾਇਆ ਵੱਲ ਵੇਖ ਕੇ ਅਤੇ ਸੱਤਾ ਬਲਵੰਤਾਂ ਨੇ ਮਹਾਰਾਜ ਨੂੰ ਦੀਵਾਨ ਤੋਂ ਬਾਅਦ ਬੇਨਤੀ ਕਰ ਦਿੱਤੀ, ਮਹਾਰਾਜ ਜੀ ਸਾਡੀ ਭੈਣ ਦਾ ਵਿਆਹ ਅਤੇ ਤੁਸੀਂ ਕਿਰਪਾ ਕਰੋ ਕਿ ਕੱਲ੍ਹ ਜਦੋਂ ਸਵੇਰ ਦੇ ਦੀਵਾਨ ਹੋਣਗੇ ਅਤੇ ਜਿਹੜਾ ਵੀ ਚੜਾਵਾ ਚੜ੍ਹੇਗਾ, ਭੇਂਟਾ ਆਵੇਗੀ, ਉਹ ਮਹਾਰਾਜ ਜੀ ਸਾਡੀ ਉਹ ਸਾਨੂੰ ਦਿੱਤੀ ਜਾਵੇ। ਮਹਾਰਾਜ ਜੀ ਕਹਿਣ ਲੱਗੇ ਬਈ ਤੁਹਾਨੂੰ ਕਿਸੇ ਚੀਜ਼ ਦੀ ਕਮੀ ਹੈ, ਵਿਆਹ ਗੁਰੂ ਨੇ ਹੀ ਕਰਨਾ, ਗੁਰੂ ਨੇ ਕਿਰਪਾ ਕਰਨੀ ਵਿਆਹ 'ਤੇ, ਅਤੇ ਤੁਸੀਂ ਸਿੱਧਾ ਹੀ ਇੱਦਾਂ ਕਹਿ ਦਿੰਦੇ ਮਹਾਰਾਜ ਕੋਈ ਵੀ ਮੰਗ ਲਓ ਕਿ ਸਾਡੇ ਮਹਾਰਾਜ ਜੀ ਭੈਣ ਦਾ ਵਿਆਹ ਅਤੇ ਤੁਸੀਂ ਸਾਰੇ ਕਾਰਜ ਕਰਨੇ ਨੇ। ਨਹੀਂ ਨਹੀਂ ਮਹਾਰਾਜ ਜੀ, ਮਾਇਆ ਦੀ ਬੜੀ ਲੋੜ ਹੈ ਅਤੇ ਸਾਨੂੰ ਤੁਸੀਂ ਇੱਦਾਂ ਕਰੋ, ਮਾਇਆ ਚਾਹੀਦੀ। ਉਹ ਅੰਦਰੋਂ ਲਾਲਚ ਆਇਆ ਦਾ, ਕਿਉਂਕਿ ਮਾਇਆ ਚੜ੍ਹੀ ਬੜੀ, ਮਹਾਰਾਜ ਮਾਇਆ ਇਹ ਇੱਕ ਦਿਨ ਦੀ ਮਾਇਆ ਸਾਡੀ ਹੈ। ਮਹਾਰਾਜ ਕਹਿੰਦੇ ਚਲੋ ਜਿੱਦਾਂ ਤੁਹਾਡੀ ਮਰਜ਼ੀ ਹੈ ਬਈ, ਤੁਸੀਂ ਠੀਕ ਹੈ। ਅਗਲਾ ਦਿਨ ਚੜ੍ਹਿਆ, ਉਹਨਾਂ ਕੀਰਤਨੀਆਂ ਨੇ ਕੀਤਾ ਕੀਰਤਨ, ਸੱਤੇ ਅਤੇ ਬਲਵੰਤੇ ਨੇ, ਅਤੇ ਕੀਰਤਨ ਕਰਨ ਤੋਂ ਬਾਅਦ ਉੱਥੇ ਮਾਇਆ ਚੜ੍ਹੀ ਨਹੀਂ, ਸੰਗਤ ਬਹੁਤ ਘੱਟ ਆਈ, ਟਾਵੇਂ ਟਾਵੇਂ ਲੋਕ ਆਏ ਅਗਲੇ ਦਿਨ, ਅਤੇ ਸੰਗ ਮਾਇਆ ਚੜ੍ਹੀ ਨਹੀਂ, ਜਿਹੜੀ ਇੰਨੀ ਮਾਇਆ ਚੜ੍ਹਦੀ ਸੀ ਉਸ ਦਿਨ ਮਾਇਆ ਕਿਸੇ ਨੇ ਜ਼ਿਆਦਾ ਚੜ੍ਹਾਈ ਨਹੀਂ, ਔਰ ਥੋੜ੍ਹੇ ਜਿਹੇ ਖਜ਼ਾਨੇ ਆਏ ਮਹਾਰਾਜ ਦੇ ਭੇਂਟਾਂ, ਦਰਸ਼ਨ ਭੇਂਟਾਂ ਵਾਸਤੇ ਐਵੇਂ ਥੋੜ੍ਹੇ ਜਿਹੇ, ਅਤੇ ਉਹ ਸੱਤਾ ਅਤੇ ਬਲਵੰਤਾ ਕੀਰਤਨ ਕਰਦੇ ਕਰਦੇ ਉਹਨਾਂ ਦਾ ਮਨ ਮਯੂਸ ਹੋ, ਕੀਰਤਨ ਵਿੱਚ ਵੀ ਧਿਆਨ ਨਾ ਲੱਗਾ, ਦੁਖੀ ਪਰੇਸ਼ਾਨ ਹੋ ਕੇ ਕੀਰਤਨ ਕੀਤਾ, ਉਸ ਦਿਨ ਸਰਸ ਨਾ ਆਇਆ, ਮਹਾਰਾਜ ਨੂੰ ਵੀ ਨਹੀਂ ਆਇਆ, ਸੰਗਤ ਨੂੰ ਵੀ ਨਹੀਂ ਆਇਆ, ਧਿਆਨ ਉਹਨਾਂ ਦਾ ਮਾਇਆ 'ਚ ਫਸਿਆ ਸੀ। ਉਹ ਹੁਣ ਮਾਇਆ ਹੁਣ ਚੜ੍ਹੀ ਉਨੀ, ਮਹਾਰਾਜ ਜੀ ਨੇ ਉਹਨਾਂ ਨੂੰ ਆਖਿਆ ਬਈ ਲਓ ਬਈ ਆਪਣੀ ਮਾਇਆ ਚੱਕ ਲਓ। ਉਹ ਬੜੇ ਦੁਖੀ, ਨਾਲ ਅੰਦਰੋਂ ਕੋਸੀ ਜਾਮਣ, ਨਾਲ ਇਹ ਕਹੀ ਜਾਮਣ ਕਿ ਅੱਜ ਸਾਡੇ ਨਾਲ ਗੁਰੂ ਨੇ ਧੋਖਾ ਕਰਤਾ, ਗੁਰੂ ਮਹਾਰਾਜ ਜੀ ਨੇ ਚੰਗਾ ਨਹੀਂ ਕੀਤਾ ਸਾਡੇ ਨਾਲ, ਪਰੇਸ਼ਾਨ ਹੋ ਗਏ ਅਤੇ ਸਲਾਹ ਅੰਦਰ ਆਪਸ ਵਿੱਚ ਗੱਲਾਂ ਕਰਦੇ ਕਰਦੇ ਮਾੜੇ ਚੰਗੇ ਅੰਦਰੋਂ ਦੁਖੀ ਹੋ ਕੇ ਹਿਰਦੇ ਤੋਂ ਕਿ ਅੱਜ ਸੰਗਤ ਨੂੰ ਰੋਕਿਆ ਗਿਆ, ਮਹਾਰਾਜ ਨੇ ਜ਼ਰੂਰ ਸੰਗਤ ਰੋਕ ਦਿੱਤੀ ਕਿਉਂਕਿ ਅਸੀਂ ਮੰਗ ਲਈ ਸੀ, ਭੇਂਟਾਂ ਮੰਗ ਲਈ ਸੀ, ਮਹਾਰਾਜ ਨੇ ਜਾਣ ਕੇ ਲੋਕਾਂ ਨੂੰ ਕਿਹਾ ਕਿ ਨਹੀਂ ਆਉਣਾ, ਦੂਜਾ ਉਹਨਾਂ ਨੂੰ ਕਿਹਾ ਤਾਂ ਨਾ ਮਾਇਆ ਚੜਾਓ, ਇਹ ਜ਼ਰੂਰ ਮਹਾਰਾਜ ਨੇ ਸਾਨੂੰ ਧੋਖਾ ਕੀਤਾ। ਗੁਰੂ 'ਤੇ ਸ਼ੱਕ ਹੋ ਗਿਆ ਅਤੇ ਗੁਰੂ ਦੇ ਉੱਤੇ ਹੁਣ ਆਪਣੇ ਸ਼ੱਕ ਕਰਕੇ ਅਤੇ ਲਾਮੇ ਦੇਣ ਲੱਗ ਪਏ, ਗੁਰੂ ਨੂੰ ਅੰਦਰੋਂ ਕੋਸਣ ਲੱਗ ਪਏ ਕਿ ਗੁਰੂ ਨੇ ਧੋਖਾ ਕਰ ਲਿਆ ਸਾਡੇ ਨਾਲ, ਅਤੇ ਘਰ ਵਿੱਚ ਬੈਠ ਗਏ। ਉਹ ਫਿਰ ਕੀ ਕੀਤਾ, ਮਹਾਰਾਜ ਜੀ ਨੇ ਸੁਨੇਹਾ ਭਿਜਵਾਇਆ, ਅਗਲੇ ਦਿਨ ਫਿਰ ਦੀਵਾਨ ਸੱਜੇ ਅਤੇ ਕੀਰਤਨ, ਅਤੇ ਕੀਰਤਨੀ ਕੀਰਤਨੀਆਂ ਕੀਰਤਨ ਨਹੀਂ ਕਰਨਗੇ ਅਤੇ ਕੀਰਤਨ ਕਿੱਦਾਂ ਹੋਏਗਾ। ਅੰਮ੍ਰਿਤ ਵੇਲਾ ਹੋਇਆ, ਮਹਾਰਾਜ ਨੇ
ਸੁਨੇਹਾ ਭੇਜਿਆ, ਬੰਦੇ ਭੇਜੇ, ਮਹਾਰਾਜ ਜੀ ਆ ਕੇ ਸੱਜ ਗਏ, ਸੰਗਤ ਆ ਕੇ ਸੱਜ ਗਈ। ਉਸ ਦਿਨ ਸੰਗਤ ਬੜੀ ਆਈ, ਉਸ ਦਿਨ ਸੰਗਤ ਵੀ ਸੱਜ ਗਈ, ਮਹਾਰਾਜ ਜੀ ਵੀ ਸੱਜ ਗਏ, ਸਾਰੇ ਸੱਜ ਗਏ। ਪਰ ਹੁਣ ਸੱਤਾ ਅਤੇ ਬਲਵੰਤਾ ਨਹੀਂ ਆਏ, ਕੀਰਤਨੀਆਂ ਆਏ ਹੀ ਨਹੀਂ। ਮਹਾਰਾਜ ਨੇ ਘਰ 'ਚ ਸੁਨੇਹਾ ਭਿਜਵਾਇਆ, ਲਾਗੇ ਹੀ ਘਰ ਸੀ, ਸੁਨੇਹਾ ਭਿਜਵਾਇਆ। ਕਹਿੰਦੇ ਬਈ ਗੱਲ ਇਹ ਹੈ, ਉਹਨਾਂ ਨੂੰ ਕਹੋ ਕਿ ਕੀ ਗੱਲ ਬਈ, ਸਵੇਰ ਅੰਮ੍ਰਿਤ ਵੇਲਾ ਹੋ ਗਿਆ, ਇਸ ਵਕਤ ਉਹ ਆ ਜਾਂਦੇ ਨੇ, ਕੀ ਗੱਲ ਹੈ, ਜਾਓ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਲੈ ਕੇ ਆਓ। ਉਹ ਜਦੋਂ ਸੰਗਤ ਗਈ ਲੈਣ ਵਾਸਤੇ ਭੇਜਿਆ, ਸੁਨੇਹਾ ਭੇਜਿਆ ਆਪਣੇ ਮਹਾਰਾਜ ਨੇ ਭੇਜਿਆ ਕਿ ਜਾਓ ਬਈ ਲੈ ਕੇ ਆਓ ਉਹਨਾਂ ਨੂੰ, ਦਰਬਾਰ ਤੋਂ ਸੇਵਾਦਾਰ ਭੇਜੇ। ਗੁਰੂ ਸਿੱਖ ਗਏ ਜਦੋਂ ਘਰ 'ਚ ਲੈਣ ਵਾਸਤੇ, ਉਹਨਾਂ ਨੇ ਕੁੰਡਾ ਹੀ ਨਹੀਂ ਖੋਲ੍ਹਿਆ, ਦਰਵਾਜ਼ਾ ਹੀ ਨਹੀਂ ਖੋਲ੍ਹਿਆ, ਬਾਰੋ ਬਾਰ ਭਜਾ ਤਾ ਉਹ ਭੱਜ ਜਾਓ, ਮੈਂ ਨਹੀਂ ਤੈਨੂੰ ਖੋਲ੍ਹਣਾ। ਉਹ ਕਹਿ ਦਿਉ ਜਾ ਕੇ ਕੋਈ ਸਾਡਾ ਗੁਰੂ ਨਹੀਂ, ਗੁਰੂ ਇੱਦਾਂ ਕਰਦਾ ਗੁਰੂ ਸੇਵਕਾਂ ਨਾਲ, ਅਸੀਂ ਨਹੀਂ ਗੁਰੂ ਮੰਨਦੇ ਉਹਨਾਂ ਨੂੰ, ਅਸੀਂ ਨਹੀਂ ਆਉਣਾ ਉੱਥੇ, ਇੱਦਾਂ ਦੀਆਂ ਗੱਲਾਂ ਕਰ ਦਿੱਤੀਆਂ। ਜਦੋਂ ਇੱਦਾਂ ਦੀ ਗੱਲ ਮਹਾਰਾਜ ਤੱਕ ਪਹੁੰਚੀ, ਮਹਾਰਾਜ ਨੇ ਫਿਰ ਵੀ ਕੋਈ ਦੁਖੀ ਨਹੀਂ ਹੋਏ, ਮਹਾਰਾਜ ਇੱਦਾਂ ਨਹੀਂ ਕੋਈ। ਮਹਾਰਾਜ ਨੇ ਕੀ ਕੀਤਾ, ਬਾਬਾ ਬੁੱਢਾ ਜੀ ਨੂੰ ਆਖਿਆ, ਬਾਬਾ ਜੀ ਤੁਸੀਂ ਜਾਓ, ਤੁਸੀਂ ਜਾ ਕੇ ਉਹਨਾਂ ਨੂੰ ਮਨਾ ਕੇ ਲਿਆਓ। ਬਾਬਾ ਬੁੱਢਾ ਜੀ ਨੂੰ ਭੇਜਿਆ ਕਿ ਬਾਬਾ ਜੀ ਤੁਹਾਡੀ ਗੱਲ ਸਾਰੇ ਸੁਣਦੇ ਨੇ, ਤੁਸੀਂ ਜਾ ਕੇ ਉਹਨਾਂ ਨੂੰ ਮਨਾਓਗੇ, ਉਹਨਾਂ ਨੂੰ ਅਕਲ ਦਿਓਗੇ, ਉਹਨਾਂ ਨੇ ਮੰਨ ਜਾਣਾ, ਥੋੜ੍ਹਾ ਗੁੱਸਾ ਹੋਏਗਾ, ਤੁਸੀਂ ਠੀਕ ਕਰ ਲੈਣਾ। ਬਾਬਾ ਬੁੱਢਾ ਜੀ ਗਏ ਨੇ, ਬਿਰਧ ਬਾਬਾ। ਜਦੋਂ ਬਾਬਾ ਜੀ ਜਾ ਕੇ ਉਹਨਾਂ ਨੂੰ ਮਨਾਉਣ ਵਾਸਤੇ, ਤਾਂ ਬਾਬਾ ਜੀ ਦੀ ਵੀ ਗੱਲ ਨਹੀਂ ਉਹਨਾਂ ਨੇ ਸੁਣੀ, ਬਾਬਾ ਜੀ ਨੂੰ ਵੀ ਵਾਪਸ ਭੇਜ ਦਿੱਤਾ। ਬਾਬਾ ਬੁੱਢਾ ਜੀ ਨੂੰ ਵੀ ਕਹਿ ਦਿੱਤਾ, ਨਹੀਂ ਬਾਬਾ ਜੀ ਤੁਹਾਡੀ ਅਸੀਂ ਇੱਜ਼ਤ ਬੜੀ ਕਰਦੇ ਹਾਂ, ਤੁਸੀਂ ਗੁਰੂ ਨਾਨਕ ਦੇ ਸਮੇਂ ਦੇ ਗੁਰੂ ਸਿੱਖ ਹੋ, ਗੁਰਮੁਖ ਹੋ, ਅਸੀਂ ਤੁਹਾਡੇ ਆਇਆਂ ਦੀ ਇੱਜ਼ਤ ਕਰਦੇ ਹਾਂ, ਪਰ ਨਹੀਂ ਅਸੀਂ ਨਹੀਂ ਜਾਣਾ, ਸਾਡੇ ਕੋਈ ਨਾ ਆਵੇ, ਅਸੀਂ ਕੋਈ ਗੁਰੂ ਨੂੰ ਨਹੀਂ ਮੰਨਦੇ, ਇੱਦਾਂ ਦੀ ਗੱਲ ਕਰਦੇ। ਮਹਾਰਾਜ ਜੀ ਕਹਿਣ ਲੱਗੇ, ਬਾਬਾ ਬੁੱਢਾ ਜੀ ਦੀ ਗੱਲ ਸੁਣੀ, ਬਾਬਾ ਜੀ ਕਹਿਣ ਲੱਗੇ, ਨਹੀਂ ਉਹ ਨਹੀਂ ਆਉਂਦੇ, ਜ਼ਿਆਦਾ ਉਹ ਗੁੱਸਾ ਵਿਖਾ ਰਹੇ ਨੇ, ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਸਮਝੇ, ਅਤੇ ਤੁਸੀਂ ਹੁਣ ਮਹਾਰਾਜ ਜੀ ਹੁਕਮ ਕਰੋ। ਮਹਾਰਾਜ ਕਹਿੰਦੇ, ਚਲੋ ਕੋਈ ਗੱਲ ਨਹੀਂ, ਹੁਣ ਮੈਂ ਜਾਣਾ। ਮਹਾਰਾਜ ਜੀ ਖੁਦ ਉੱਠੇ, ਖੁਦ ਸੇਵਕ ਦੇ ਘਰ ਗਏ ਨੇ ਸੱਤੇ ਅਤੇ ਬਲਵੰਤੇ ਵੱਲ, ਕਹਿੰਦੇ ਚਲੋ ਮੈਂ ਜਾਣਾ, ਮੈਂ ਲੈ ਕੇ ਆਉਂਦਾ ਉਹਨਾਂ ਨੂੰ। ਮਹਾਰਾਜ ਜੀ ਖੁਦ ਗਏ, ਖੁਦ ਜਾ ਕੇ ਕੁੰਡਾ ਖੜਕਾਇਆ, ਬਈ ਖੋਲ੍ਹੋ ਅਸੀਂ ਆਏ ਹਾਂ ਲੈਣ ਵਾਸਤੇ, ਬਈ ਆਓ, ਕੀ ਗੱਲ ਹੈ ਪੁੱਤਰ, ਕੀ ਨਾਰਾਜ਼ਗੀ ਸਾਡੇ ਨਾਲੋਂ, ਬਈ ਇੰਨੀ ਗੱਲ ਕੀਤੀ, ਅੰਦਰੋਂ ਤਾਂ ਬਸ ਉਹ ਭਰੇ ਪਏ ਸਨ, ਉਹਨਾਂ ਨੇ ਤਾਂ ਫਿਰ ਬਹੁਤ ਕੁਝ ਬੋਲਣਾ ਸ਼ੁਰੂ ਕਰਤਾ, ਸਾਨੂੰ ਧੋਖਾ ਕੀਤਾ, ਤੁਸੀਂ ਸਾਨੂੰ, ਤੁਸੀਂ ਜਾਣ ਕੇ ਸੰਗਤ ਨਹੀਂ ਬੁਲਾਈ। ਮਹਾਰਾਜ ਜੀ ਚੁੱਪ ਚਾਪ ਸੁਣਦੇ ਰਹੇ। ਮਹਾਰਾਜ ਨੂੰ ਕਹਿ ਦਿੱਤਾ ਕਿ ਤੁਹਾਡੀ ਕਿਹਨੇ ਵਾਟ ਪੁੱਛਣੀ ਹੈ, ਜੇ ਅਸੀਂ ਕੀਰਤਨ ਨਾ ਕਰਾਂਗੇ ਤੁਹਾਡੀ ਕਿਹਨੇ ਵਾਟ ਪੁੱਛਣੀ ਹੈ। ਮਹਾਰਾਜ ਫਿਰ ਵੀ ਸੁਣਦੇ ਰਹੇ, ਜੇ ਅਸੀਂ ਕੀਰਤਨ ਨਾ ਕਰੀਏ ਸੰਗਤ ਉੱਥੇ ਚੜਾਵਾ ਕਿੱਦਾਂ ਚੜਾਵੇਗੀ, ਉੱਥੇ ਕਿੱਦਾਂ ਦਰਸ਼ਨ ਭੇਟਾ ਚੜਾਵੇਗੀ, ਕਿੱਦਾਂ ਸੰਗਤ ਆ ਕੇ ਆਨੰਦ ਲਵੇਗੀ, ਕੀਰਤਨ ਅਸੀਂ ਕਰਦੇ ਹਾਂ ਅਤੇ ਫਾਇਦਾ ਤੁਹਾਨੂੰ ਮਿਲ ਰਿਹਾ। ਮਹਾਰਾਜ ਨੇ ਫਿਰ ਵੀ ਕੁਛ ਨਹੀਂ, ਚੁੱਪ ਕੇ ਸੁਣ ਲਿਆ, ਇਹ ਠੀਕ ਹੈ ਬਈ। ਫਿਰ ਉਹਨਾਂ ਨੇ ਐਡੀ ਵੱਡੀ ਮੂੰਹ 'ਚੋਂ ਗੱਲ ਕਹਿ ਦਿੱਤੀ ਜਿਹੜੀ ਮਹਾਰਾਜ ਨੂੰ ਗੁੱਸਾ ਲੱਗ ਗਿਆ। ਕੀ ਕਿਹਾ, ਗੁਰੂ ਨਾਨਕ ਨੂੰ ਕਿੰਨੇ ਪੁੱਛਣਾ ਸੀ ਜੇ ਮਰਦਾਨਾ ਨਾ ਹੁੰਦੇ, ਮਰਦਾਨਾ ਸੀ ਕਿਉਂਕਿ ਮਰਦਾਨਾ ਨੇ ਕੀਰਤਨ ਕੀਤਾ ਅਤੇ ਗੁਰੂ ਨਾਨਕ ਦੀ ਬਾਤ ਪੁੱਛੀ। ਬਸ ਜਦੋਂ ਇਹ ਗੱਲ ਮਹਾਰਾਜ ਨੇ ਸੁਣੀ ਤਾਂ ਮਹਾਰਾਜ ਅਤੇ ਗੁੱਸੇ ਦੇ ਨਾਲ ਮਹਾਰਾਜ ਨੂੰ ਗੁੱਸਾ, ਕਦੀ ਗੁੱਸਾ ਨਹੀਂ ਆਇਆ ਗੁਰੂ ਅਰਜਨ ਦੇਵ ਜੀ ਮਾ, ਤੱਤੀਆਂ ਤਵੀਆਂ 'ਤੇ ਬੈਠ ਕੇ ਵੀ ਮਹਾਰਾਜ ਜੀ ਗੁੱਸਾ ਨਹੀਂ ਕਰਦੇ, ਇੱਦਾਂ ਦੇ ਮਹਾਰਾਜ ਪਾਤਸ਼ਾਹ ਨੇ, ਸ਼ਾਂਤ ਰਹਿੰਦੇ ਨੇ ਮਨ ਤੋਂ। ਪਰ ਅੱਜ ਮਹਾਰਾਜ ਨੂੰ ਗੁੱਸਾ ਆ ਗਿਆ, ਗੁਰੂ ਦੀ ਕਿਸੇ ਨੇ ਨਿੰਦਾ ਕਰ ਦਿੱਤੀ। ਮਹਾਰਾਜ ਕਹਿੰਦੇ, ਓਹੋ ਮੇਰੇ ਕੰਨਾਂ ਤੋਂ ਤੁਸੀਂ ਮੇਰੇ ਗੁਰੂ ਦੀ ਨਿੰਦਾ ਕਰ ਦਿੱਤੀ, ਇਹ ਨਹੀਂ ਮਾਫ ਹੋਏਗਾ। ਗੁਰੂ ਦੀ ਨਿੰਦਾ ਮੈਂ ਆਪਣੇ ਕੰਨ ਤੋਂ ਨਹੀਂ ਸੁਣ ਸਕਦਾ, ਹਾਂ ਤੁਸੀਂ ਮੇਰੇ ਬਾਰੇ ਬੋਲਿਆ ਮੈਨੂੰ ਕੋਈ ਦੁੱਖ ਨਹੀਂ ਲੱਗਾ, ਪਰ ਜੇ ਮੇਰੇ ਗੁਰੂ ਬਾਰੇ ਬੋਲਿਆ ਤਾਂ ਅੱਜ ਮੈਨੂੰ ਗੁੱਸਾ ਵੀ ਆਇਆ ਔਰ ਦੁੱਖ ਵੀ ਲੱਗਾ। ਔਰ ਮੈਂ ਹੁਣ ਤੁਹਾਨੂੰ ਇਹ ਗੱਲ ਕਹਿ ਦੇਵਾਂ, ਤੁਸੀਂ ਕੀ ਮੈਨੂੰ, ਤੁਸੀਂ ਕੀ ਆਉਣਾ ਗੁਰੂ ਘਰ 'ਚ, ਅੱਜ ਤੋਂ ਬਾਅਦ ਮੈਂ ਹੀ ਤੁਹਾਨੂੰ ਰੋਕਦਾ, ਲੀਕ ਮਾਰਦਾ, ਜਾਓ ਅੱਜ ਤੋਂ ਬਾਅਦ ਤੁਸੀਂ ਗੁਰੂ ਘਰ ਕਦੀ ਵੜ ਹੀ ਨਹੀਂ ਸਕਦੇ, ਤੁਹਾਡੇ ਦਰਵਾਜ਼ੇ ਬੰਦ ਕਰਤੇ ਮੈਂ। ਔਰ ਹੁਣ ਜਿਹੜਾ ਬੰਦਾ ਵੀ ਤੁਹਾਨੂੰ, ਤੁਹਾਡੀ ਸਿਫਾਰਿਸ਼ ਲੈ ਕੇ
ਮੇਰੇ ਕੋਲ ਆਇਆ, ਮੈਂ ਉਹਦਾ ਮੂੰਹ ਕਾਲਾ ਕਰਕੇ ਅਤੇ ਖੋਤੇ 'ਤੇ ਬਿਠਾ ਕੇ ਸਜ਼ਾ ਇਹ ਲਾ ਦੇਣੀ ਹੈ, ਖੋਤੇ 'ਤੇ ਬਿਠਾਵਾਂਗਾ, ਮੂੰਹ ਕਾਲਾ ਕਰਾਂਗਾ ਜਿਹੜਾ ਮੇਰੇ ਕੋਲ ਆਇਆ ਤੁਹਾਡੀ ਸਿਫਾਰਿਸ਼ ਲੈ ਕੇ ਵੀ। ਔਰ ਵੀ ਸਜ਼ਾ ਇਹ ਹੈ ਅੰਮ੍ਰਿਤਸਰ ਦੇ ਵਿੱਚ ਮੈਂ ਉਹਨੂੰ ਸਾਰੇ ਸੰਗਤ ਨੂੰ ਕਹਿਤਾ ਜਾ ਕੇ, ਸਾਧ ਸੰਗਤ ਜੀ ਕੋਈ ਦੁਆ ਸਲਾਮ ਨਹੀਂ, ਕੋਈ ਉਹਨਾਂ ਬੰਦਿਆਂ ਨਾਲ ਗੱਲ ਨਾ ਕਰੇ, ਉਹ ਗੁਰੂ ਘਰ ਤੋਂ ਬੇਮੁੱਖ ਹੋ ਗਏ ਨੇ, ਕੋਈ ਉਹਨਾਂ ਦੇ ਨਾਲ ਗੱਲ ਨਹੀਂ ਕਰੇਗਾ, ਕੋਈ ਉਹਨਾਂ ਦੇ ਨਾਲ ਬਣਾ ਕੇ ਨਹੀਂ ਰੱਖੇਗਾ, ਜਿਹੜਾ ਗੁਰੂ ਦਾ ਨਹੀਂ ਉਹ ਤੁਹਾਡਾ ਵੀ ਨਹੀਂ, ਜਿਹੜਾ ਗੁਰੂ ਦੇ ਚਰਨਾਂ 'ਚ ਨਹੀਂ ਆ ਸਕਦਾ ਉਹ ਤੁਹਾਡੇ ਤੁਹਾਡੇ ਨਾਲ ਕਿਹੜਾ ਮਿੱਤਰ ਹੈਗਾ, ਮੈਨੂੰ ਇੱਕ ਚੀਜ਼ ਦੱਸੋ, ਜਿਹੜਾ ਹੋ ਹੀ ਨਹੀਂ ਸਕਦਾ, ਜਿਹੜਾ ਗੁਰੂ ਦਾ ਨਹੀਂ ਉਹ ਸਾਡਾ ਕਿੱਥੋਂ ਹੋ ਗਿਆ ਹੈ। ਉੱਥੇ ਫਿਰ ਇਹ ਤਾਂ ਵੈਸੇ ਹੀ ਬੰਦੇ ਦੀ ਸੋਚ ਹੁੰਦੀ, ਮਹਾਰਾਜ ਨੇ ਉੱਥੇ ਸੰਗਤ ਨੂੰ ਵਚਨ ਦੇ ਉੱਤੇ ਸੰਗਤ ਨੂੰ ਆਖਤਾ, ਸਾਧ ਸੰਗਤ ਜੀ ਸੱਤਾ ਤਾਂ ਬਲਵੰਤਾ ਅੱਜ ਸਾਡੇ ਵਾਸਤੇ ਨਹੀਂ ਰਹੇ, ਉਹ ਨਾ ਕੀਰਤਨੀਏ ਨੇ ਅਤੇ ਨਾ ਗੁਰੂ ਦੇ ਪਿਆਰੇ ਨੇ ਜਾਂ ਸੰਗਤ ਦੇ ਜੀਵ ਨੇ, ਅੱਜ ਅਸੀਂ ਉਹਨਾਂ ਨੂੰ ਬੇਮੁੱਖ ਕਰ ਦਿੱਤਾ, ਦੂਰ ਕਰਤਾ ਗੁਰੂ ਘਰ ਤੋਂ, ਅਤੇ ਕੋਈ ਵੀ ਸਿਫਾਰਿਸ਼ ਲੈ ਕੇ ਵੀ ਨਾ ਆਵੇ ਅਤੇ ਕੋਈ ਉਹਨਾਂ ਦੇ ਨਾਲ ਜਾ ਕੇ ਗੱਲ ਵੀ ਨਾ ਕਰੇ, ਜਿਹੜਾ ਗੱਲ ਕਰੇਗਾ ਉਹਨਾਂ ਨਾਲ ਅਸੀਂ ਉਹਨਾਂ ਨਾਲ ਵੀ ਗੱਲ ਨਹੀਂ ਕਰਾਂਗੇ। ਵੇਖੋ ਅਤੇ ਮਹਾਰਾਜ ਜੀ ਨੇ ਹੁਕਮ ਦੇ ਦਿੱਤਾ ਸੰਗਤ ਨੂੰ, ਫਿਰ ਸੰਗਤ ਨੂੰ ਹੁਕਮ ਦੂਜਾ ਵੀ ਦਿੱਤਾ, ਮਹਾਰਾਜ ਕਹਿੰਦੇ ਅੱਜ ਤੋਂ ਬਾਅਦ ਅਸੀਂ ਸਰੰਗੀ ਵਜਾਵਾਂਗੇ। ਮਹਾਰਾਜ ਨੇ ਫਿਰ ਸਰੰਗੀ ਵਜਾਉਣੀ ਉਦੋਂ ਸ਼ੁਰੂ ਕੀਤੀ, ਅਤੇ ਮਹਾਰਾਜ ਤਾਂ ਵਧੀਆ ਸਰੰਗੀ ਨਹੀਂ ਸੀ ਕੋਈ ਵਜਾਉਂਦਾ, ਅੱਜ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦਾਤ ਹੈ ਸਰੰਗੀ, ਸਰੰਗੀ ਮਹਾਰਾਜ ਦੀ ਦਾਤ ਹੈ, ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਸਰੰਗੀ ਬੜੀ ਮਿੱਠੀ ਵੱਜਦੀ ਹੈ, ਉਹ ਮਹਾਰਾਜ ਜੀ ਨੇ ਵਜਾਉਣੀ ਸ਼ੁਰੂ ਕੀਤੀ। ਮਹਾਰਾਜ ਕਹਿੰਦੇ ਆ ਮੈਂ ਹੀ ਕੀਰਤਨੀਏ ਬਣਾਂਗਾ, ਔਰ ਸੰਗਤ ਨੂੰ ਕਹਿਤਾ ਸਾਧ ਸੰਗਤ ਜੀ ਤੁਸੀਂ ਖੁੱਲ੍ਹਾ ਕੀਰਤਨ ਕਰਿਆ ਕਰੋ। ਉਦੋਂ ਤੋਂ ਮਹਾਰਾਜ ਨੇ ਖੁੱਲ੍ਹੀ ਦਾਤ ਸੰਗਤ ਨੂੰ ਦੇ ਦਿੱਤੀ ਸੀ, ਸੰਗਤਾਂ ਕੀਰਤਨ ਕਰਨ ਲੱਗ ਪਈਆਂ ਸੀ, ਇਕੱਠੀਆਂ ਬਹਿੰਦੀਆਂ ਸੀ ਅਤੇ ਕੀਰਤਨ ਕਰਦੀਆਂ ਸੀ, ਜਿਵੇਂ ਆਪਾਂ ਹੁਣ ਰਲ ਮਿਲ ਕੇ ਕਈ ਵਾਰੀ ਕੀਰਤਨ ਕਰ ਲੈਂਦੇ। ਇਹ ਉਦੋਂ ਦਾਤ ਮਿਲੀ, ਨਹੀਂ ਤਾਂ ਕੀਰਤਨੀਆਂ ਕੀਰਤਨ ਕਰਦੇ ਸੀ, ਸੰਗਤ ਨਹੀਂ ਸੀ ਕੀਰਤਨ ਕਰਦੀ। ਪਰ ਉਸ ਦਿਨ ਤੋਂ ਬਾਅਦ ਮਹਾਰਾਜ ਨੇ ਵਚਨ ਦੇ ਦਿੱਤੇ ਸੰਗਤ ਨੂੰ, ਸਾਧ ਸੰਗਤ ਜੀ ਸਾਰੇ ਰਲ ਮਿਲ ਕੇ ਇਕੱਠੇ ਕੀਰਤਨ ਕਰੋ, ਇਕੱਠੇ ਹੋ ਕੇ ਬੈਠਿਆ ਕਰੋ ਅਤੇ ਇਕੱਠੇ ਹੋ ਕੇ ਕੀਰਤਨ ਕਰਿਆ ਕਰੋ, ਕੋਈ ਕੀਰਤਨੀਆਂ ਨਹੀਂ ਚਾਹੀਦਾ ਸਾਨੂੰ, ਬਸ ਸਾਰੇ ਤੁਸੀਂ ਕੀਰਤਨੀ ਹੋ। ਉਹ ਸਾਰਿਆਂ ਨੂੰ ਕੀਰਤਨੀਆਂ ਬਣਾ ਦਿੱਤਾ ਮਹਾਰਾਜ ਨੇ, ਗਾਉਂਦੇ ਹੋ ਨਾ ਤੁਸੀਂ ਸਾਰੀਆਂ ਬੀਬੀਆਂ ਭਾਈ ਲੱਗ ਕੇ ਢੋਲਕੇ ਛਾਣੇ ਲੈ ਕੇ ਗਾਉਂਦੀਆਂ, ਇਹ ਉੱਥੋਂ ਦਾਤ ਸ਼ੁਰੂ ਹੋਈ ਹੈ, ਇਹ ਪ੍ਰਥਾ ਉੱਥੋਂ ਪਈ, ਸਾਰਿਆਂ ਨੂੰ ਹੁਕਮ ਦੇ ਦਿੱਤਾ ਸਾਰੇ ਇਕੱਠੇ ਹੋ ਕੇ ਬੈਠਿਆ ਕਰੋ, ਸਾਰੇ ਕੀਰਤਨ ਕਰਿਆ ਕਰੋ, ਬਸ ਇਹ ਬੜੀ ਪਿਆਰੀ ਦਾਤ। ਅੱਜ ਸਾਡੇ ਕੋਲ ਹੈ ਦਾਤ, ਇਸ ਦਾਤ ਪਿੱਛੇ ਅਸੀਂ ਸਾਰੇ ਇਕੱਠੇ ਹੋ ਕੇ ਕੀਰਤਨ ਕਰਨੇ ਹਾਂ, ਇਹ ਕਿਰਪਾ ਹੈ ਗੁਰੂ ਮਹਾਰਾਜ ਦੀ। ਫਿਰ ਗੁਰੂ ਮਹਾਰਾਜ ਨੇ ਇਹ ਸੰਗਤ ਨੂੰ ਹੁਕਮ ਕਰਤਾ, ਸੰਗਤ ਬੜੀ ਖੁਸ਼, ਅਤੇ ਫਿਰ ਸੰਗਤ ਨੇ ਕੀ ਕਿਹਾ, ਫਿਰ ਉੱਥੇ ਕੀਰਤਨ ਸ਼ਬਦ ਬਾਣੀ ਮਹਾਰਾਜ ਜੀ ਆਪ ਕਰਦੇ ਸੀ, ਸਾਰਿਆਂ ਨੂੰ ਇਕੱਠੇ ਕੀਰਤਨ ਸ਼ਬਦ ਬਾਣੀ ਹੋਏ ਸ਼ੁਰੂ। ਸੱਤਾ ਅਤੇ ਬਲਵੰਤਾ ਪਹਿਲਾਂ ਤਾਂ ਉਹਨਾਂ ਨੇ ਉਹ ਠੀਕ ਹੋ ਗਿਆ, ਪਰ ਕੁਝ ਚਿਰ ਪੈ ਕੇ ਹੁਣ ਵਚਨ ਮਹਾਰਾਜ ਜਿਹੜੇ ਜਿਹੜੇ ਮਹਾਰਾਜ ਨੂੰ ਜਿਹੜੇ ਦੁੱਖ ਲੱਗਾ ਅਤੇ ਮਹਾਰਾਜ ਨੇ ਉਹਨਾਂ ਨੂੰ ਦੂਰ ਕਰਤਾ, ਦੂਰ ਕਰਨ ਦਾ ਮਤਲਬ ਹੈ ਗੁਰੂ ਤੋਂ ਦੂਰ ਹੋਇਆ ਨਹੀਂ, ਦੁੱਖ ਆਉਣੇ ਚਾਲੂ ਹੋਏ ਨੇ, ਇੰਨੇ ਕੁ ਦੁਖੀ ਹੋਣ ਲੱਗ ਪਏ ਉਹ ਦੋਨੋਂ, ਘਰ ਦੇ ਵਿੱਚ ਜੋ ਪੈਸਾ ਸੀ ਜੋ ਬਰਕਤਾਂ ਸੀ ਹੁਣ ਕੋਈ ਬੁਲਾਵੇ ਹੀ ਨਾ, ਕੋਈ ਸੰਗਤ ਨਾ ਬੁਲਾਵੇ, ਸਭ ਨੇ ਬਾਈਕਟ ਕਰ ਦਿੱਤਾ, ਕੋਈ ਉਹਨਾਂ ਵੱਲ ਵੇਖੇ ਵੀ ਨਾ, ਅਤੇ ਸਾਰਿਆਂ ਨੇ ਉਹਨਾਂ ਦਾ ਮੂੰਹ ਫੇਰ ਲਿਆ, ਕਿਉਂਕਿ ਗੁਰੂ ਦਾ ਨਹੀਂ ਜਿਹੜਾ ਉਹ ਸਾਡਾ ਵੀ ਨਹੀਂ। ਅਤੇ ਜਦੋਂ ਮੂੰਹ ਫੇਰ ਲਿਆ ਤਾਂ ਫਿਰ ਕੀ ਹੋਣਾ ਸੀ, ਉਹ ਸੱਤਾ ਅਤੇ ਬਲਵੰਤਾ ਦੇ ਤਾਂ ਫਿਰ ਘਰ ਵਿੱਚ ਕੋਈ ਖੁਸ਼ੀ ਰਹੀ ਨਹੀਂ, ਉਹ ਕਮਜ਼ੋਰ ਹੁੰਦੇ ਗਏ, ਹੌਲੀ 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 2 ਕੁ ਸਾਲਾਂ ਦੇ ਵਿੱਚ, 2 ਸਾਲਾਂ 'ਚ
ਉਹਨਾਂ ਨੂੰ ਕੋੜ ਦੀ ਬਿਮਾਰੀ ਹੋ ਗਈ, ਕੋੜ ਪੈ ਗਿਆ ਸਰੀਰ ਦੇ ਉੱਤੇ, ਕੋੜ ਬੁਰਾ ਹਾਲ, ਸਰੀਰ ਸਾਥ ਦੇਣਾ ਬੰਦ ਹੋ ਗਿਆ, ਘਰ 'ਚ ਗਰੀਬੀ ਇੰਨੀ, ਖਾਣ ਨੂੰ ਰੋਟੀ ਨਾ ਰਹੀ, 2 ਸਾਲਾਂ 'ਚ ਘਰ ਦਾ ਬੇਹਾਲ ਹੋ ਗਿਆ। ਕਹਿੰਦੇ ਨੇ ਰੱਬ ਤੋਂ ਟੁੱਟ ਕੇ, ਗੁਰੂ ਤੋਂ ਟੁੱਟ ਕੇ ਪਤਾ ਲੱਗਦਾ ਕਿ ਸਾਡੇ 'ਚ ਕਿੰਨੀ ਕੁ ਤਾਕਤ ਸੀ। ਅਸੀਂ ਗੁਰੂ ਤੋਂ ਬਿਨਾਂ ਇੱਕ ਦਿਨ ਵੀ ਨਹੀਂ ਗੁਜ਼ਾਰ ਸਕਦੇ। ਤੁਹਾਨੂੰ ਮੈਂ ਯਾਦ ਰੱਖਣਾ, ਕਦੀ ਗੁਜ਼ਾਰ ਕੇ ਵੇਖੋ, ਫਿਰ ਆਪਣੀ ਅਸਲੀਅਤ ਪਤਾ ਲੱਗ ਜਾਏਗੀ ਇਨਸਾਨ ਨੂੰ ਕਿ ਸਾਡੀ ਅਸਲੀਅਤ ਕੀ ਹੈ, ਸਾਡੀ ਔਕਾਤ ਕੀ ਹੈ। ਗੁਰੂ ਤੋਂ ਬਿਨਾਂ ਇੱਕ ਦਿਨ ਅਸੀਂ ਸੁਖੀ ਨਹੀਂ ਰਹਿ ਸਕਦੇ, ਇੱਕ ਦਿਨ ਵੀ ਔਖਾ ਹੋ ਜਾਂਦਾ ਸਾਡੇ ਵਾਸਤੇ ਕੱਟਣਾ। ਇੱਕ ਘੜੀ ਨਾ ਮਿਲਤੇ ਤਾਂ ਕਲਯੁੱਗ ਹੋਤਾ, ਇੱਕ ਘੜੀ ਤੋਂ ਵਿਛੜਨਾ ਸਾਡੇ ਵਾਸਤੇ ਕਲਯੁੱਗ ਬਣ ਜਾਂਦਾ। ਗੁਰੂ ਤੋਂ ਤਾਂ ਵਿਛੋੜਾ ਪਵੇ ਹੀ ਨਾ। ਇਹ ਮਹਾਰਾਜ ਕੋਲ ਰੋਜ਼ ਮੰਗਿਆ ਕਰੋ, ਮਹਾਰਾਜ ਜੀ ਤੁਹਾਡੇ ਚਰਨਾਂ ਤੋਂ ਨਾ ਅਸੀਂ ਕਿਤੇ ਪਿੱਛੇ ਹੋ ਜਾਈਏ ਆਪਣੀ ਗਲਤੀਆਂ ਦੇ ਕਾਰਨ। ਬਸ ਗੁਜ਼ਾਰਾ ਹੀ ਨਹੀਂ ਹੋਣਾ, ਗੱਲ ਹੀ ਨਹੀਂ ਬਣਨੀ, ਘਰ ਦੇ ਤੱਪੜ ਰੁੱਲ ਜਾਣੇ ਨੇ। ਇਹ ਕਦੀ ਨਾ ਕਿਸੇ ਸੇਵਕ ਦੇ ਉੱਤੇ ਕਦੀ ਪਰਖ ਵੀ ਨਾ ਹੋਵੇ, ਕਦੀ ਉਹਨੂੰ ਗਲਤੀ ਨਾਲ ਵੀ ਇਹ ਗਲਤੀ ਨਾ ਹੋਵੇ ਇਨਸਾਨ ਕੋਲੋਂ। ਚਲੋ ਉਹ ਫਿਰ ਕੀ ਹੋਇਆ, ਉਹ ਦੋਨੋਂ ਸੱਤੇ ਅਤੇ ਬਲਵੰਤੇ ਇੰਨੇ ਕੁ ਗਰੀਬ ਹੋ ਗਏ, ਇੰਨਾ ਕੁ ਬੁਰਾ ਹਾਲ ਹੋ ਗਿਆ ਉਹਨਾਂ ਦਾ, ਇੰਨਾ ਕੁ ਮਾੜਾ ਸਮਾਂ ਆ ਗਿਆ, ਕੋੜ ਦੀ ਬਿਮਾਰੀ ਹੋ ਗਈ, ਰੋਂਦੇ ਕਰਲਾਉਂਦੇ ਥੱਕੇ ਹਾਰੇ ਟੁੱਟੇ ਭੱਜੇ। ਉਹ ਕਦੀ ਕਿਸੇ ਕੋ ਗੜਗੜਾਉਣ, ਕਦੀ ਕਿਸੇ ਕੋ ਗੜਾਉਣ, ਕੋਈ ਸੰਗਤ ਉਹਨੂੰ ਬੁਲਾ ਕੇ ਰਾਜੀ ਨਹੀਂ, ਕੋਈ ਵੇਖੇ ਵੀ ਨਾ ਉਹਨਾਂ ਵੱਲ। ਹੁਣ ਉਹਨਾਂ ਨੇ ਹਿੰਮਤ ਕੀਤੀ, ਇੱਕ ਸੇਵਾਦਾਰ ਸੀ ਜਿਨ੍ਹਾਂ ਨਾਲ ਉਹਨਾਂ ਦੀ ਪਿਆਰ ਸੀ ਬਹੁਤ ਪਹਿਲਾਂ। ਉਹ ਸੇਵਾਦਾਰ ਆਉਂਦੇ ਹੁੰਦੇ ਸੀ ਉੱਥੋਂ ਲਾਹੌਰ ਤੋਂ, ਉਹ ਬੜੇ ਪਿਆਰੇ ਗੁਰਮੁਖ ਸਨ, ਗੁਰਸਿੱਖ ਸਨ ਮਹਾਰਾਜ ਦੇ, ਅਤੇ ਮਹਾਰਾਜ ਨੂੰ ਵੀ ਬੜਾ ਪਿਆਰ ਕਰਦੇ ਸੀ ਉਹ, ਔਰ ਉਹਨਾਂ ਨੇ ਮਹਾਰਾਜ ਨਾਲ ਵੀ ਬੜਾ ਪਿਆਰ ਸੀ ਅਤੇ ਇਹਨਾਂ ਦੋਨਾਂ ਨਾਲ ਵੀ ਪਿਆਰ ਸੀ। ਪਰ ਇਹ ਹੁਣ ਹਿੰਮਤ ਕਰਕੇ ਇਹ ਹੁਣ ਲਾਹੌਰ ਗਏ, ਉਹਨਾਂ ਦਾ ਨਾਮ ਸੀ ਲੱਦਾ ਜੀ, ਭਾਈ ਲੱਦਾ ਜੀ, ਭਾਈ ਲੱਦਾ ਜੀ ਦੇ ਕੋਲ ਗਏ। ਭਾਈ ਲੱਦਾ ਜੀ ਨੇ ਦਰਵਾਜ਼ਾ ਖੋਲ੍ਹਣ 'ਤੇ ਮਨਾ ਕਰਤਾ, ਇਹਨਾਂ ਜਾ ਕੇ ਆਵਾਜ਼ ਮਾਰੀ, ਅਸੀਂ ਆਏ ਹਾਂ ਸੱਤਾ ਅਤੇ ਬਲਵੰਤਾਂ, ਭਾਈ 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 ਜੀ ਦਰਵਾਜ਼ਾ ਖੋਲ੍ਹੋ, ਲੱਦਾ ਜੀ ਦਰਵਾਜ਼ਾ ਖੋਲ੍ਹੋ। ਨਹੀਂ, ਉਹ ਕਹਿੰਦੇ ਨਾ, ਮੈਂ ਨਹੀਂ ਦਰਵਾਜ਼ਾ ਖੋਲ੍ਹ ਸਕਦਾ, ਗੁਰੂ ਦਾ ਹੁਕਮ ਹੈ ਕਿ ਤੁਹਾਡੇ ਦਰਸ਼ਨ ਵੀ ਨਹੀਂ ਕਰ ਸਕਦਾ, ਤੁਹਾਡੇ ਨਾਲ ਮੈਂ ਗੱਲ ਵੀ ਨਹੀਂ ਕਰ ਸਕਦਾ, ਮੈਂ ਆਪਣੇ ਗੁਰੂ ਦਾ ਹੁਕਮ ਨਹੀਂ ਢਾਲ ਮੋੜ ਸਕਦਾ, ਮੈਂ ਨਹੀਂ ਦਰਵਾਜ਼ਾ ਖੋਲ੍ਹਣਾ, ਮਾਫ਼ ਕਰ ਦਿਉ ਸਾਨੂੰ, ਤਰਲੇ ਕਰ ਕੀਤੇ, ਮਿੰਨਤਾਂ ਕੀਤੀਆਂ, ਮਾਫ਼ ਕਰ ਦਿਉ, ਅਸੀਂ ਗੁਰੂ ਕੋਲੋਂ ਮਾਫ਼ੀ ਮੰਗਣ ਆਏ ਹਾਂ, ਅਸੀਂ ਗੁਰੂ ਦੇ ਪਿਆਰੇ ਹਾਂ, ਸਾਨੂੰ ਸਮਝ ਪੈ ਗਈ, ਸਾਨੂੰ ਧੱਕਾ ਲੱਗ ਗਿਆ, ਸਾਡਾ ਸਰੀਰ ਕੋੜ ਹੋ ਗਿਆ, ਗੁਰੂ ਤੋਂ ਟੁੱਟ ਕੇ ਅਸੀਂ ਬਹੁਤ ਕਮਜ਼ੋਰ ਹੋ ਗਏ ਹਾਂ, ਸਾਡੇ 'ਤੇ ਕੁਛ ਵੀ ਨਹੀਂ ਰਿਹਾ ਪੱਲੇ, ਸਾਨੂੰ ਹੁਣ ਮਾਫ਼ੀ ਦਵਾ ਦਿਉ। ਰੋਈ ਜਾਣ, ਬੜਾ ਰੋਏ, ਬੜਾ ਰੋਏ, ਦਰਵਾਜ਼ਾ ਖੜਕਾਇਆ, ਫਿਰ ਜਾ ਕੇ ਲੱਦਾ ਜੀ ਨੇ ਪਹਿਲਾਂ ਤਾਂ ਸੁਣੀ ਨਹੀਂ ਗੱਲ, ਜਦੋਂ ਸਵੇਰ ਤੋਂ ਲੈ ਕੇ ਸ਼ਾਮ ਪੈ ਗਈ, ਖੜ੍ਹੇ ਰਹੇ, ਰਾਤ ਪੈ ਗਈ, ਵਾਜਾਂ ਮਾਰਦੇ ਰਹੇ, ਭੀਖ ਮੰਗਦੇ ਰਹੇ, ਕਿ ਤੁਹਾਡੇ ਭੀਖ ਮੰਗਦੇ ਹਾਂ ਤੁਹਾਡੇ ਕੋਲ, ਲੱਦਾ ਜੀ ਸਾਨੂੰ ਮਾਫ਼ ਕਰਾ ਦਿਉ, ਬਖਸ਼ਵਾ ਦਿਉ ਗੁਰੂ ਕੋਲੋਂ, ਤੁਸੀਂ ਕਰਾ ਸਕਦੇ ਹੋ ਇਹ ਕੰਮ। ਫਿਰ ਆਖਰ 'ਚ ਉਹਨਾਂ ਨੂੰ ਦਇਆ ਆ ਗਈ, ਉਹਨਾਂ ਨੇ ਪਹਿਲਾਂ ਅਰਦਾਸ ਕੀਤੀ ਮਹਾਰਾਜ ਨੂੰ, ਮਹਾਰਾਜ ਜੀ ਤੁਹਾਡੇ ਸੇਵਕ, ਮਹਾਰਾਜ ਮੈਂ ਪਹਿਲਾਂ ਤੁਹਾਡੇ ਕੋਲ ਮਾਫ਼ੀ ਮੰਗਦਾ, ਮੈਂ ਤੁਹਾਡੇ ਹੁਕਮ ਅਦੂਲੀ ਕਰ ਰਿਹਾ, ਤੁਸੀਂ ਜਿਹੜਾ ਹੁਕਮ ਕੀਤਾ ਸੀ ਮੈਂ ਉਹਦੀ ਹੁਕਮ ਅਦੂਲੀ ਕਰ ਰਿਹਾ, ਮੈਂ ਤੁਹਾਡਾ ਹੁਕਮ ਮੰਨ ਕੇ ਵੀ, ਮਹਾਰਾਜ ਜੀ ਮੈਂ ਤੁਹਾਡਾ ਪਿਆਰਾ ਸੇਵਾਦਾਰ ਹਾਂ, ਮੈਂ ਉਹਨੂੰ ਭੰਗ ਕਰ ਰਿਹਾ, ਮਾਫ਼ ਕਰੋ, ਮੈਨੂੰ ਆਗਿਆ ਦੇਵੋ ਕਿ ਮੈਂ ਤੁਹਾਡੇ ਸੱਤਾ ਅਤੇ ਬਲਵੰਤਾ ਸੇਵਾਦਾਰ ਨੂੰ ਦੇਖ ਸਕਾਂ, ਮਿਲ ਸਕਾਂ, ਹਿੰਮਤ ਦਿਉ ਮੈਨੂੰ, ਆਸ਼ੀਰਵਾਦ ਦਿਉ ਮਹਾਰਾਜ ਜੀ, ਦਰਵਾਜ਼ਾ ਖੋਲ੍ਹ ਕੇ ਉਹਨਾਂ ਨੂੰ ਮੈਂ ਮਿਲ ਸਕਾਂ, ਤੁਸੀਂ ਮੈਨੂੰ ਆਗਿਆ ਦੇਵੋ, ਤੁਹਾਡੇ ਕੋਲ ਅਰਦਾਸ ਕਰਕੇ ਮੈਂ ਇਹ ਦਰਵਾਜ਼ਾ ਖੋਲ੍ਹ ਲੱਗਾਂ, ਉਹਨਾਂ ਨਾਲ ਗੱਲ ਕਰਨ ਲੱਗਾਂ। ਅਰਦਾਸ ਕੀਤੀ ਮਹਾਰਾਜ ਨੂੰ, ਫਿਰ ਦਰਵਾਜ਼ਾ ਖੋਲ੍ਹਿਆ, ਫਿਰ ਉਹਨਾਂ ਨਾਲ ਗੱਲ ਕੀਤੀ, ਫਿਰ ਬੋਲਿਆ ਆਓ ਅੰਦਰ, ਬੁਲਾਇਆ ਉਹਨਾਂ ਨੂੰ, ਲੰਗਰ ਪਾਣੀ ਛਕਾਇਆ, ਭੁੱਖ ਭੁੱਖੇ ਸਨ, ਰੋਟੀ ਕੋਈ ਦਿੰਦਾ ਹੀ ਨਹੀਂ ਸੀ ਉਹਨਾਂ ਨੂੰ, ਪਹਿਲਾਂ ਰੋਟੀ ਖਵਾਈ, ਲੰਗਰ ਖਵਾਇਆ, ਫਿਰ ਉਹ ਤੋਂ ਬਾਅਦ 'ਚੋਂ ਕਹਿੰਦੇ ਗੁਰੂ ਦਾ ਨਾਮ ਲਵੋ, ਜਲ ਪਿਲਾਇਆ, ਉਹਨਾਂ ਨੂੰ ਸੇਵਾ ਕੀਤੀ ਉਹਨਾਂ ਦੀ ਪਹਿਲਾਂ, ਫਿਰ ਉਹ ਤੋਂ ਬਾਅਦ 'ਚ ਉਹਨਾਂ ਨੂੰ ਕਹਿੰਦੇ ਨੇ ਹੁਣ ਆਰਾਮ ਕਰੋ, ਸਵੇਰ ਹੋਣ ਦਿਉ,
ਆਪਾਂ ਮਹਾਰਾਜ ਦੇ ਅੱਗੇ ਛੱਡਤਾ, ਮਹਾਰਾਜ ਜੀ ਆਪ ਹੀ ਕਿਰਪਾ ਕਰਨਗੇ, ਆਪਾਂ ਕੁਝ ਕਰਦੇ ਹਾਂ। ਜਦੋਂ ਸਵੇਰ ਹੋਈ ਤਾਂ ਕਹਿੰਦੇ ਨੇ ਹੁਣ ਮੇਰਾ ਮੂੰਹ ਕਾਲਾ, ਹੁਣ ਮੇਰਾ ਮੂੰਹ ਕਾਲਾ ਕਰ ਦਿਓ। ਆਪਣਾ ਮੂੰਹ ਕਾਲਾ ਕਰਾਇਆ, ਮੂੰਹ ਕਾਲਾ ਕਰਾ ਕੇ ਖੋਤਾ ਮੰਗਾਇਆ, ਕਿਉਂਕਿ ਮਹਾਰਾਜ ਦਾ ਵਚਨ ਸੀ ਕਿ ਜਿਹੜਾ ਵੀ ਮੈਨੂੰ ਸਿਫਾਰਿਸ਼ ਲੈ ਕੇ ਆਵੇਗਾ ਉਹਦਾ ਮੂੰਹ ਕਾਲਾ ਕਰਕੇ ਅਤੇ ਖੋਤੇ ਦੇ ਉੱਤੇ ਮੈਂ ਪੂਰਾ ਅੰਮ੍ਰਿਤਸਰ ਉਹਨੂੰ ਫੜਾ ਦਾਂਗਾ। ਉਹ ਵਚਨ ਪੂਰਾ ਕਰਨ ਵਾਸਤੇ ਪਹਿਲਾਂ ਆਪਣਾ ਮੂੰਹ ਕਾਲਾ ਲੱਦਾ ਜੀ ਨੇ ਕਰਾਇਆ, ਫਿਰ ਖੋਤਾ ਮੰਗਾਇਆ, ਖੋਤੇ ਦੇ ਉੱਤੇ ਸਵਾਰੀ ਕੀਤੀ, ਫਿਰ ਇੱਕ ਢੋਲ ਮੰਗਾਇਆ ਅਤੇ ਮਨਾਦੀ ਕਰਦੇ ਹਾਂ, ਢੋਲ ਵਜਾਉਂਦੇ ਹੋਇਆ ਉਹਨਾਂ ਦੋਨਾਂ ਪਿਆਰਿਆਂ ਨੂੰ, ਸੇਵਕਾਂ ਨੂੰ ਆਖਿਆ ਮਗਰ ਮਗਰ ਆਈ ਜਾਣਾ ਚੁੱਪ ਚਾਪ, ਅਤੇ ਗੁਰੂ ਦਾ ਨਾਮ ਜਪਦੇ ਜਪਦੇ ਗੁਰੂ ਦਾ ਧਿਆਨ ਕਰਦੇ, ਗੁਰੂ 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 ਕਰਦੇ ਕਰਦੇ ਮੇਰੇ ਮਗਰ ਮਗਰ ਚੱਲੀ ਆਓ, ਜਿਵੇਂ ਜਿਵੇਂ ਮੈਂ ਚੱਲੀ ਜਾਂਦਾ ਉਦੋਂ ਤੁਸੀਂ ਵੀ ਚੱਲੀ ਆਓ। ਖੋਤੇ 'ਤੇ ਆਪ ਬਹਿ ਕੇ ਮੂੰਹ ਕਾਲਾ ਕਰ ਲਿਆ, ਢੋਲ ਵਜਾਉਂਦੇ ਪਹਿਲਾਂ ਲਾਹੌਰ ਵਿੱਚ ਫਿਰੇ, ਫਿਰ ਅੰਮ੍ਰਿਤਸਰ ਫਿਰੇ, ਫਿਰ ਮਹਾਰਾਜ ਦੇ ਚਰਨਾਂ 'ਚ ਆਏ। ਜਦੋਂ ਮਹਾਰਾਜ ਕੋਲ ਆਏ ਤਾਂ ਮਹਾਰਾਜ ਜੀ ਨੇ ਕਿਹਾ ਕਿ ਇਹ ਕੌਣ ਹੈ ਢੋਲ ਵਜਾਉਂਦਾ ਹੋਇਆ ਜਿਹੜਾ ਆ ਰਿਹਾ? ਬਾਬਾ ਬੁੱਢਾ ਜੀ ਨੇ ਆਖਿਆ ਇਹ ਲੱਦਾ ਜੀ ਨੇ। ਹੈਂ ਲੱਦਾ ਜੀ, ਇੱਦਾਂ ਇਹ ਹੱਲ ਕੀਤਾ ਲੱਦਾ ਜੀ ਨੇ ਆਪਣਾ? ਮਹਾਰਾਜ ਦੇ ਚਰਨਾਂ 'ਚ ਆ ਕੇ ਡੰਡੋਤ ਕੀਤੀ, ਚਰਨ ਪਕੜ ਲਏ, ਗੁਰੂ ਦੇ ਚਰਨ ਪਕੜ ਕੇ ਮੱਥਾ ਟੇਕਿਆ, ਮਾਫ਼ੀ ਮੰਗੀ, ਗੁਰੂ ਮਹਾਰਾਜ ਜੀ ਮਾਫ਼ ਕਰ ਦਿਓ। ਮਹਾਰਾਜ ਕਹਿੰਦੇ ਨੇ ਇਹ ਕੀ ਹੱਲ ਬਣਾਇਆ ਬਈ ਆਪਣਾ, ਐਡੇ ਵੱਡੇ ਗੁਰਮੁਖ ਹੋ ਕੇ ਇਹ ਕੀ ਕੀਤਾ? ਕਾਲਾ ਮੂੰਹ, ਖੋਤੇ ਦੀ ਸਵਾਰੀ, ਢੋਲ, ਇਹ ਕੀ ਮੈਂ ਵੇਖ ਰਿਹਾ ਆਪਣੇ ਸੇਵਕ ਦਾ ਹਾਲ? ਇਹ ਕੋਈ ਚੰਗਾ ਕੰਮ ਨਹੀਂ ਹੈ, ਲੱਦਾ ਜੀ ਨੂੰ ਮਹਾਰਾਜ ਨੇ ਆਖਿਆ। ਮਹਾਰਾਜ ਕਹਿੰਦੇ ਕਿ ਇਹ ਕੀ ਹੈ? ਅਤੇ ਉਹ ਲੱਦਾ ਜੀ ਕਹਿਣ ਲੱਗੇ ਮਹਾਰਾਜ ਜੀ ਤੁਹਾਡਾ ਹੁਕਮ ਵੀ ਤਾਂ ਮੰਨਣਾ ਸੀ ਨਾ, ਮੇਰਾ ਹੁਕਮ? ਮਹਾਰਾਜ ਕਹਿੰਦੇ ਉਹ ਮਹਾਰਾਜ ਜੀ ਉਹ ਤੁਹਾਡੇ ਦੋ ਸੇਵਕ, ਆਓ ਬਈ ਅੱਗੇ ਆਓ, ਚਰਨੀ ਢਹਿ ਪਓ ਮਹਾਰਾਜ ਦੇ। ਜਦੋਂ ਉਹ ਸੇਵਕਾਂ ਨੂੰ ਮਹਾਰਾਜ ਨੇ ਵੇਖਿਆ, ਮਹਾਰਾਜ ਨੇ ਆਪਣਾ ਨਾ ਵੱਲ ਵੇਖ ਕੇ ਲੱਦਾ ਜੀ ਵੱਲ ਵੇਖਿਆ, ਆਪਣਾ ਵਚਨ ਚੇਤੇ ਕੀਤਾ, ਸੱਤਾ ਬਲਵੰਤਾ ਚਰਨਾਂ 'ਚ ਢਹਿ ਪਏ, ਚਰਨ ਪਕੜ ਲਏ ਮਹਾਰਾਜ ਦੇ, ਮਹਾਰਾਜ ਮਾਫ਼ ਕਰ ਦਿਓ, ਅਸੀਂ ਭੁੱਲ ਗਏ ਸੀ, ਅਸੀਂ ਗੁਰੂ ਸ਼ਬਦ ਭੁੱਲ ਗਏ ਸੀ, ਸਾਡੇ ਮੱਤ ਦੇ ਉੱਤੇ ਮਹਾਰਾਜ ਜੀ ਅਕਲ ਦੇ ਉੱਤੇ ਸ਼ੈਤਾਨ ਬੈਠ ਗਿਆ ਸੀ, ਸਾਨੂੰ ਅਕਲ ਆ ਗਈ, ਮਹਾਰਾਜ ਮਾਫ਼ ਕਰ ਦਿਓ, ਅਸੀਂ ਭਟਕ ਗਏ ਸੀ ਮਹਾਰਾਜ, ਅਸੀਂ ਮਾਇਆ ਦੇ ਮਗਰ ਪੈ ਗਏ, ਅਸੀਂ ਗੁਰੂ ਦੇ ਮਗਰ ਨਹੀਂ ਚੱਲੇ, ਅਸੀਂ ਮਾਇਆ ਦੇ ਮਗਰ ਚੱਲ ਪਏ, ਅਸੀਂ ਗੁਰੂ ਗੁਰੂ ਨਹੀਂ ਕੀਤਾ, ਅਸੀਂ ਮਾਇਆ ਦੇ ਮਗਰ ਤੁਰ ਕੇ ਆਪਣਾ ਨਰਕ ਬਣਾ ਲਿਆ ਜੀਵਨ, ਸਾਨੂੰ ਹੁਣ ਅਕਲ ਆ ਗਈ ਹੈ ਕਿ ਗੁਰੂ ਬਿਨਾਂ ਸਾਡੀ ਗਤੀ ਨਹੀਂ ਹੈ, ਸਾਨੂੰ ਮਹਾਰਾਜ ਕੋੜ ਦੀ ਬਿਮਾਰੀ ਹੋ ਗਈ, ਬਖਸ਼ ਲਓ ਸਾਨੂੰ। ਬੜੇ ਤਰਲੇ ਕੀਤੇ ਮਹਾਰਾਜ ਦੇ ਚਰਨਾਂ 'ਚ ਬਹਿ ਕੇ, ਮਹਾਰਾਜ ਚੁੱਪ ਚਾਪ ਬੋਲੇ, ਕੁਝ ਨਹੀਂ ਸੁਣਦੇ ਰਹੇ, ਉਹਨਾਂ ਦੀ ਭਾਵਨਾ, ਉਹਨਾਂ ਦਾ ਭਰੋਸਾ, ਉਹਨਾਂ ਦੇ ਅੰਦਰ ਚਾਹ ਵੇਖਿਆ ਮਹਾਰਾਜ ਨੇ, ਦੇਖਦੇ ਰਹੇ, ਹਾਂ ਬਈ ਕੀ ਗੱਲ ਹੈ, ਵੇਖਿਆ। ਫਿਰ ਕਹਿੰਦੇ ਨੇ ਤੁਸੀਂ ਲੱਦਾ ਜੀ ਜੋ ਅੱਜ ਕੰਮ ਕੀਤਾ ਜੇ, ਤੁਸੀਂ ਤਾਂ ਪਰਉਪਕਾਰੀ ਨਾਮ ਪਾ ਲਿਆ ਆਪਣਾ, ਤੁਸੀਂ ਪਰਉਪਕਾਰ ਕਰਕੇ ਆਏ ਹੋ, ਅੱਜ ਅੱਜ ਬੜਾ ਵੱਡਾ ਕੰਮ ਕਰਮ ਕਮਾ ਲਿਆ ਤੁਹਾਂ, ਸੇਵਕਾਂ ਵਾਸਤੇ ਆਪਣਾ ਮੂੰਹ ਕਾਲਾ ਕੀਤਾ ਅਤੇ ਮੇਰੇ ਵਚਨ ਦੀ ਲਾਜ ਰੱਖੀ। ਲੱਦਾ ਜੀ ਜਾਓ, ਤੁਹਾਨੂੰ ਮੇਰਾ ਵਚਨ ਦਿੰਦਾ, ਲੱਦਾ ਜੀ ਨੂੰ ਪਹਿਲਾਂ ਵਚਨ ਦਿੱਤੇ, ਲੱਦਾ ਜੀ ਮੈਂ ਤੁਹਾਨੂੰ ਵਚਨ ਦਿੰਦਾ, ਮੈਂ ਤੁਹਾਡੇ ਤੋਂ ਇੰਨਾ ਖੁਸ਼ ਹਾਂ ਕਿ ਤੁਹਾਡੇ ਵਰਗੇ ਗੁਰਮੁਖ ਪਿਆਰੇ ਆਪਣਾ ਤਾਂ ਕਲਿਆਣ ਕਰਨਗੇ ਕਰਨਗੇ ਅਤੇ ਦੂਜਿਆਂ ਨੂੰ ਵੀ ਨਾਲ ਨਾਲ ਤਾਰਨਗੇ, ਆਪਣੇ ਪਰਿਵਾਰਾਂ ਤੋਂ ਲੈ ਕੇ ਦੂਰ ਦੂਰ ਤੱਕ ਸੰਗਤਾਂ ਨੂੰ ਵੀ ਤਾਰਨਗੇ, ਬਸ ਇਹ ਨਜ਼ਾਰਾ ਜਿਹੜਾ ਤੁਹਾਨੂੰ ਮਹਾਰਾਜ ਨੇ ਬਖਸ਼ਿਸ਼ ਕੀਤਾ ਇਹ ਰੰਗ ਚੜਿਆ ਰਹੇ ਤੁਹਾਡੇ ਸਿਰ। ਉੱਥੇ ਫਿਰ ਲੱਦਾ ਜੀ ਨੂੰ ਬੜੇ ਆਸ਼ੀਰਵਾਦ ਦਿੱਤੇ ਮਹਾਰਾਜ ਨੇ, ਬੜੀਆਂ ਰਹਿਮਤਾਂ ਦਿੱਤੀਆਂ, ਲੱਦਾ ਜੀ ਨੂੰ ਗਲੇ ਲਾ ਲਿਆ, ਵਾਕਈ ਤੁਸੀਂ ਮੇਰੇ ਅਸਲੀ ਪਿਆਰੇ ਹੋ। ਅਤੇ ਜਦੋਂ ਸੱਤਾ ਦੇ ਬਲਵੰਤੇ ਦੀ ਵਾਰੀ ਆਈ ਤਾਂ ਮਹਾਰਾਜ ਨੇ ਪਹਿਲਾਂ ਉਹਨਾਂ ਦੀ ਗੱਲ ਸੁਣੀ ਸੀ, ਫਿਰ ਮਹਾਰਾਜ ਨੇ ਉਹਨਾਂ ਨੂੰ ਆਖਿਆ ਕਿ ਠੀਕ ਹੈ, ਜੇ ਤੁਸੀਂ ਹੁਣ ਆਪਣੀ ਗਲਤੀ ਇੰਨੇ ਮੰਨ ਹੀ ਲਈ ਹੈ,
ਮਾਫ਼ੀ ਮੰਗਣ ਆਏ ਹੋ ਔਰ ਗਲਤੀ ਸ਼ਮਾ ਮੰਗਣ ਆਏ ਹੋ, ਗਲਤੀ ਤੁਹਾਨੂੰ ਸਵੀਕਾਰ ਹੈ ਕਿ ਤੁਸੀਂ ਜੋ ਗਲਤੀ ਕੀਤੀ ਭੁੱਲ ਕੀਤੀ, ਅਤੇ ਹੁਣ ਮੈਂ ਤੁਹਾਨੂੰ ਮਾਫ਼ ਕਰਦਾ, ਪਰ ਕਿਉਂਕਿ ਤੁਸੀਂ ਗੁਰੂ ਨਾਨਕ ਦੀ ਨਿੰਦਾ ਕੀਤੀ ਸੀ, ਗੁਰੂ ਦੀ ਨਿੰਦਾ ਕੀਤੀ ਸੀ, ਮੇਰੀ ਤੁਸੀਂ ਮੇਰੇ ਬਾਰੇ ਗਲਤ ਬੋਲੇ, ਮੈਨੂੰ ਦੁੱਖ ਨਹੀਂ ਲੱਗਾ, ਪਰ ਗੁਰੂ ਨਾਨਕ ਬਾਰੇ ਗੁਰੂ ਬਾਰੇ ਗਲਤ ਬੋਲੇ ਮੈਨੂੰ ਚੰਗਾ ਨਹੀਂ ਲੱਗਾ, ਮੇਰਾ ਮਨ ਤਪ ਗਿਆ, ਮੇਰੇ ਅੰਦਰ ਦੁੱਖ ਲੱਗ ਗਿਆ, ਔਰ ਮੈਂ ਜਿਸ ਕਾਰਨ ਤੁਹਾਨੂੰ ਇਹ ਜਿਹੜੀ ਸਜ਼ਾ ਮਿਲੀ ਹੈ ਇਹ ਗੁਰੂ ਅਤੇ ਭਗਵਾਨ ਨੇ ਤੁਹਾਨੂੰ ਸਜ਼ਾ ਦਿੱਤੀ ਹੈ, ਕਿਉਂਕਿ ਤੁਸੀਂ ਗੁਰੂ ਦਾ ਅਪਮਾਨ ਕੀਤਾ, ਗੁਰੂ ਦੀ ਬੇਅਦਬੀ ਕੀਤੀ ਹੈ, ਇਹ ਜਨਮਾਂ ਜਨਮਾਂ ਦੀ ਸਜ਼ਾ ਲੱਗ ਗਈ। ਹੁਣ ਇਹ ਸਜ਼ਾ ਮੈਂ ਤੁਹਾਡੀ ਮੁਕਤ ਨਹੀਂ ਕਰ ਸਕਦਾ, ਕਿਉਂਕਿ ਗੁਰੂ ਦਾ ਅਪਮਾਨ ਕੀਤਾ, ਗੁਰੂ ਬਾਰੇ ਮਾੜਾ ਬੋਲਿਆ। ਹੁਣ ਇੱਕ ਕੰਮ ਕਰੋ, ਜਿਸ ਮੂੰਹ ਤੋਂ ਤੁਸੀਂ ਮਾੜਾ ਬੋਲਿਆ ਗੁਰੂ ਬਾਰੇ, ਇਸੇ ਮੂੰਹ ਤੋਂ ਤੁਸੀਂ ਹੁਣ ਗੁਰੂ ਦੀ ਪ੍ਰਸ਼ੰਸਾ ਕਰਨੀ ਸ਼ੁਰੂ ਕਰ ਦਿਓ ਅੱਜ ਤੋਂ, ਔਰ ਜਾਓ, ਜਿਵੇਂ ਜਿਵੇਂ ਤੁਸੀਂ ਪ੍ਰਸ਼ੰਸਾ ਕਰੋਗੇ, ਜਿਵੇਂ ਜਿਵੇਂ ਤੁਸੀਂ ਗੁਰੂ ਦੀ ਮਹਿਮਾ ਗਾਓਗੇ, ਗੁਰੂ ਦੇ ਸ਼ਬਦ ਗਾਓਗੇ, ਗੁਰੂ 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 ਕਰੋਗੇ, ਗੁਰੂ ਦੀ ਘਰ ਘਰ ਜਾ ਕੇ ਜਿਨ੍ਹਾਂ ਜਿਨ੍ਹਾਂ 'ਤੇ ਜਾ ਕੇ ਬਦਖੋਈਆਂ ਜਿੰਨੀਆਂ ਬਦਖੋਈਆਂ ਮੂੰਹ ਤੋਂ ਕੀਤੀਆਂ, ਰੋਜ਼ ਓਨੀ ਰੋਜ਼ ਦੀ ਮਹਾਰਾਜ ਦੀ ਪ੍ਰਸ਼ੰਸਾ ਕਰੋਗੇ, ਮਹਾਰਾਜ ਦੇ ਗੁਣ ਗਾਓਗੇ, ਗੁਰੂ ਦੇ ਗੁਣ ਗਾਓਗੇ, ਉਹਦੇ ਵਿੱਚ ਤੁਹਾਡਾ ਕੋੜ ਖਤਮ ਹੋ ਜਾਏਗਾ ਔਰ ਤੁਹਾਨੂੰ ਮਹਾਰਾਜ ਦੇ ਘਰ 'ਚ ਤੁਹਾਨੂੰ ਜਗ੍ਹਾ ਮਿਲੇਗੀ, ਥਾਂ ਟਿਕਾਣਾ ਮਿਲੇਗਾ। ਉਹ ਕੋੜ ਦੀ ਬਿਮਾਰੀ ਤੁਹਾਡੀ ਦੂਰ ਹੋਏਗੀ ਜਿਉਂ ਜਿਉਂ ਤੁਸੀਂ ਰੱਬ ਦਾ ਗੁਣ ਗਾਓਗੇ। ਅਤੇ ਜਦੋਂ ਕਹਿੰਦੇ ਨੇ ਕਿ ਇਨਸਾਨ ਗੁਰੂ ਦੀ ਬੇਅਦਬੀ ਕਰੇ ਕਿ ਸੰਤ ਦੀ ਬੇਅਦਬੀ ਕਰੇ, ਬਾਣੀ 'ਚ ਤਾਂ ਇੱਥੋਂ ਤੱਕ ਲਿਖ ਦਿੱਤਾ ਗੁਰੂ ਤਾਂ ਬਹੁਤ ਹੀ ਵੱਡੀ ਗੱਲ ਹੈ, ਉਹ ਕਹਿੰਦੇ ਸੰਤ ਦੀ ਵੀ ਬੇਅਦਬੀ ਨਹੀਂ ਕਰਨੀ ਚਾਹੀਦੀ। ਸੰਤ ਕੀ ਨਿੰਦਾ ਨਾਨਕਾ, ਕਿਸੇ ਸੰਤ ਮਹਾਂਪੁਰਖ ਦੀ ਨਿੰਦਾ ਕਰ ਦਿਓ, ਸੰਤ ਕੀ ਨਿੰਦਾ ਨਾਨਕਾ, ਸੰਤ ਸ਼ਰਨ ਜੋ ਜਨ ਪਰੇ ਸੋ ਜਨ ਉਧਰਨ ਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਸੰਤ ਦੀ ਵੀ ਨਿੰਦਾ ਕਿਸੇ ਨੇ ਕਰ ਦਿੱਤੀ, ਰੱਬ ਉਹਨੂੰ ਨਹੀਂ ਮਾਫ਼ ਕਰਦਾ। ਸੰਤ ਕਾ ਨਿੰਦਕ ਮਹਾਂ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ, ਪਰਮੇਸ਼ਵਰ ਦੀ ਹੱਤਿਆ ਲੱਗਦੀ ਹੈ ਜੇ ਕਿ ਸੰਤ ਦੀ ਨਿੰਦਾ। ਅਰੇ ਗੁਰੂ ਦੀ ਕੋਈ ਨਿੰਦਾ ਕਰਦੇ ਤਾਂ ਫਿਰ ਤਾਂ ਗੱਲ ਹੀ ਖਤਮ ਹੋ ਗਈ, ਸਮਝ ਲਓ। ਗੁਰੂ ਦੀ ਨਿੰਦਾ ਕਰਕੇ ਤਾਂ ਸਮਝ ਲਓ, ਉਹ ਤਾਂ ਸਮਝ ਲਓ ਬਚਣ ਵਾਲਾ ਬੰਦਾ ਹੀ ਹੈ ਨਹੀਂ, ਉਹ ਤਾਂ ਬਚ ਨਹੀਂ ਸਕਦਾ। ਫਿਰ ਵੀ ਮਹਾਰਾਜ ਨੇ ਉਹਨਾਂ ਨੂੰ ਬਚਾ ਲਿਆ ਅਤੇ ਮਹਾਰਾਜ ਨੇ ਉਹਨੂੰ ਵਚਨ ਦਿੱਤਾ, ਜਾਓ ਅੱਜ ਤੋਂ ਬਾਅਦ ਆਪਣੇ ਮੁੱਖ ਤੋਂ, ਆਪਣੇ ਮੁੱਖ ਤੋਂ ਗੁਰੂ ਦੀ ਪ੍ਰਸ਼ੰਸਾ ਕਰੋ। ਜਿਸ ਮੁੱਖ ਤੋਂ ਗੁਰੂ ਦੀ ਬੇਅਦਬੀ ਕੀਤੀ, ਗੁਰੂ ਦੇ ਬਾਰੇ ਮਾੜਾ ਬੋਲਿਆ, ਉਸੇ ਮੁੱਖ ਤੋਂ ਗੁਰੂ ਬਾਰੇ ਚੰਗੇ ਬੋਲ ਬੋਲੋ, ਜਾਓ ਜਾ ਕੇ ਪ੍ਰਸ਼ੰਸਾ ਕਰੋ ਗੁਰੂ ਦੀ। ਅਤੇ ਫਿਰ ਉਹਨਾਂ ਨੇ ਕੀ ਕੀਤਾ, ਮਹਾਰਾਜ ਕੋਲੋਂ ਮਾਫ਼ੀ ਮੰਗ ਕੇ ਫਿਰ ਵਾਰਾਂ ਆਉਂਦੀਆਂ ਨਾ, ਵਾਰਾਂ ਸੱਤੇ ਅਤੇ ਬਲਵੰਤੇ ਦੀਆਂ, ਉਹ ਵਾਰਾਂ ਫਿਰ ਉਹਨਾਂ ਨੇ ਲਿਖੀਆਂ। ਆਪ ਵਾਰਾਂ ਲਿਖਦੇ ਸਨ, ਆਪ ਫਿਰ ਮਹਾਰਾਜ ਦੇ ਬਾਰੇ 'ਚ ਵਾਰਾਂ ਪੜ੍ਹਦੇ ਸਨ, ਘਰ ਘਰ ਜਾ ਜਾ ਕੇ, ਲੋਕਾਂ ਦੇ ਕੋਲ ਕੋਲ ਜਾ ਕੇ, ਦੁਨੀਆਂ ਦੁਨੀਆਂ ਨੂੰ ਜਾ ਕੇ ਵਾਰਾਂ ਵਾਰਾਂ ਪੜ੍ਹ ਪੜ੍ਹ ਕੇ ਸਿਖਾ ਬੋਲਦੇ ਸੀ। ਉਹ ਵਾਰਾਂ ਖੁਦ ਲਿਖੀਆਂ ਅਤੇ ਖੁਦ ਬੋਲੀਆਂ, ਫਿਰ ਆਪਣਾ ਜਨਮ ਸਵਾਰਿਆ, ਆਪਣੇ ਪਾਪ ਧੋਤੋ ਉੱਤੇ, ਆਪਣੇ ਮਾੜੇ ਕਰਮ ਧੋਤੇ। ਸਾਡਾ ਵੀ ਇਹੋ ਹੀ ਹਾਲ ਹੈ, ਅਸੀਂ ਵੀ ਪਤਾ ਨਹੀਂ ਪਤਾ ਨਹੀਂ ਕਿਹੜੀ ਕਿਹੜੀ ਮਾੜੀਆਂ ਚੀਜ਼ਾਂ ਮੂੰਹ ਤੋਂ ਕਹਿ ਦਿੰਦੇ ਹਾਂ ਬਿਨਾਂ ਸੋਚੇ ਸਮਝੇ, ਬਾਅਦ 'ਚੋਂ ਅਕਲ ਆਉਂਦੀ ਹੈ। ਬੜੇ ਬੰਦੇ ਬੈਠੇ ਇੱਥੇ, ਪਤਾ ਨਹੀਂ ਆਪਣੇ ਆਪ ਨੂੰ ਕੀ ਸਮਝਦੇ ਹਾਂ, ਐਵੇਂ ਹੀ ਆਪਣੇ ਆਪ ਨੂੰ ਪਤਾ ਨਹੀਂ ਅਸੀਂ ਕੀ ਬਣੇ ਬੈਠੇ ਹਾਂ, ਪਤਾ ਨਹੀਂ ਕੀ ਆਪਣੇ ਆਪ ਨੂੰ ਸਮਝ ਕੇ ਬੈਠੇ ਹਾਂ, ਪਤਾ ਨਹੀਂ ਕੀ ਬਣ ਗਏ ਅਸੀਂ, ਓਏ ਅਸੀਂ ਕੁਝ ਵੀ ਨਹੀਂ, ਅਸੀਂ ਤਾਂ ਬਸ। ਮਹਾਰਾਜ ਨੂੰ ਕਿਹਾ ਕਰੋ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਕੋਈ ਨਾ ਉਹ ਨਾ ਜਾਣੇ ਮੇਰਾ, ਮੈਨੂੰ ਕਿੰਨੇ ਜਾਣਨਾ ਸੀ। ਹਮ ਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰੂ ਸਤਿਗੁਰੂ ਸੰਗ, ਗੁਰੂ ਸਤਿਗੁਰੂ ਸੰਗ ਕਿਰੇ ਹਮ ਥਾਪੇ, ਹਮ ਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ।
ਉਹ ਕਿਸੇ ਨੇ ਵਾਟ ਵੀ ਨਹੀਂ ਸੀ ਪੁੱਛਣੀ। ਇਹ ਜੋ ਮੱਝ ਮੌਜਾਂ ਲੱਗੀਆਂ ਗੁਰੂ ਕਰਕੇ ਮੌਜਾਂ ਲੱਗੀਆਂ ਨੇ, ਕਿਸੇ ਨੇ ਨਹੀਂ ਸੀ ਪੁੱਛਣਾ ਤੁਸੀਂ ਕੌਣ ਹੋ, ਮੈਂ ਕੌਣ ਹਾਂ, ਤੁਸੀਂ ਕੌਣ ਹੋ, ਕਿਸੇ ਨੇ ਨਹੀਂ ਸੀ ਪੁੱਛਣਾ। ਅੱਜ ਜੋ ਕੁਝ ਵੀ ਪੁੱਛ ਰਹੇ ਹੈ ਗੁਰੂ ਕਰਕੇ ਪੁੱਛ ਰਹੇ। ਇਹ ਗੁਰੂ ਦੀ ਕਿਰਪਾ ਹੈ, ਗੁਰੂ ਪੁੱਛ ਰਿਹਾ ਤੇ ਸਾਨੂੰ ਦੁਨੀਆਂ ਪੁੱਛ ਰਹੀ ਹੈ। ਗੁਰੂ ਨੇ ਚਰਨਾਂ ਨਾਲ ਜੋੜਿਆ ਤੇ ਗੁਰੂ ਦੁਨੀਆਂ ਜੈ ਜੈਕਾਰ ਕਰ ਰਹੀ ਹੈ, ਤੇਰੀ ਜੈ ਜੈਕਾਰ ਹੋ ਰਹੀ ਹੈ ਭਾਈ ਬੰਦਿਆ। ਗੁਰੂ ਨੇ ਤੇਰੀ ਜੈ ਜੈਕਾਰ ਕੀਤੀ ਤੇ ਸਾਡੀ ਜੈ ਜੈਕਾਰ ਹੋ ਰਹੀ ਹੈ, ਨਹੀਂ ਤੇ ਸਾਨੂੰ ਕਿਸੇ ਨੇ ਪੁੱਛਣਾ ਸੀ? ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਕੋਈ ਨਹੀਂ ਪੁੱਛਦਾ। ਇਹ ਸਾਡੀ ਟੌਰ ਜਿਹੜੀ ਹੈ ਨਾ ਗੁਰੂ ਕਰਕੇ ਹੀ ਹੈ ਬਸ। ਅੱਜ ਗੁਰੂ ਨਾ ਹੋਵੇ ਸਿਰ 'ਤੇ, ਕਿਸੇ ਨੇ ਨਹੀਂ ਪੁੱਛਣਾ। ਸਾਰੇ ਫੰਨੇ ਖਾਨ ਆਪਣੀ ਧਰਤੀ 'ਤੇ ਬਹਿ ਜਾਣਗੇ ਜਾ ਕੇ, ਕੋਈ ਨਹੀਂ ਪੁੱਛਣ ਵਾਲਾ ਕਿਸੇ ਨੂੰ। ਇਸ ਕਾਰਨ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਕੇ, ਗੁਰੂ ਦੇ ਵਫਾਦਾਰ ਬਣ ਕੇ ਬੈਠੋ, ਗੁਰੂ ਦੇ ਹੋਵੋ। ਗੁਰੂ ਤੋਂ ਕਦੀ ਵੀ ਨਹੀਂ ਟੁੱਟਣਾ ਅਤੇ ਕਦੀ ਗੁਰੂ ਤੋਂ ਪਿੱਛੇ ਨਹੀਂ ਜਾਣਾ। ਗੁਰੂ ਦੇ ਹੋ ਕੇ ਮਰਨਾ, ਮੌਤ ਆਉਣੀ ਤਾਂ ਗੁਰੂ ਦੇ ਚਰਨਾਂ 'ਚ ਆਉਣੀ ਹੈ। ਜਿਵੇਂ ਜੀਵਨ ਗੁਰੂ ਦੇ ਚਰਨਾਂ 'ਚ ਹੈ, ਮੌਤ ਵੀ ਗੁਰੂ ਦੇ ਚਰਨਾਂ 'ਚ। ਬਸ ਜਿਸ ਦਿਨ ਅਸੀਂ ਮਰੀਏ, ਗੁਰੂ ਦਾ ਧਿਆਨ ਕਰਕੇ ਮਰੀਏ। ਗੁਰੂ 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 ਕਰਦੇ ਕਰਦੇ ਚੱਲ ਜੀ। ਇੱਕ ਉਹ ਸਾਡੇ ਪ੍ਰਧਾਨ ਜੀ ਨੇ ਕਨੇਡਾ 'ਚ, ਬਲਦੇਵ ਜੀ ਉਹਨਾਂ ਦਾ ਨਾਮ ਹੈ, ਉਹਨਾਂ ਦੀ ਪਤਨੀ ਹੈ। ਮੈਂ ਹੁਣੇ ਸਤਸੰਗ ਕਰਨ ਵਾਸਤੇ ਗਿਆ, ਉਹ ਬੜੀ ਚੰਗੀ ਸੀ ਅਤੇ ਮੈਂ ਸਤਸੰਗ ਕੀਤਾ ਕਨੇਡਾ 'ਚ, ਹੁਣੇ ਦੀ ਗੱਲ ਹਫ਼ਤਾ ਪਹਿਲਾਂ ਦੀ। ਅਤੇ ਮੈਂ ਸਤਸੰਗ ਕੀਤਾ, ਉਹਨੇ ਮੈਂ ਜਲ ਬਣਾਇਆ। ਉਹ ਮੇਰੇ ਕੋਲ ਇੱਕੋ ਹੀ ਗੱਲ ਕਹਿੰਦੀ ਸੀ, ਮੈਨੂੰ ਬਸ ਗੁਰੂ ਦੇ ਚਰਨਾਂ ਨਾਲ ਜੋੜ ਦਿਉ ਮਹਾਰਾਜ, ਹੋਰ ਮੈਨੂੰ ਕੁਛ ਨਹੀਂ ਚਾਹੀਦਾ, ਮੈਨੂੰ ਸਿਮਰਨ ਦਿਉ, ਹੋਰ ਕੁਛ ਨਹੀਂ ਚਾਹੀਦਾ। ਉਹ ਆਪਣੇ ਆਦਮੀ ਨੂੰ ਵੀ ਕਿਹਾ ਕਰਦੀ ਸੀ ਕਿ ਮੇਰੇ ਆਦਮੀ ਨੂੰ ਵੀ ਸਿਮਰਨ 'ਤੇ ਡਾਓ, ਇਹਦੇ ਗੰਦੇ ਮੰਦੇ ਵਿਚਾਰ ਦੂਰ ਹੋ ਜਾਣ, ਚੰਗੇ ਬੰਦਾ ਬਣ ਜੇ, ਬਸ ਇਹ ਰੱਬ ਦੇ ਮਗਰ ਲੱਗ ਜੇ। ਮੈਂ ਕਹਿੰਦਾ ਬੀਬੀ ਤੇਰੀ ਅਰਦਾਸ ਪੂਰੀ ਹੋਵੇਗੀ। ਆਖਰ ਦਾ ਸਮਾਂ ਆ ਗਿਆ, ਮੈਂ ਉੱਥੋਂ ਵਾਪਸ ਆਇਆ, ਨਾਲ ਹੀ ਮੇਰੇ ਮਗਰ ਫੋਨ ਆ ਗਿਆ। ਮੈਂ ਦੋ ਕੁ ਦਿਨ ਬਾਅਦ, ਤਿੰਨ ਦਿਨ ਬਾਅਦ ਦੀ ਗੱਲ ਆ ਕਿ ਉਹ ਬੀਬੀ ਮਰ ਦੇ ਚਰਨਾਂ 'ਚ ਚਲੀ ਗਈ। ਉਹ ਕਿੱਦਾਂ ਗਈ? ਉਹਨੂੰ ਦਰਦ ਹੋ ਰਹੀ ਸੀ, ਉਹ ਕਹਿੰਦੀ ਨਹੀਂ ਕੁਛ ਨਹੀਂ ਹੈ, ਮੈਨੂੰ ਜਲ ਪਿਲਾਓ। ਅਤੇ ਗੁਰੂ ਦਾ ਨਾਮ ਜਪਦੇ ਜਪਦੇ ਉਹਨੂੰ ਫਿਰ ਜ਼ਬਰਦਸਤੀ ਹੋਸਪਿਟਲ ਲੈ ਗਏ ਘਰ ਵਾਲੇ ਕਿ ਤੈਨੂੰ ਦਰਦ ਹੋ ਰਹੀ ਤਾਂ ਚੰਗਾ ਨਹੀਂ, ਤੂੰ ਤੈਨੂੰ ਲੈ ਕੇ ਜਾਣਾ। ਉਹ ਕਹਿੰਦੀ ਜੇ ਮੈਨੂੰ ਤੁਸੀਂ ਹੋਸਪਿਟਲ ਲੈ ਗਏ, ਮੈਂ ਹੋਸਪਿਟਲ ਵਾਪਸ ਨਹੀਂ ਆਉਣਾ। ਜੇ ਮੈਂ ਗੁਰੂ ਦੇ ਉੱਤੇ ਭਰੋਸਾ ਧਾਰ ਕੇ ਬੈਠੀ ਤਾਂ ਗੁਰੂ ਨੇ ਮੈਨੂੰ ਬਚਾ ਲੈਣਾ, ਅਤੇ ਜੇ ਗੁਰੂ ਨੇ ਮੈਨੂੰ ਬਚਾਉਣਾ ਫਿਰ ਹੋਸਪਿਟਲ ਵਾਲਿਆਂ ਨੇ ਮੈਨੂੰ ਨਹੀਂ ਬਚਾਉਣਾ। ਉਹ ਜਦੋਂ ਹੋਸਪਿਟਲ ਗਈ, ਹੋਸਪਿਟਲ ਜਾ ਕੇ ਉਹਨਾਂ ਨੇ ਉਹਨੂੰ ਟੈਸਟ ਉਸਟ ਕੀਤੇ, ਉਹਨੂੰ ਦੇਖਿਆ, ਉਹਨੂੰ ਲਗਾਇਆ ਲਗੋਇਆ ਜੋ ਵੀ ਕਰਨਾ ਸੀ। ਉੱਥੇ ਫਿਰ ਉਹਨੂੰ ਹੋਸਪਿਟਲ 'ਚ ਉਲਟੀ ਆਈ ਹੈ ਇੱਕ, ਉਹ ਡਾਕਟਰ ਡੂਕਟਰਾਂ ਦੇ ਹੱਥਾਂ ਦੇ ਵਿੱਚੋਂ ਹੀ ਨਿਕਲ ਗਈ ਫੁਰ ਹੋ ਕੇ। ਕਹਿੰਦੀ ਮੈਨੂੰ ਗੁਰੂ ਨੇ ਜ਼ਿੰਦਾ ਕਰਕੇ ਰੱਖਣਾ, ਹੋਸਪਿਟਲਾਂ ਨੇ ਨਹੀਂ ਮੈਨੂੰ ਜ਼ਿੰਦਾ ਕਰਨਾ। ਉਹ ਸੱਚ ਹੋ ਗਈ ਵਾਰ। ਉਹ ਮੈਨੂੰ ਕਹਿੰਦੇ ਮਹਾਰਾਜ ਗੁਰੂ, ਉਹ ਫਿਰ ਗੁਰੂ ਦਾ ਨਾਮ ਜਪਦੇ ਜਪਦੇ ਪਹੁੰਚ ਗਈ, ਮਹਾਰਾਜ 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 ਆ ਗਏ, ਮਹਾਰਾਜ ਆ ਗਏ, ਬਸ ਲੈ ਗਏ ਮੈਨੂੰ ਨਾਲ, ਲੈ ਜਾਓ ਮਹਾਰਾਜ ਮੈਨੂੰ ਨਾਲ, ਮੈਨੂੰ ਲੈ ਜਾਓ ਨਾਲ, ਬਸ ਗੁਰੂ 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 ਕਰਦੀ ਕਰਦੀ ਪਹੁੰਚ ਗਈ ਮਰ ਦੇ ਚਰਨਾਂ 'ਚ। ਸੋ ਕਰਮਾਂ ਵਾਲੇ ਜੀਵ, ਇਹ ਕਰਮਾਂ ਵਾਲੇ ਭਾਗਾਂ ਵਾਲੇ ਲੋਕ ਨੇ। ਸੋ ਮਹਾਰਾਜ ਜੀ ਕੀ ਕਹਿੰਦੇ ਨੇ ਉਹ ਸੁਣੋ। ਸਾਡੀ ਜੀਵਨ ਸ਼ੈਲੀ ਅਸੀਂ ਆਪ ਹੀ ਠੀਕ ਕਰਨੀ ਹੈ, ਸਾਨੂੰ ਆਪ ਹੀ ਚੰਗੇ ਬਣਨਾ ਪੈਣਾ ਜੀ। ਜਿਨ ਕੋ ਸਾਧੂ ਪੇਟੀਐ ਸੋ ਦਰਗਹਿ ਹੋਏ ਖਲਾਸ। ਅੱਜ ਦਾ ਜਿਹੜਾ ਮੁੱਖ ਵਾਕ ਹੈ, ਇਹ ਪੰਗਤੀ ਬੜੀ ਮਹਾਨ ਪੰਗਤੀ ਅੱਜ ਦੇ ਮੁੱਖ ਵਾਕ 'ਚ, ਜਿਨ ਕੋ ਸਾਧੂ ਪੇਂਟੀਏ, ਉਹਨਾਂ ਨੂੰ ਦਰਗਾਹਾਂ ਤੋਂ ਉਹਨਾਂ ਨੂੰ ਖਲਾਸੀ ਮਿਲਦੀ ਹੈ। ਕਹਿੰਦੇ ਦਰਗੇ ਹੋਏ ਖਲਾਸ, ਆਹਾ ਸਾਧੂ ਦੀ ਭੇਂਟਾ, ਸਾਧੂ ਦੇ ਨਾਲ ਜੁੜ ਕੇ ਹਰ ਇਸ ਦਰਗਾਹ ਦੇ ਵਿੱਚ ਖਲਾਸੀ ਮਿਲ ਜਾਣੀ। ਭਾਵ ਐਸੇ ਗੁਰੂ ਕੋ ਬਲ ਬਲ ਜਾਈਏ ਆਪ ਮੁਕਤ, ਜਿਨ ਕੋ ਸਾਧੂ ਭੇਂਟੀਏ। ਮਹਾਰਾਜ ਜੀ ਕਹਿ ਰਹੇ ਨੇ ਹੁਣ ਤੈਨੂੰ ਸਾਧੂ ਦੇ ਕੋਲ ਜਾਣ ਦੀ ਲੋੜ ਹੈ, ਸਾਧੂ ਦੀ ਭੇਂਟਾ ਕਰਨ ਦੀ ਲੋੜ ਹੈ। ਮਿਲ ਮੇਰੇ ਪ੍ਰੀਤਮਾ ਜੀਓ, ਕੋਈ ਸਾਧੂ ਮਿਲੇਗਾ ਤੇ ਫਿਰ ਰੱਬ ਮਿਲੇਗਾ, ਕਿਉਂਕਿ ਸਾਧੂ ਨਾਮ ਦੇਵੇਗਾ, ਸੰਤ ਨਾਮ ਦੇਵੇਗਾ, ਰੱਬ ਦਾ ਬੰਦਾ ਨਾਮ ਦੇਵੇਗਾ ਤੇ ਰੱਬ ਨਾਲ ਜੁੜ ਜਾਓਗੇ। ਜਿਨ ਕੋ ਸਾਧੂ ਭੇਂਟੀਏ
ਤਿੰਨ ਦਰਗੇ ਹੋਏ ਖਲਾਸ, ਉਹ ਲੋਕ ਖਲਾਸ ਦਾ ਮਤਲਬ ਮੁਕਤ ਹੋ ਗਏ, ਉਹ ਦਰਗਾਹ ਦੇ ਵਿੱਚ ਪਹੁੰਚ ਗਏ ਜਿਹਨਾਂ ਨੂੰ ਸਾਧੂ ਮਿਲ ਗਿਆ। ਇਹ ਬਾਣੀ ਆਖਰੀ ਜੀ ਅੱਗੇ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਕਰ ਕਿਰਪਾ, ਉੱਥੇ ਜਾ ਕੇ ਸਾਧੂ ਦੇ ਕੋਲ ਇਹ ਅਰਦਾਸ ਲੈ ਕੇ ਜਾਓ ਕਿ ਕਿਰਪਾ ਕੀਤੀ, ਆਪਣੀ ਕਿਰਪਾ ਕਰ, ਇੱਦਾਂ ਹੀ ਤੇਰੇ ਦਰਸ਼ਨ ਹੁੰਦੇ ਰਹਿਣ ਅਤੇ ਮੇਰੀ ਪਿਆਸ ਮਿਟਦੀ ਰਹੇ। ਐਸੀ ਕਿਰਪਾ ਮੋਹੇ ਕਰੋ, ਸੰਤਾਂ ਚਰਨ ਹਮਾਰੋ ਮਾਥਾ, ਨੈਣ ਦਰਸ ਤਨ ਧੂੜ ਭਰੋ। ਤੁਹਾਡੇ ਦਰਸ਼ਨ ਹੁੰਦੇ ਰਹਿਣ ਅਤੇ ਮੇਰੀ ਅੱਖਾਂ ਦੀ ਪਿਆਸ ਮਿਟਦੀ ਰਹੇ, ਮੇਰੇ ਜੀਵਨ ਦੀ ਪਿਆਸ ਮਿਟਦੀ ਰਹੇ। ਇਹ ਕਿਰਪਾ ਮੰਗੋ ਮਹਾਰਾਜ ਕੋਲੋਂ, ਉੱਥੋਂ ਸੰਤ ਮਹਾਂਪੁਰਖ ਸਾਧੂ ਕੋਲ ਜਾ ਕੇ। ਅੱਗੇ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਅਤੇ ਪ੍ਰਭੂ ਤੋਂ ਬਿਨਾਂ ਕੋਈ ਦੂਜਾ ਹੈ ਨਹੀਂ, ਇਹੋ ਹੀ ਨਾਨਕ ਕੀ ਅਰਦਾਸ। ਇਹ ਅਰਦਾਸ ਹੈ ਕਿ ਪ੍ਰਭੂ ਤੇਰੇ ਬਿਨਾਂ ਕੋਈ ਦੂਜਾ ਨਹੀਂ ਹੈ। ਸਾਧੂ ਨੇ ਸਾਨੂੰ ਪਰਮਾਤਮਾ ਨਾਲ ਜੋੜਨਾ, ਉਸ ਸਾਧੂ ਕੋਲ ਜਾਓ ਜਿਹੜਾ ਰੱਬ ਦੀ ਗੱਲ ਸੁਣਾਵੇ। ਉੱਥੇ ਪਰਮਾਤਮਾ ਨੂੰ ਕਹੋ, ਪਰਮਾਤਮਾ ਵਰਗਾ ਕੋਈ ਹੈ ਹੀ ਨਹੀਂ, ਵਾਹਿਗੁਰੂ ਵਰਗਾ, ਅਕਾਲ ਪੁਰਖ ਵਰਗਾ ਕੋਈ ਹੈ ਹੀ ਨਹੀਂ, ਜਿਹੜਾ ਤੁਹਾਨੂੰ ਭਟਕਾਵੇ ਨਾ, ਜਿਹੜਾ ਤੁਹਾਨੂੰ ਕਹੇ ਆ ਤੇਰੇ ਮੈਂ ਉਪਾਏ ਕਰਦਾ, ਆ ਮੈਂ ਤੇਰਾ ਇਹ ਕਰਦਾ, ਆ ਮੈਂ ਤੇਰਾ ਉਹ ਕਰਦਾ, ਆ ਮੈਂ ਤੈਨੂੰ ਇਹ, ਸਭ ਬੇਕਾਰ ਹੈ। ਜਿਹੜਾ ਸਾਧੂ, ਉਹ ਸਾਧੂ ਜਿਹੜਾ ਤੁਹਾਨੂੰ ਰੱਬ ਨਾਲ ਅਤੇ ਗੁਰੂ ਨਾਲ ਜੋੜ ਦੇਵੇ, ਰੱਬ ਨਾਲ ਜੋੜ ਦੇਵੇ, ਤੁਹਾਨੂੰ ਰੱਬ ਦੇ ਚਰਨਾਂ ਨਾਲ ਜੋੜ ਦੇਵੇ, ਉਹ ਤੁਹਾਨੂੰ ਨਾਮ ਦੇਵੇ, ਤੁਹਾਨੂੰ ਰੱਬ ਦੀ ਗੱਲ ਸੁਣਾਵੇ। ਰੱਬ ਤੋਂ ਬਿਨਾਂ ਕੋਈ ਨਹੀਂ ਜੀ ਹੈਗਾ, ਇਹ ਯਾਦ ਰੱਖਣਾ। ਪਰਮਾਤਮਾ ਬਗੈਰ ਤੁਹਾਡੀ ਕੋਈ ਗੱਲਬਾਤ ਨਹੀਂ ਕਿਸੇ ਨੇ ਸੁਣਨੀ। ਰੱਬ ਹੈਗਾ ਜੇ ਤਾਂ ਸਭ ਕੁਝ ਹੈਗਾ, ਰੱਬ ਤੋਂ ਬਿਨਾਂ ਗੱਲ ਨਹੀਂ ਬਣਨੀ ਤੁਹਾਡੀ, ਕਰ ਲਓ ਜੋ ਕਰਨਾ ਜੀ। ਆਸਾੜ ਸੁਹੰਦਾ ਤਿਸ ਲਗੈ, ਜਿਸ ਮਨ ਹਰ ਚਰਨ ਨਿਵਾਸ। ਆਸਾੜ ਸੁਹੰਦਾ ਤਿਸ ਲਗੈ, ਜਿਸ ਮਨ ਹਰ ਚਰਨ ਨਿਵਾਸ। ਆਸਾੜ ਸੁਹੰਦਾ, ਹੁਣ ਸੁਹਾਵਾਂ, ਸੁਹੰਦਾ ਮਤਲਬ ਸੁੱਖ ਵਾਲਾ, ਖੁਸ਼ੀਆਂ ਵਾਲਾ। ਆਸਾੜ ਸੁੱਖ ਵਾਲਾ ਬਣ ਗਿਆ ਜਦੋਂ ਤੁਹਾਡਾ ਧਿਆਨ ਹਰੀ ਦੇ ਚਰਨਾਂ ਨਾਲ ਜਾ ਕੇ ਜੁੜ ਗਿਆ। ਰੱਬ ਦੇ ਚਰਨਾਂ 'ਚ ਤੁਹਾਡਾ ਧਿਆਨ ਜੁੜ ਜਾਵੇਗਾ, ਇਹ ਮਹੀਨਾ ਸਫਲ ਹੋ ਜਾਵੇਗਾ। ਹੁਣ ਤੁਸੀਂ ਦੱਸੋ, ਜੁੜਿਆ ਨਹੀਂ ਜੁੜਿਆ ਰੱਬ ਦੇ ਚਰਨਾਂ 'ਚ ਤੁਹਾਡਾ ਧਿਆਨ? ਰੱਬ ਦੇ ਚਰਨਾਂ 'ਚ ਤੁਹਾਡਾ ਧਿਆਨ ਲੱਗਾ ਕਿ ਨਹੀਂ ਲੱਗਾ? ਸਿੱਧਾ ਜਿਹਾ ਸਵਾਲ ਹੈ ਮੇਰਾ। ਮੈਂ ਰੱਬ ਦੀ ਸਤਸੰਗ ਸੁਣਾਇਆ, ਤੁਹਾਨੂੰ ਰੱਬ ਬਾਰੇ ਗੱਲ ਕੀਤੀ ਹੈ, ਕੀ ਤੁਹਾਡਾ ਰੱਬ ਵਾਲੇ ਪਾਸੇ ਧਿਆਨ ਗਿਆ ਕਿ ਨਹੀਂ ਗਿਆ? ਸਭ ਦਾ ਧਿਆਨ ਰੱਬ ਵਾਲੇ ਪਾਸੇ ਹੋ ਗਿਆ ਕਿ ਨਹੀਂ ਹੋਇਆ? ਬਸ ਗੱਲ ਖਤਮ, ਇਹ ਮਹੀਨਾ ਸਫਲ ਹੋ ਗਿਆ। ਇਹੋ ਹੀ ਮਹਾਰਾਜ ਪੁੱਛਦੇ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦਾ ਧਿਆਨ ਰੱਬ ਦੇ ਚਰਨਾਂ ਨਾਲ ਜੁੜ ਗਿਆ, ਇਹ ਮਹੀਨਾ ਉਹਨਾਂ ਦਾ ਸਫਲ ਹੋ ਗਿਆ। ਦੱਸੋ, ਮਹੀਨੇ ਦਾ ਫਲ ਦਿੱਤਾ, ਮਹੀਨਾ ਪੂਰਾ ਤੁਹਾਡੀ ਝੋਲੀ 'ਚ ਪਾ ਦਿੱਤਾ, ਇਹ ਕਿੱਦਾਂ? ਇਹ ਦੇਖੋ, ਇਹ ਕਿੱਡੀ ਵੱਡੀ ਕਿਰਪਾ ਹੈ। ਅਰੇ, ਇੱਕ ਘੜੀ ਕਾ ਫਲ ਨਾ ਕੋਈ ਦੇਵੇ, ਤੁਸੀਂ ਇੱਕ ਘੜੀ ਦਾ ਲੈ ਕੇ ਜਾਓ ਕਟੋਰਾ, ਉਹ ਤੁਹਾਨੂੰ ਘੜੀ ਦਾ ਫਲ ਦੀ ਗੱਲ ਛੱਡ ਦਿਓ। ਤੁਸੀਂ ਕਿਸੇ ਕੋਲ ਭੀਖ ਮੰਗ ਕੇ 10 ਰੁਪਏ ਮੰਗ ਲਓ, ਉਹ ਤੁਹਾਨੂੰ 10 ਰੁਪਏ ਨਾ ਦੇਵੇ, ਫਲ ਦੀ ਤਾਂ ਬਹੁਤ ਦੂਰ ਦੀ ਗੱਲ। ਕਿਸੇ ਕੋਲ 100 ਰੁਪਿਆ ਦੁੱਖ ਆਵੇ, ਤੁਹਾਨੂੰ ਕਹੇ 100 ਰੁਪਿਆ ਭਰਜੀਏ, 100 ਰੁਪਿਆ ਦੇਵੀਂ, ਉਹਨੇ 136 ਸਵਾਲ ਪੁੱਛ ਲੈਣੇ ਨੇ, ਕੀ ਕਰਨਾ ਬਈ, ਕੀ ਕਰਨਾ, ਕਿਉਂ ਦੇਵਾਂ? ਅਤੇ ਮਾਰਾ ਹੀ ਤੁਹਾਨੂੰ ਇੱਕ ਮਹੀਨੇ ਦੀ ਦਾਤ ਤੁਹਾਡੀ ਝੋਲੀ 'ਚ ਪਾਤੀ, ਦੱਸੋ ਮੈਨੂੰ, ਹੈ ਨਾ ਦੇਖਿਆ, ਨਾ ਪੁੱਛਿਆ, ਨਾ ਕੋਈ ਗੱਲਬਾਤ, ਇਹੋ ਹੀ ਬਸ ਗੱਲ ਕੀਤੀ ਕਿ ਤੁਹਾਡਾ ਧਿਆਨ ਰੱਬ ਦੇ ਚਰਨਾਂ ਟਿਕ ਗਿਆ। ਹਾਂਜੀ ਮਹਾਰਾਜ, ਟਿਕ ਗਿਆ, ਲਓ ਤੁਸੀਂ ਮਹੀਨੇ ਦਾ ਫਲ ਲੈ ਲਓ, ਲਓ ਕਰ ਲਓ ਗੱਲ। ਆਸਾੜ ਸੁਹੰਦਾ ਤਿਸ ਲਗੈ, ਜਿਸ ਮਨ ਹਰ ਚਰਨ ਨਿਵਾਸ। ਆਸਾੜ ਸੁਹੰਦਾ ਤਿਸ ਲਗੈ,
जिस मन हर चरण निवास, जिदा मन हरि दे चरणा दे विच जाके टिक गया, उन्हां नूं असाढ़ दा महीना सफल हो गया, उन्हां तुहाडा आना सफल हो गया, अज तुहाडा सत्संग च बहना सफल हो गया, तुहाडा महीना पूरा बड़ा सोहना निकलेगा, तुहानूं रब चेते आ गया। बस गल रब चेते आ गया, वाहेगुरु चेते आ गया, अकाल पुरख चेते आ गया। किथे हुंदा चेते? रब नूं चेता करना कोई छोटी गल थोड़ी है। तुहानूं न्याणे चेते आउंदे ने, ऐ बैठे आ मेरे पत बो किथे मैं ये, वो चीज़ां चेते आउंदियां ने, दुख चेते आउंदे ने, दुखां नूं सोच सोच के रोई जांदे हो, लोकां नूं सोच सोच के उन्हें मेरा पैसा देना सी, मैं उन्हें फोन करके पूछा देना कि नहीं देना, वो मेरी लड़ाई हो गई सी उन नाल, वो मेरी बदखोई कर रहे हैं, उन्हें मैं जरा झटका मारा, जरा लड़ाई करा, ये करा वो करा, कि गलों फसे बैठे हो, किहड़े चेते करन डे हो? वो चेता करना तो अपने मालक का चेता करो, गुरु का चेता करो, रब का चेता करो। बई हो उस मालक का चेता करो जिन्हों मिलना हाँ जाके, जिद को विछड़ के आए, जिद को टुट के आए हैं, जिन्हें जाके जुड़ जाना महाराज ना।